ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਪੰਜਾਬ ਅੱਡਾ 24/7 ਤੇ ਮੇਰਾ ਨਾਮ ਹੈ ਗਗਨ ਤੇ ਤਰੀਖ ਹੋ ਚੁੱਕੀ ਹੈ 21 ਫਰਵਰੀ ਤਾਂ ਜੀ ਦੇਖਿਆ ਮੈਂ ਸਟਾਰਟਿੰਗ ਜਿਹਾ ਕਿਹਾ ਸੀ ਕਿ ਜੇ ਕੋਈ ਬੱਚਾ ਜਿਹੜਾ ਆਪਣੇ ਨਾਲ ਪੁਰਾਣਾ ਜੁੜਿਆ ਹੋਇਆ ਮੈਂ ਕਿਹਾ ਜਿੱਦਾਂ ਸਾਡੇ ਘਰ ਦੇ ਕਹਿੰਦੇ ਹੁੰਦੇ ਸੀ ਕਿ ਕਿ ਮਾਰਚ ਵਿੱਚ ਹੁੰਦੇ ਸੀ ਸਾਡੇ ਪੱਕੇ ਪੇਪਰ ਤੇ ਕਹਿੰਦੇ ਸੀਗੇ ਕਿ ਫਰਵਰੀ ਦਾ ਫਰ ਹੋ ਜਾਣਾ ਮਜ਼ਾਕ ਵਾਲੀ ਗੱਲ ਨਹੀਂ ਆਪਣੇ ਆਪ ਸੋਚੋ ਤੱਚੀ ਪਤਾ ਲੱਗੇ ਫਰਵਰੀ ਕਦੋਂ ਆਇਆ ਕਦੋਂ ਗਿਆ ਕਦੋਂ ਆਇਆ ਫਰਵਰੀ ਕਦੋਂ ਗਿਆ ਕੁਝ ਆਈਡੀਆ ਹੀ ਨਹੀਂ ਤੇ ਹੁਣ ਬਹੁਤ ਹੀ ਛੇਤੀ ਛੇਤੀ ਐਦਾਂ ਹੀ ਮਾਰਚ ਵਿੱਚ ਨਿਕਲ ਜਾਣਾ ਆਪਾਂ ਰੈਲਵੀ ਨਿਕਲ ਜਾਣਾ ਤੇ ਫਿਰ ਮਈ ਚ ਹੋ ਜਾਣਾ ਇਹਦੇ ਚ ਆਪਣਾ ਪੁਲਿਸ ਵਾਲੇ ਪੇਪਰ ਤੇ ਬਸ ਫਰਵਰੀ ਦੇ ਮਹੀਨੇ ਜੀ ਅੱਜ ਕੱਲ੍ਹ ਜ ਹਾਂਜੀ ਨਾਲੇ ਤੁਹਾਡੇ ਪੰਜਾਬ ਪੁਲਿਸ ਦੇ ਰਿਜ਼ਲਟ ਆਉਣ ਵਾਲੇ ਨੇ ਅੱਜ ਕੱਲ੍ਹ ਦੀ ਤਰੀਕਾ ਦੱਸੀਆਂ ਹੋਈਆਂ ਨੇ ਸਾਨੂੰ ਅਸੀਂ ਜਦੋਂ ਗਏ ਸੀ ਗੱਲ ਕਰਨ ਤਾਂ ਇਹੀ ਕਿਹਾ ਸੀ ਨਾ 2023 ਦੇ ਨੇੜੇ ਢੜੇ ਅਸੀਂ ਪੰਜਾਬ ਪੁਲਿਸ ਦੇ ਰਿਜ਼ਲਟ ਕੱਢ ਦੋਗੇ ਤੇ ਨਾਲੇ 28 ਫਰਵਰੀ ਤੋਂ ਪਹਿਲਾਂ ਪਹਿਲਾਂ ਸਾਡੇ ਕੋਲ ਪਟਵਾਰੀ ਦੀ ਨੋਟੀਫਿਕੇਸ਼ਨ ਵੀ ਦੇਖਣ ਨੂੰ ਮਿਲ ਜੂਗੀ ਬੱਚਿਆਂ ਦੇ ਐਕਸਰ ਡਾਊਟ ਹੁੰਦੇ ਨਾ ਇਹ ਤਾਂ ਮੈਂ ਕਹ ਪਹਿਲਾਂ ਸਾਰੀ ਚੀਜ਼ਾਂ ਮੈਂ ਕਲੀਅਰ ਕਰ ਦਵਾ ਸੁਣ ਲੋ ਦੁਬਾਰੇ ਤੋਂ ਪੰਜਾਬ ਪੁਲਿਸ ਦੇ ਪੇਪਰ ਤੁਹਾਡੇ ਮਈ ਚ ਨੇ ਰਿਜ਼ਲਟ ਜਿਹੜੇ ਪੁਰਾਣੇ ਵਾਲੇ ਨੇ ਅੱਜ ਕੱਲ੍ਹ ਚਾਣ ਵਾਲੇ ਨੇ ਪੰਜਾਬ ਪਟਵਾਰੀ ਦੀ ਨੋਟੀਫਿਕੇਸ਼ਨ ਤੁਹਾਡੀ 28 ਫਰਵਰੀ ਤੋਂ ਪਹਿਲਾਂ ਪਹਿਲਾਂ ਆ ਜਾਊਗੀ ਨਾਲੇ ਜੇਲ ਬਾਰਡਰ ਪੈਂਡਿੰਗ ਹੈ ਨੈਪ ਤਹਿਸੀਲਦਾਰ ਦੀ ਨਵੀਂ ਨੋਟੀਫਿਕੇਸ਼ਨ ਆਣੀ ਹੈ ਤੇ ਕੋਆਪਰੇਟਿਵ ਇਨਸਪੈਕਟਰ ਦੀ ਨੈਪ ਤਹਿਸੀਲਦਾਰ ਬਾਰੇ ਮੈਂ ਦੋ ਗੱਲਾਂ ਦੱਸੂਗਾ ਕਿਉਂਕਿ ਦੇਖੋ ਐ ਹੈ ਜੇ ਤਾਂ 78 ਸੀਟਾਂ ਲਈ ਨੋਟੀਫਿਕੇਸ਼ਨ ਆਈ ਫਿਰ ਤਾਂ ਸਿਰਫ ਰੀ ਐਗਜ਼ਾਮ ਹੋਊਗਾ لیکن ਜੇ ਇਹਨਾਂ ਨੇ ਸੀਟਾ ਐਡ ਕਰਤੀਆਂ ਤੇ ਐਡ ਹੋ ਕੇ ਸੀਟਾ 100 ਤੋਂ ਉੱਤੇ ਹੋ ਗਈਆਂ ਫਿਰ ਨਵੀਂ ਨੋਟੀਫਿਕੇਸ਼ਨ ਆਉਗੀ ਹੈਨਾ بس ਫਿਰ ਤਗੜੇ ਰਹੋ ਫਟਾ ਚੱਕਦੇ ਰਹੋ ਸਰ ਉਹਨਾਂ ਨੇ ਤਾਂ ਜੂਨ ਚ ਦੱਸਿਆ ਸੀ ਮੇਚ ਹੁਣ ਹਾਂ ਮਤਲਬ ਜੂਨ 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 ਸੌਰੀ ਸੌਰੀ ਜੂਨ ਜੂਨ ਚਿਲ ਕਰ ਲਿਆ ਕਰੋ ਥੋੜਾ ਜੋ ਹਾਂਜੀ ਉਹਨਾਂ ਨੇ ਜੂਨ ਚ ਦੱਸਿਆ ਫਿਰ ਜੂਨ ਚ ਹੀ ਹੋਊਗਾ ਹਾਂਜੀ ਹਾਂਜੀ ਜੂਨ ਚ ਹੀ ਹੋਊਗਾ ਜੇ ਉਹਨਾਂ ਨੇ ਦੱਸਿਆ ਲੇਕਿਨ ਉਹਨਾਂ ਨੇ ਤਾਂ ਇਹ ਵੀ ਦੱਸਿਆ ਜੇ ਕਿ ਜਨਵਰੀ ਦੇ ਪਹਿਲੇ ਹਫਤੇ ਚ ਨੋਟੀਫਿਕੇਸ਼ਨ ਆ ਜੂਗੀ ਲੇਕਿਨ ਨੋਟੀਫਿਕੇਸ਼ਨ ਆਈ ਹੈ ਜੀ 31 ਜਨਵਰੀ ਨੂੰ ਹੈ ਕਿ ਨਹੀਂ ਹੈ ਨਾ ਹੋਇਆ ਨਾ ਹੋਇਆ ਕਿ ਨਹੀਂ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਜਨਵਰੀ ਦੇ ਪਹਿਲੇ ਹਫਤੇ ਚ ਨੋਟੀਫਿਕੇਸ਼ਨ ਆਉ ਕਿਤੇ ਨੋਟੀਫਿਕੇਸ਼ਨ ਕਦੋਂ ਆਈ ਨੋਟੀਫਿਕੇਸ਼ਨ ਆਈ ਜੀ 31 ਜਨਵਰੀ ਨੂੰ ਤਾਂ ਫਰਵਰੀ ਮਾਰਚ ਅਪ੍ਰੈਲ ਮਈ 4 ਮਹੀਨੇ ਪਤਾ ਨਹੀਂ ਦੇਣਗੇ ਨਹੀਂ ਦੇਣਗੇ ਤਾਂ ਮਈ ਜੂਨ ਦੇ ਨੇੜੇ ਤੇ ਤੁਹਾਡਾ ਪੇਪਰ ਹੋ ਜਾਊਗਾ ਐਂਡ ਆਫ ਮਈ ਜੂਨ ਜੋ ਵੀ ਹੈ ਨਾਲੇ ਤੁਹਾਨੂੰ ਚੱਕਰ ਕੇ ਭਾਈ ਬਹੁਤ ਟਾਈਮ ਪਿਆ ਹੈ। ਚੱਕਰ ਪਤਾ ਕਿ ਇਹਨਾਂ ਨੂੰ ਪੈਂਦਾ ਜਿਨ੍ਹਾਂ ਨੇ ਨਵੀਂ ਤਿਆਰੀ ਸ਼ੁਰੂ ਕਰਨੀ ਹੁੰਦੀ ਹੈ ਹੈਨਾ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਸਾਰਿਆਂ ਨੂੰ ਗੁੱਡ ਮਾਰਨਿੰਗ ਕੱਲ੍ਹ ਵਾਲੀ ਕਲਾਸ ਨਹੀਂ ਸ਼ੋ ਹੋ ਰਹੀ ਸ਼ਵੇਤਾ ਕੱਲ੍ਹ ਕਲਾਸ ਨਹੀਂ ਹੋਈ ਥੀ ਅਰ ਇਸ ਲਈ। ਚਾ 11 ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਲੋ ਬਸ ਕਲਾਸ ਸ਼ੁਰੂ ਕਰਦੇ ਹਾਂ ਪਹਿਲਾਂ ਆਪਾਂ ਕਰਾਂਗੇ ਰਿਵੀਜ਼ਨ ਫਿਰ ਆਪਾਂ ਕਰਾਂਗੇ ਅੱਜ ਦੇ ਕਰੰਟ ਅਫੇਅਰ ਫਿਰ ਆਪਾਂ ਕਰਾਂਗੇ ਪਰਸੋਂ ਦਾ ਕਰੰਟ ਅਫੇਅਰ ਵਨ ਲਾਈਨਰ ਫਾਰਮ ਵਿੱਚ ਡਨ ਹੈ ਤਾਂ ਜਿਹੜੇ-ਜਿਹੜੇ ਮੇਰੇ ਨਾਲ ਮੇਰੇ ਸਵੇਰੀ ਸਵੇਰ ਗਰਮੀ ਕੀਤੀ ਹੋਈ ਯਾਰ ਇਹਨਾਂ ਦੇ ਨਾਲ ਚਲੋ ਫਿਰ ਸ਼ੁਰੂਆਤ ਕਰੀਏ ਕਲਾਸ ਦੀ ਚਲੋ ਤਾਂ ਜੀ ਪਹਿਲਾ ਸਵਾਲ ਤੁਹਾਡੇ ਅੱਗੇ ਉਹ ਤੋਂ ਪਹਿਲਾਂ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਤੇ ਕਿਸੇ ਵੀ ਕੋਰਸ ਵਿੱਚ ਐਡਮਿਸ਼ਨ ਲੈਣੀ ਹੋਵੇ ਤਾਂ ਇੱਕ ਡਿਸਕਾਊਂਟ ਕੋਡ ਜ਼ਰੂਰ ਧਿਆਨ ਰੱਖਿਓ ਜਦੋਂ ਜੇ ਤੁਸੀਂ ਮੇਰੇ ਨਾਲ ਜੁੜਨਾ ਹੋਵੇ ਠੀਕ ਹੈ ਚਲੋ ਸ਼ੁਰੂ ਪਹਿਲਾ ਸਵਾਲ 에어 ਇੰਡੀਆ ਨੇ ਆਰਡਰ ਕੀਤੇ ਨੇ 840 ਜਹਾਜ਼ ਜਿਦੇ ਵਿੱਚੋਂ 370 ਕਹਿੰਦੇ ਆਪਸ਼ਨਲ ਨੇ ਵੀ 470 ਤਾਂ ਸੀ ਖਰੀਦ ਹੀ ਰਹੇ ਆ 에어ਬੱਸ ਤੇ ਬੋਇੰਗ ਕੋਲੋਂ ਤੇ ਬਾਕੀ ਉਹ ਤੋਂ ਬਾਅਦ 370 ਅਸੀਂ ਦੇਖ ਲਵਾਂਗੇ ਖਰੀਦਣੇ ਸਾਡੀ ਮਰਜ਼ੀ ਤਾਂ when was air india founded ਬਹੁਤ ਇੰਪੋਰਟੈਂਟ ਹੈ Air India ਦੀ ਸਥਾਪਨਾ ਕਦੋਂ ਕੀਤੀ ਗਈ ਸੀ ਜੇ ਆਰਡੀ ਟਾਟਾ ਦੁਆਰਾ 1922 1920 1932 1930 ਦੱਸੋ ਕਦੋਂ ਕੀਤੀ ਗਈ ਸੀ 에어 ਇੰਡੀਆ ਦੀ ਸਥਾਪਨਾ ਉਦੋਂ ਇਹਨੂੰ ਕਿਹਾ ਜਾਂਦਾ ਸੀਗਾ ਟਾਟਾ 에어 ਸਰਵਿਸਿਜ਼ ਕਿਹਾ ਜਾਂਦਾ ਸੀ ਇਹਨੂੰ ਤਾਂ ਇਹਦਾ ਜਵਾਬ ਹੋ ਜਾਂਦਾ ਹੈ ਜੀ 1932 ਇਹਦਾ ਕਰੈਕਟ ਆਨਸਰ ਤਾਂ ਇਹ ਆਪਾਂ ਪਿਛਲੀ ਕਲਾਸ ਵਿੱਚ ਬਹੁਤ ਡੀਟੇਲ ਵਿੱਚ ਪੜਿਆ ਸੀਗਾ ਇਹਨੂੰ ਆਪਾਂ ਦੁਬਾਰੇ ਤੋਂ ਪੂਰੀ ਡੀਟੇਲ ਵਿੱਚ ਨਹੀਂ ਪੜਾਂਗੇ ਜਿਹੜੇ ਵੀ ਮੇਰੇ ਵੀਰ ਭਰਾ ਪੜਨਾ ਅੱਜ ਪਹਿਲੇ ਦਿਨ ਆਈਆਂ ਨੇ ਤਾਂ ਉਹਨਾਂ ਨੂੰ ਇਹ ਹੀ ਦੱਸਾਂਗਾ ਕਿ ਪਿਛਲੀ ਕਲਾਸ ਇੱਕ ਵਾਰ ਦੇਖ ਲਓ ਕਿਉਂਕਿ ਪਿਛਲੀ ਕਲਾਸ ਵਿੱਚ ਡੀਟੇਲ ਵਿੱਚ ਕਰਨ ਤੋਂ ਬਾਅਦ ਅੱਜ ਵਾਲੇ ਦਿਨ ਆਪਾਂ ਸਿਰਫ ਉਹਦੀ ਕੁਐਸਚਨ ਅਨਸਰ ਫਾਰਮ ਵਿੱਚ ਰਿਵੀਜ਼ਨ ਕਰਦੇ ਤੇ ਹਲਕਾ ਸਾਹ ਓਵਰਵਿਊ ਲੈ ਲੈ ਤਾਂ 840 ਜਹਾਜ਼ਾਂ ਜਾਨੇ ਨੇ 에어ਬਸ ਤੇ ਬੋਇੰਗ ਕੋਲੋਂ ਹੈਨਾ ਆਪਾਂ ਇਹ ਗੱਲ ਕੀਤੀ ਸੀਗੀ ਤਾਂ ਜੀ ਸਾਡੇ ਕੋਲ ਹਨ 250 ਜਹਾਜ਼ਾਂ ਨੇ ਸਾਡੇ ਕੋਲ 에어ਬਸ ਕੋਲੋਂ 에어ਬਸ ਹੈ ਕੰਪਨੀ ਫਰਾਂਸ ਦੀ ਤੇ ਸਾਡੇ ਕੋਲ 220 ਜਹਾਜ਼ਾਂ ਨੇ ਬੋਇੰਗ ਕੋਲੋਂ ਬੋਇੰਗ ਹੈ ਕੰਪਨੀ ਅਮਰੀਕਾ ਦੀ ਇਹ ਵੀ ਧਿਆਨ ਰੱਖਣੀ ਗੱਲ ਆ ਕਿ ਕਿੱਧਰ ਕਿੱਧਰ ਦੀਆਂ ਕੰਪਨੀਆਂ ਨੇ ਕਿੰਨਾ ਨੇ ਕਿੰਨੇ ਜਹਾਜ਼ ਲਏ ਕਿਹੜੇ ਕਿਹੜੇ ਜਹਾਜ਼ ਲਏ ਉਹ ਯਾਦ ਕਰਨਾ ਰਹਿਣ ਦੇ ਸਾਡੇ ਪੀਪਰ ਪੁਆਇੰਟ ਵੀ ਤਾਂ ਬਿਲਕੁਲ ਯੂਸਲੈਸ ਹੈ ਤਾਂ 470 ਜਹਾਜ਼ਾਂ ਦੀ ਡੀਲ ਹੋਈ ਹੈ ਉਹਦੇ ਵਿੱਚੋਂ 250 ਜਹਾਜ ਸਾਡੇ ਕੋਲ ਆ ਰਿਹਾ ਹੈ ਜੀ ਫਰਾਂਸ ਕੋਲੋਂ 에ਰਬਸ ਦਾ ਤੇ ਉਹਦੇ ਵਿੱਚ 220 ਜਹਾਜ ਸਾਡੇ ਕੋਲ ਆ ਰਿਹਾ ਬੋਇੰਗ ਕੋਲੋਂ ਯੂ ਐਸ اے ਦਾ ਇਹ ਦੋਨੇ ਗੱਲਾਂ ਵੀ ਪਲੀਜ਼ ਧਿਆਨ ਰੱਖਿਓ ਚਲੋ ਤਾਂ ਜੀ ਬਾਕੀ ਵੀ ਇਹਨਾਂ ਨੇ ਕੀ ਕੀਤਾ ਰੋਲਸ ਰॉयਸ ਜੀ ای ਐਰੋਸਪੇਸ ਤੇ ਸੀ ਐਫ ਐਮ ਨਾਲ ਇੱਕ ਟਾਈਪ ਕੀਤਾ ਹੈ ਫॉर ਲੌਂਗ ਟਰਮ ਮੇਨਟੇਨੈਂਸ ਆਫ ਇੰਜਨ ਇੰਜਨ ਦੀ ਮੇਨਟੇਨੈਂਸ ਲਈ ਸਰ ਪਟਵਾਰੀ ਦੀ ਤਿਆਰੀ ਹੋ ਸਕਦੀ 2 ਮਹੀਨੇ ਚ ਮੈਂ ਪਹਿਲਾਂ ਕਰੀ ਜਾ ਰਹੇ ਹਾਂ ਕਨਸੈਪਟ ਕਲੀਅਰ ਕਰਨੇ ਹਾਂਜੀ ਅੱਜ ਬਹੁਤ ਹੀ ਵਧੀਆ ਦਿਨ ਹੈ ਤੁਹਾਡੇ ਲਈ ਉਹ ਵੀ ਮੈਂ ਦੱਸਣਾਈ ਆ ਅਗਲੀ ਚੀਜ਼ ਬਲਕਿ ਉਹੀ ਦੱਸਣੀ ਸੀ ਮੈਂ ਤਾਂ ਅੱਜ ਯਾਨੀ ਕਿ 21 ਫਰਵਰੀ ਨੂੰ 21st ਆਫ ਫੈਬਰੂਰੀ ਨੂੰ ਤੁਹਾਡੇ ਲਈ ਅੱਜ ਤੋਂ ਪੰਜਾਬ ਪਟਵਾਰੀ ਦਾ ਬੈਚ ਸ਼ੁਰੂ ਹੋ ਰਿਹਾ ਜਿਹੜੀ ਸਾਡੀ 210 ਪੋਸਟਾਂ ਲਈ ਪੰਜਾਬ ਪਟਵਾਰੀ ਦਾ ਬੈਚ 710 ਪੋਸਟਾਂ ਲਈ ਜਿਹੜਾ ਪੰਜਾਬ ਪਟਵਾਰੀ ਦਾ ਬੈਚ ਹੈ ਤੁਹਾਨੂੰ ਪਤਾ ਹੋਊਗਾ ਤਾਂ ਬਲਕਿ ਸਾਡੇ ਕੋਲ ਤਾਂ ਤੀਜਾ ਬੈਚ ਸ਼ੁਰੂ ਕਰ ਰਹੇ ਹਾਂ ਅਸੀਂ ਤਾਂ ਬੱਚੇ ਆਲਰੇਡੀ ਤਿਆਰੀ ਕਰ ਰਹੇ ਨੇ 1 ਮਈ ਦਸੰਬਰ ਚ ਸ਼ੁਰੂ ਕੀਤਾ ਸੀਗਾ 1 ਜਨਵਰੀ ਚ ਸ਼ੁਰੂ ਕੀਤਾ ਸੀਗਾ ਤੇ ਹੁਣ ਇੱਕ ਫਰਵਰੀ ਐਂਡ ਤੇ 21 ਫਰਵਰੀ ਅੱਜ ਦੇ ਦਿਨ ਸ਼ੁਰੂ ਹੋ ਰਿਹਾ ਹੈ ਤੇ ਇਸੇ ਹਫਤੇ ਤੁਹਾਡੇ ਕੋਲ ਨੋਟੀਫਿਕੇਸ਼ਨ ਵੀ ਦੇਖਣ ਨੂੰ ਮਿਲ ਜੂਗੀ ਡਿਟੇਲਡ ਤਾਂ ਤੁਸੀਂ ਭਰਨ ਵਾਲੀ ਕਿਉਂਕਿ 710 ਵਾਲੀ ਤਾਂ ਆ ਚੁੱਕੀ ਹੈ ਸਰਕਾਰ ਦੱਸ ਚੁੱਕੀ ਹੈ ਬਸ ਫਾਰਮ ਵੀ ਓਪਨ ਇਸ ਹਫਤੇ ਹੋ ਜਾਣਗੇ ਤਾਂ ਜਿਨੇ ਤਿਆਰੀ ਕਰਨੀ ਹੋਵੇ ਜਰੂਰ ਜੁੜ ਸਕੇ ਜੁੜੇ ਅੱਜ ਅੱਜ ਤੋਂ ਕਲਾਸਾਂ ਸਟਾਰਟ ਨੇ ਤੇ 8000 ਦਾ ਵੈਸੇ ਬੈਚ ਆ ਇਹ ਲੇਕਿਨ ਤੁਸੀਂ ਜਦੋਂ ਡਿਸਕਾਊਂਟ ਕੋਡ ਲਾਣੇ ਹੋ Y383 ਉਦੋਂ ਤੁਹਾਨੂੰ ਪੈ ਜਾਂਦਾ ਹੈ 1840 ਦਾ ਤੇ ਨਾਲੇ Y383 ਦਾ ਫਾਇਦਾ ਕੀ ਹੈ ਬੱਚੇ ਮੈਨੂੰ ਕਹਿੰਦੇ ਸੀਗੇ ਕਹਿੰਦੇ ਸਰ ਮਾਹ ਪੈਕ ਵਾਲੇ ਬੱਚਾ ਲਈ ਤਾਂ ਕੈਰੀਅਰ ਕਾਉਂਸਲਿੰਗ ਦੀ ਕਲਾਸ ਹੋ ਰਹੀ ਹੈ ਜਿਨ੍ਹਾਂ ਨੇ ਇੱਥੇ ਲਿਆ ਉਹਨਾਂ ਨੂੰ ਕੀ ਫਾਇਦਾ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਜਿਹੜੇ ਇਹ ਵਾਲਾ ਲਾ ਕੇ ਐਨਰੋਲ ਕਰਨਗੇ ਤਾਜੀ ਉਹਨਾਂ ਨੂੰ ਕਲਾਸ ਤੋਂ 10 ਮਿੰਟ ਸਟਾਰਟਿੰਗ ਤੋਂ ਪਹਿਲਾਂ ਜਾਂ ਫਿਰ ਐਂਡ ਚ ਦਾ 10 ਮਿੰਟ ਆਪਾਂ ਕਲਾਸ ਵਿੱਚ ਡੇਲੀ ਦੇ ਡੇਲੀ ਛੋਟਾ ਛੋਟਾ ਸਾ ਇੱਕ ਕਾਉਂਸਲਿੰਗ ਦਾ ਸੈਸ਼ਨ ਰੱਖ ਲਿਆ ਕਰਾਂਗੇ ਡੇਲੀ ਦੇ ਡੇਲੀ ਗਾਈਡੈਂਸ ਦਾ ਸੈਸ਼ਨ ਰੱਖ ਲਿਆ ਕਰਾਂਗੇ ਕਿਉਂਕਿ ਉਹੀ ਗੱਲ ਹੈ ਮੈਥ ਪੜਾਉਣ ਵਾਲੀ ਦੁਨੀਆ ਬੈਠੀ ਹੈ ਕਰੰਟ ਅਫੇਅਰ ਪੜਾਉਣ ਵਾਲੀ ਦੁਨੀਆ ਬੈਠੀ ਹੋਈ ਹੈ ਪੰਜਾਬ ਜੀ ਕੇ ਪੜਾਉਣ ਵਾਲੀ ਦੁਨੀਆ ਬੈਠੀ ਹੋਈ ਹੈ ਲੇਕਿਨ ਗਾਈਡੈਂਸ ਦੇਣ ਨੂੰ ਕੋਈ ਤਿਆਰ ਨਹੀਂ ਹੈ ਕੈਰੀਅਰ ਕਾਉਂਸਲਿੰਗ ਨੂੰ ਕੋਈ ਤਿਆਰ ਨਹੀਂ ਹੈ ਬੱਚੇ ਜਿਹੜੇ ਇਹ ਵਾਲੇ ਉਧਰ ਉਧਰ ਵਾਲੇ ਡਾਊਟ ਨੇ ਉਹ ਕਰਦੇ ਤੋਂ ਵੀ ਨਹੀਂ ਪੁੱਛ ਸਕਦੇ ਨਾ ਕਿ ਮੰਮੀ ਦੱਸੋ ਮੈਂ ਜਿਹੜਾ ਨਾਇਬ ਤਹਿਸੀਲਦਾਰ ਦੀ ਤਿਆਰੀ ਕਰ ਰਿਹਾ ਕਿ ਮੇਰਾ ਐਕਸਾਈਜ਼ ਇਨਸਪੈਕਟਰ ਪਾਸ ਹੋ ਜਾਊਗਾ ਮੰਮੀ ਕਹੂਗੀ ਯਾਰ ਪੁੱਤ ਮੈਨੂੰ ਨਹੀਂ ਪਤਾ ਤੂੰ ਆਪਣੇ ਸਰ ਤੋਂ ਪੁੱਛ ਲੈ ਤੇ ਸਰ ਕੋਲ ਟਾਈਮ ਨਹੀਂ ਹੁੰਦਾ ਤਾਂ ਉਹਨਾਂ ਲਈ ਸਪੈਸ਼ਲ ਮੈਂ ਕੀਤਾ ਜਿਹੜੇ ਵਾਲੇ ਬੱਚੇ ਹੋਣਗੇ ਬਾਈ 383 ਵਾਲੇ ਸਟਾਰਟਿੰਗ ਦੇ 10 ਮਿੰਟ ਤੇ ਐਂਡ ਦੇ 10 ਮਿੰਟ ਇੱਕ ਟਾਈਮ ਆਪਾਂ ਸਪੈਸ਼ਲ ਸੈਸ਼ਨ ਰੱਖ ਲਿਆ ਕਰਾਂਗੇ ਹੈਨਾ ਤੇ ਨਾਲ ਨਾਲ ਜਿਹੜੇ ਬੱਚੇ ਨੇ ਪੰਜਾਬ ਪਟਵਾਰੀ ਦੀ ਤਿਆਰੀ ਕਰਨੀ ਹੋਵੇ ਜਿਹੜੇ 14 ਫਰਵਰੀ ਤੋਂ ਬੈਚ ਸ਼ੁਰੂ ਹੋਏ ਨੇ ਤਾਂ ਤੁਹਾਨੂੰ ਦੱਸ ਦਵਾਂ ਹੁਣ ਤੱਕ ਸਿਰਫ ਇਹਦੀ 9 ਕਲਾਸਿਸ ਹੋਈਆਂ ਨੇ 5 ਦਿਨਾਂ ਵਿੱਚ ਸਿਰਫ 9 ਕਲਾਸਿਸ ਮੈਥ ਤੇ ਕੰਪਿਊਟਰ ਦੀਆਂ ਤਾਂ ਇਹਨਾਂ ਦਾ ਕਰਤਾ ਹੈ ਹੁਣ ਪ੍ਰਾਈਸ ਡ੍ਰੌਪ ਜਦੋਂ Y383 ਲਾਓਗੇ ਤਾਂ ਇਹ ਸਿਰਫ 1517 ਦਾ ਪੈ ਜਾਊਗਾ ਤੁਹਾਨੂੰ ਤੇ ਇਹ 1609 ਰੁਪਏ ਦਾ ਪੈ ਜਾਊਗਾ ਤੁਹਾਨੂੰ ਐਨਰੋਲ ਕਰ ਸਕਦੇ ਹੋ ਲੇਕਿਨ ਮੈਂ ਇਹਨਾਂ ਸਾਰਿਆਂ ਦੇ ਖਿਲਾਫ ਹਾਂ ਮੈਂ ਕਿਉਂਕਿ ਬੱਚਿਆਂ ਨੂੰ ਬਹੁਤ ਖਰਚਾ ਕਰਨਾ ਪੈ ਜਾਂਦਾ ਕਦੇ ਇਹਦੇ ਚ ਕਦੇ ਉਹਦੇ ਚ ਕਦੇ ਉਹਦੇ ਚ ਫਿਰ ਆਪਾਂ ਕੀ ਕਰਨਾ ਹੈ ਸਿਰਫ ਪੰਜਾਬ ਦੇ ਮਹਾਪੈਕ ਐਨਰੋਲ ਕਰਨਾ ਹੈ Y383 ਲਾ ਕੇ 3219 ਦਾ ਪੈਂਦਾ ਇੱਕ ਦੂਜੀ ਗੱਲ ਤੁਹਾਨੂੰ ਸਪੈਸ਼ਲ ਕੈਰੀਅਰ ਕਾਉਂਸਲਿੰਗ ਦੀ ਕਲਾਸਿਸ ਮਿਲਦੀਆਂ ਆਲੱਗ ਤੋਂ ਹਰ ਥੋੜੇ ਦਿਨਾਂ ਬਾਅਦ ਹਰ ਥੋੜੇ ਦਿਨਾਂ ਬਾਅਦ ਅੱਧੇ ਘੰਟੇ ਦੀ ਕੈਰੀਅਰ ਕਾਉਂਸਲਿੰਗ ਦੀ ਕਲਾਸ ਮਿਲਦੀ ਹੈ ਸਪੈਸ਼ਲ ਗਾਈਡੈਂਸ ਲਈ ਠੀਕ ਹੈ ਦੋ ਤੀਜੀ ਗੱਲ ਇਹ ਵਾਲੇ ਬੱਚਿਆਂ ਨੂੰ ਸਪੈਸ਼ਲ ਇੱਕ ਵਨ ਲਾਈਨਰ ਦੀ ਪੀਡੀਐਫ ਮਿਲਦੀ ਹੈ ਤਾਂ ਜੇ ਅਨਰੋਲ ਕਰਨਾ ਹੈ ਤਾਂ ਜੀ ਚੱਜ ਦੀ ਚੀਜ਼ ਵਿੱਚ ਕਰੋ ਅੱਡ ਅੜ ਐ ਪੈਸੇ ਖਰਚ ਕੇ ਫਾਇਦਾ ਨਹੀਂ ਹੈ ਇੱਕ ਵਾਰ ਚੱਜ ਦੀ ਚੀਜ਼ ਲੈ ਲਈ ਇਹਦੇ ਵਿੱਚ ਕਰੰਟ ਅਫੇਅਰ ਦਾ ਬੈਚ ਵੀ ਹੈ ਪੰਜਾਬ ਜੀਕੇ ਦਾ ਬੈਚ ਵੀ ਹੈ ਸਟੈਟਿਕ ਜੀਕੇ ਦਾ ਬੈਚ ਵੀ ਹੈ ਤੁਹਾਨੂੰ ਅੱਡ ਤੋਂ ਕੁਝ ਨਹੀਂ ਅਨਰੋਲ ਤਯਾਰ ਪੈਸੇ ਵੀ ਬਚਾਓ ਦਿਮਾਗ ਵੀ ਲਾਓ ਕਿਉਂਕਿ ਦੇਖੋ ਪੈਸਾ ਖਰਚ ਕਰਨਾ ਹੈ ਲੇਕਿਨ ਅਸੀਂ ਖਰਚ ਕਰਕੇ ਉਹਨੂੰ ਮੁੱਲ ਲੈਣਾ ਹੈ ਉਹਦਾ ਵਾਪਸ ਐ ਨਹੀਂ ਨਾ ਕਿ ਇੱਕ ਵਾਰ ਲੈ ਲਿਆ 1800 ਦਾ ਕੋਰਸ ਉਹ ਤੋਂ ਬਾਅਦ ਬੈਠੇ ਆ ਜੀ ਉਹ ਤੋਂ ਬਾਅਦ ਟੈਸਟ ਸੀਰੀਜ਼ ਅਲੱਗ ਤੋਂ ਲੈ ਰਹੇ ਹੋ ਤੁਸੀਂ ਪ੍ਰੈਕਟਿਸ ਬੈਚ ਅਲੱਗ ਤੋਂ ਲੈ ਰਹੇ ਹੋ ਐਮਸੀਕਿਊ ਬੈਚ ਅਲੱਗ ਤੋਂ ਲੈ ਰਹੇ ਹੋ ਐ ਨਹੀਂ ਕਰਨਾ ਹੈ ਨਾ ਪਲੀਜ਼ ਚਲੋ ਸ਼ੁਰੂ ਕਰਦੇ ਆਪਾਂ ਕਲਾਸ ਸਾਊਥ ਏਸ਼ੀਆਨ ਫੁੱਟਬਾਲ ਫੈਡਰੇਸ਼ਨ ਦੀ ਅੰਡਰ 20 ਊਮਨ ਚੈਂਪੀਅਨਸ਼ਿਪ ਦਾ ਫਾਈਨਲ ਹੋ ਗਿਆ ਬੰਗਲਾਦੇਸ਼ ਨੇ ਹਰਾਇਆ 3 0 ਤੋਂ ਨੇਪਾਲ ਨੂੰ ਤੇ ਬੰਗਲਾਦੇਸ਼ ਜਿੱਤ ਗਿਆ ਇਹ ਚੈਂਪੀਅਨਸ਼ਿਪ ਵੇਅਰ ਵਾਸ ਇਟ ਬੀਇੰਗ ਹੈਲਡ ਇਹ ਕਿੱਥੇ ਹੋ ਰਹੀ ਸੀ ਇੰਡੀਆ ਸ਼੍ਰੀਲੰਕਾ ਬੰਗਲਾਦੇਸ਼ ਭੂਟਾਨ ਹਾਂਜੀ ਜੇ ਵੀ ਸਰ ਹੈਗੇ ਆ ਚਾਂਸਸ ਤਾਂ ਹੀ ਦੱਸ ਰਿਹਾ ਮੈਂ ਨਾ ਇਹ ਹਰ ਬਿਲਕੁਲ ਹੈਗੇ ਆ ਚਾਂਸ ਸਰ ਇੰਡੀਆ ਸ਼੍ਰੀਲੰਕਾ ਬੰਗਲਾਦੇਸ਼ ਭੂਟਾਨ ਸੰਦੀਪ ਕੋਰ ਹਜੇ ਬਣ ਨਹੀਂ ਹੈ ਉਹ ਬਣ ਰਹੀ ਹੈ ਉਹ ਹਜੇ ਬਣ ਰਹੀ ਹੈ ਹਜੇ ਹੌਲੀ ਹੌਲੀ ਨਹੀਂ ਜੀ ਸਲੂਟਾ ਨਾ ਕਰੋ ਜੀ ਹੈ ਨਾ ਕਰੋ हाँ जी तो बहुत ही इंपॉर्टेंट जवाब बहुत ही क्या बात है जी बांग्लादेश इज़ द करेक्ट आंसर सर पटवारी की तैयारी हो जाएगी बच्चे मैं अभी बता के हटाऊं पटवारी के बारे में अब इसके बारे में एंड में बात करेंगे है ना अब इधर ध्यान दो चलो ता जी ध्यान रखना जी बाजी यही गल है जी से भारत की रैंक कितनी आई है भारत थर्ड आया फोर्थ तो नंबर से भूटान आया बस ਤਾ ਜੀ ਇਹ ਭਾਜੀ ਰਿਟਾਇਰ ਹੋ ਗਏ ਨੇ ਇਹਦੇ ਬਾਰੇ ਮੈਂ ਸਵਾਲ ਨਹੀਂ ਬਣਾਇਆ ਬਸ ਤਾਂ ਜੀ ਆਸਟ੍ਰੇਲੀਆ ਦਾ ਐਰਨ ਫਿੰਚ ਕਰਕੇ ਜੀ ਮੁੰਡਾ ਹੈ ਇਹਨੇ ਆਪਣੀ ਰਿਟਾਇਰਮੈਂਟ ਅਨਾਉਂਸ ਕਰਤੀ ਹੈ ਫਰੋਮ ਇੰਟਰਨੈਸ਼ਨਲ ਕ੍ਰਿਕਟ ਧਿਆਨ ਰੱਖਣੀ ਹੈ ਬਹੁਤ ਹੀ ਇੰਪੋਰਟੈਂਟ ਗੱਲ ਠੀਕ ਹੈ ਜੀ ਬਹੁਤ ਹੀ ਇੰਪੋਰਟੈਂਟ ਗੱਲ ਕੋਈ ਪੁੱਛਰੇ ਮਹਾਪੈਕ ਚ ਪਟਵਾਰੀ ਤੇ ਵੀਡੀਓ ਭਾਜੀ ਭੈਣ ਜੀ ਮਹਾਪੈਕ ਦਾ ਮਤਲਬ ਹੈ ਸਭ ਕੁਝ A to Z ਹੈ ਮਹਾਪੈਕ ਦੇ ਅੰਦਰ ਮਹਾਪੈਕ ਉਹ ਚੀਜ਼ ਹੈ ਆਪ ਦੁਕਾਨ ਦੇ ਅੰਦਰ ਗੁਸਕੇ ਨਾ ਸ਼ਰਟੇ ਪੈਂਟੇ ਚੱਪਲੇ 벨ਟੇ ਜੋ ਲੈਣਾ ਹੋਵੇ ਉਹ ਚੱਕ ਕੇ ਲੈ ਜਾ ਕੋਈ ਦੁਕਾਨਦਾਰ ਨਹੀਂ ਪੁੱਛਦਾ ਤੁਹਾਡੇ ਕੋਲ ਉਹ ਚੀਜ਼ ਹੈ ਉਹ ਚਲੋ ਇੰਪੋਰਟੈਂਟ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਫਾਰਮਰ ਰੈਸਲਰ ਬਬੀਤਾ ਫੋਗਾਟ ਇਹਨੇ ਜੁਆਇਨ ਕੀਤੀ ਜੀ ਓਵਰਸਾਈਟ ਕਮੇਟੀ ਪੈਨਲ ਜਿਹੜਾ ਬਣਾਇਆ ਸੀਗਾ ਬਈ ਜਿਹੜੀ ਇੰਟਰਨੈਸ਼ਨਲ ਤੁਹਾਡੇ ਇੰਡੀਅਨ weight lifting federation ਹੈ ਉਹਨਾਂ ਦੇ ਅਗੇਂਸਟ ਜਿਹੜੀ ਅ ਕੀ ਕਹਿੰਦੇ ਆ ਇਲਜ਼ਾਮ ਲੱਗੇ ਹੋਏ ਸੀਗੇ ਤਾਂ ਪ੍ਰਧਾਨ ਕੌਣ ਹੈ ਜੀ ਇੰਟਰਨੈਸ਼ਨਲ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਕੌਣ ਹੈ ਛੇਤੀ ਦਿਨੇਸ਼ ਕੁਮਾਰ ਖਾਰਾ ਮਾਧਵੀ ਪੂਰੀ ਬ੍ਰਿਜ भूषण ਸਿੰਘ ਜਾਂ ਫਿਰ ਐਮ ਸੀ ਮੈਰੀਕੋਮ ਛੇਤੀ ਦੱਸੋ ਅੱਜ ਸ਼ਾਬਾਸ਼ ਹੂ ਇਜ਼ ਦਾ ਪ੍ਰੈਜ਼ੀਡੈਂਟ ਆਫ ਡਬਲਯੂ ਐਫ ਆਈ ਐਵੇਂ ਹੋਣਾ ਚਾਹੀਦਾ ਦੁਕਾਨ 'ਚ ਹੈਨਾ ਸਵਾਦ ਕਿੰਨਾ ਆਉਂਦਾ ਇੱਕ ਪਾਸ ਲੈ ਲੈ ਬੜੇ ਹਾਂ ਜੀ ਹਾਂ ਜੀ ਅੱਗੇ ਹਾਂ ਜੀ ਹਾਂ ਜੀ ਅੱਜ ਤਾਂ ਪੈਂਟ ਚੱਕ ਕੇ ਲੈ ਕੇ ਤਿੰਨ ਪੈਂਟਾਂ ਚੱਕ ਕੇ ਲੈ ਕੇ ਫਿਰ ਕੱਲ ਫੇਰ ਆਗੇ ਕਹਿੰਦੇ ਹਾਂ ਜੀ ਹਾਂ ਜੀ ਹਾਂ ਨਿੱਥੇ ਰਿਤੇ ਪੈਂਟਾ ਚ ਅੱਖੇ ਲਾ ਕੇ ਕੋਈ ਪੁੱਛਣ ਵਾਲਾ ਵੀ ਨਹੀਂ ਕਰੋਗੇ ਕਿ ਇਨ ਇਵੈਂਟਾਂ ਦਾ ਬਾਈ ਜੀ ਮੇਰੀ ਮਰਜ਼ੀ ਤਾਂ ਜੀ ਸਾਰਿਆਂ ਦਾ ਏ ਟੂ ਜ਼ੈਡ ਗਲਤ ਹੈ ਜਵਾਬ ਕੀ ਬਾਤ ਹੈ ਜੀ ਇੱਕ ਇੱਕ ਦਾ ਗਲਤ ਹੈ ਵਿੱਚ ਵਿੱਚ ਇੱਕ ਅਦਾ ਤਾਂ ਸਹੀ ਆ ਰਿਹਾ ਹੈ ਤਾਂ ਐਮਸੀ ਮੈਰੀਕਾਮ ਤਾਂ ਭਲੇ ਮਾਨਸੋਂ ਐਮਸੀ ਮੈਰੀਕਾਮ ਤਾਂ ਕਮੇਟੀ ਦੀ ਹੈੱਡ ਬਣਾਈ ਸੀ ਮੈਂ ਪੁੱਛਿਆ ਹੂ ਇਜ਼ ਦਾ ਪ੍ਰੈਜ਼ੀਡੈਂਟ ਆਫ ਡਬਲਯੂ ਐਫ ਆਈ ਜੇ ਐਮੈਰੀਕਾਮ ਡਬਲਯੂ ਐਫ ਆਈ ਦੀ ਹੈੱਡ ਹੁੰਦੀ ਉਹਦੀ ਦੇਖ ਰੇ ਇੱਕ ਵਿੱਚ ਇਹੋ ਜਿਹਾ ਕੰਮ ਹੁੰਦਾ ਫਿਰ ਤਾਂ ਲੱਖ ਲਾਣ ਤਾਂ ਸੀਗੇ ਆ ਕਿਆ ਬਾਤ ਹੈ ਇਹ ਪ੍ਰਧਾਨ ਹੈ SBI ਦਾ ਸਟੇਟ ਬੈਂਕ ਆਫ ਇੰਡੀਆ ਦਾ ਇਹ ਪ੍ਰਧਾਨ ਹੈ SEBI ਦੀ ਸਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਦੀ ਬ੍ਰਿਜ ਭੂਸ਼ਣ ਸਿੰਘ ਹੈ ਇਹਨਾਂ ਦਾ ਪ੍ਰਧਾਨ ਤੇ MC ਮੈਰੀ ਕੌਮ ਤਾਂ ਹੁਣ ਕਮੇਟੀ ਦੀ ਪ੍ਰਧਾਨ ਬਣੀ ਹੈ ਕਿਆ ਬਾਤ ਕਰਤੀ ਤੀਆਂ ਲਾਤੀਆਂ ਸਾਰਿਆਂ ਨੇ ਹੈਨਾ ਬਹੁਤ ਹੀ ਬੜੀਆ ਹੈ ਚਲੋ ਤਾਂ ਜੀ ਬਬੀਤਾ ਫੋਗਟ ਆਪਾਂ ਗੱਲ ਕਰ ਲਈ ਨਾ ਬਾਰੇ ਤਾਂ ਜੀ 6 ਮੈਂਬਰ ਨੇ 6 ਮੈਂਬਰ ਬਾਰੇ ਇੱਕ ਵਾਰ ਧਿਆਨ ਰੱਖਣੇ ਯਾਦ ਨਹੀਂ ਰੱਖਣੇ ਠੀਕ ਹੈ ਇੱਕ ਇਹ ਦੱਸਿਆ ਸੀ ਮੈਂ ਤੁਹਾਨੂੰ ਟਾਰਗੇਟ 올림픽 ਪੋਡੀਅਮ ਸਕੀਮ ਜਿਹੜਾ ਹੁੰਦਾ ਟੌਪਸ ਇੱਕ ਸਕੀਮ ਬਣਾਈ ਹੈ ਵੀ ਪੋਡੀਅਮ ਕੀ ਹੁੰਦਾ ਵੀ ਅਸੀਂ 올림픽 ਵਿੱਚ ਜਾਵਾਂਗੇ ਅਸੀਂ ਘਾਟੋ ਘਾਟੇ ਇੱਕ ਮੈਡਲ ਤਾਂ ਲੈ ਕੇ ਆਈਏ 골ਡ সিলవర్ ব্রੌਂਜ਼ ਠੀਕ ਹੈ ਕੱਲਾ ਐ ਨਾ ਕਰੀਏ ਪਾਰਟਿਸਿਪੇਟ ਕਰੇ ਜਾਈਏ ਤਾਂ ਸਪੈਸ਼ਲ ਇੱਕ ਇਹ ਸਕੀਮ ਬਣਾਈ ਹੈ ਜਿਹਦੇ ਵਿੱਚ ਐਥਲੀਟ ਚੁਣੇ ਜਾਂਦੇ ਨੇ ਵੀ ਯਾਰ ਇਹ ਬੰਦਾ ਹੈ ਇਹ ਬੰਦਾ ਸਾਨੂੰ ਮੈਡਲ ਲੈ ਆ ਕੇ ਦੇ ਸਕਦਾ ਹੈ ਤਾਂ ਉਹਦੇ ਹੁਣ ਸੀਈਓ ਕੌਣ ਨੇ ਮੈਂ ਦੱਸਿਆ ਸੀ ਪਿਛਲੀ ਵਾਰ ਦੱਸੋ ਜਿਹੜਾ ਇੱਕ ਵਾਰ ਮੈਂ ਪਿਛਲੀ ਕਲਾਸ ਚ ਦੱਸਿਆ ਸੀ ਦੱਸੋ ਇੱਕ ਵਾਰ ਸਾਰੇ ਲਾਈ ਲਾ ਗੋ ਨਾ ਤੁਸੀਂ ਪੇੜਾ ਨਹੀਂ ਹੁੰਦੀ ਆ ਇੱਕ ਪੇੜ ਗੋਲ ਘੁੰਮਣਾ ਸ਼ੁਰੂ ਕਰ ਗਈ ਦੂਜੀ ਪੇੜ ਨੂੰ ਫਿਰ ਗਈ ਤੀਜਾ ਕਹਿੰਦਾ ਯਾਰ ਕੁਛ ਤਾਂ ਕਰ ਹੀ ਰਹੀ ਉਹਨੇ ਕੰਮ ਦਾ ਮੈਂ ਵੀ ਫੇਰ ਲੈਣਾ ਫਿਰ 4 5 6 7 8 9 10 ਫਿਰ ਜਿਹੜਾ ਕੋਈ ਸਮਝਦਾਰੀ ਹੁੰਦਾ ਨਾ ਉਹ ਵੀ ਦੇਖਦਾ ਹੁੰਦਾ ਯਾਰ ਐਨੀ ਦੁਨੀਆ ਕਰ ਰਹੀ ਹੈ ਪਾਗਲ ਤਾਂ ਹੋਣੀ ਨਹੀਂ ਹੈਨਾ ਮੇਰੇ ਵਿੱਚ ਹੀ ਕੋਈ ਕਮੀ ਹੋਣੀ ਉਹ ਵੀ ਘੁੰਮਣ ਲੱਗ ਜਾਂਦਾ ਤਾਂ ਐ ਨਾ ਕਰੋ ਤਾਂ ਜੀ ਇੱਕ ਦਾ ਵੀ ਜਵਾਬ ਸਹੀ ਨਹੀਂ ਆ ਰਿਹਾ ਤਾਂ ਜੀ ਪੀ ਕੇ ਗਰਗ ਕੌਣ ਹੈ ਜੀ ਪੀ ਕੇ ਗਰਗ ਇਹਦਾ ਟੌਪਸ ਤੇ ਸਕੀਮ ਦੇ ਪ੍ਰਧਾਨ ਨੇ ਚਲੋ ਅਗਲਾ ਨਿਊਜ਼ੀਲੈਂਡ ਨੇ ਡਿਕਲੇਅਰ ਕੀਤੀ ਜੀ ਨੈਸ਼ਨਲ ਐਮਰਜੈਂਸੀ ਆਫਟਰ ਸਾਈਕਲੋਨ ਗੈਬਰੀਅਲ ਤਾਂ ਜੀ ਕਿਹੜੀ ਡਾਇਰੈਕਸ਼ਨ ਵਿੱਚ ਘੁੰਮਦਾ ਹੈ ਸਾਈਕਲੋਨ ਜਦੋਂ ਉਹ ਨਾਰਦਰਨ ਹੈਮਿਸਫੀਅਰ ਵਿੱਚ ਹੋਵੇ ਤਾਂ ਮੈਂ ਤੁਹਾਡੇ ਕੋਲੋਂ ਕਿਹਾ ਸੀਗਾ ਜੇ ਤੁਸੀਂ ਸਾਈਕਲੋਨ ਦੀ ਵੀਡੀਓ ਚਾਹਨੇ ਹੋ ਤਾਂ ਘੱਟੋ-ਘੱਟ 50 ਕਮੈਂਟ ਕਰ ਦਿਓ ਬਟ ਮਸਾਂ ਹੀ 10 ਪਤਾ ਨਹੀਂ 11 ਕਮੈਂਟ ਆਏ ਨੇ ਤਾਂ 10 11 ਬੱਚੇ ਜੇ ਕਹਿ ਰਹੇ ਨੇ ਵੀਡੀਓ ਬਣਾਉਣ ਦਾ ਕਿਉਂਕਿ ਉਹੀ ਗੱਲ ਹੈ ਮਿਹਨਤ ਮੇਰੀ ਪੂਰੀ ਲੱਗ ਜਾਂਦੀ ਹੈ ਵੀਡੀਓ ਦੇਖਦਾ ਵੀ ਕੋਈ ਨਹੀਂ ਤਾਂ ਜੇ ਹਜੇ ਵੀ ਤੁਸੀਂ ਚਾਹਨੇ ਹੋ ਵੀ ਵੀਡੀਓ ਬਣਾਈਏ ਤਾਂ ਦਵਾਰੇ ਮੈਂ ਕਹਿ ਰਿਹਾ 50 ਕਮੈਂਟਸ ਥੋੜੀ ਜੀ ਮੇਰੀ ਵੀ ਭੁੱਖ ਮਿਟਾ ਦਿਓ ਮੈਂ ਵੀ ਕਹਿ ਰਿਹਾ 50 ਕਮੈਂਟਸ ਬਸ ਓਨਲੀ 50 ਕਮੈਂਟ ਸਾਈਕਲੋਨ ਉਤੇ ਡਿਟੇਲਡ ਵੀਡੀਓ ਆਉਗੀ ਕਿਉਂ ਘੁੰਮਦਾ ਹੈ ਕਿੱਦਾਂ ਘੁੰਮਦਾ ਹੈ ਕਿੱਦਾਂ ਘਟਦਾ ਹੈ ਕਿੱਦਾਂ ਖਤਮ ਹੋ ਜਾਂਦਾ ਹੈ ਉਹਦੇ ਨਾਂ ਕਿੱਦਾਂ ਰੱਖੇ ਜਾਂਦੇ ਨੇ A to Z ਚੀਜ਼ਾਂ ਉਸ ਵੀਡੀਓ 'ਚ ਬਣਾਉਂਗਾ ਲੇਕਿਨ 50 ਕਮੈਂਟਸ ਹੈਨਾ ਚਲੋ ਜਵਾਬ ਹੈ ਜੀ ਐਂਟੀ ਕਲਾਕਵਾਈਸ ਮੈਂ ਦੱਸਿਆ ਜੀ ਤੁਹਾਨੂੰ ਜਦੋਂ ਜੀ ਸਾਊਦਰਨ ਹੈਮਿਸਫੇਅਰ ਵਿੱਚ ਆਊਗਾ ਉਹ ਉਹ ਕਲਾਕਵਾਈਸ ਡਾਇਰੈਕਸ਼ਨ ਚ ਘੁੰਮੋਗਾ ਜਿੱਦਾਂ ਕਿ ਆ ਦੇਖੋ ਫੋਟੋ ਇਹ ਸਾਊਦਰਨ ਹੈਮਿਸਫੇਅਰ ਵਿੱਚ ਹੈ ਇਹ ਐ ਘੁੰਮ ਰਿਹਾ ਕਲਾਕਵਾਈਸ ਦਾ ਮਤਲਬ ਹੁੰਦਾ ਘੜੀ ਦੀ ਡਾਇਰੈਕਸ਼ਨ ਘੜੀ ਦੇਖ ਲਿਆ ਕਰੋ ਕਿੱਦਾਂ ਘੁੰਮਦੀ ਹੈ ਘੜੀ ਐਦਾਂ ਘੁੰਮਦੀ ਹੈ ਤੇ ਐਂਟੀ ਕਲਾਕਵਾਈਸ ਜਦੋਂ ਉਹ ਨਾਰਦਰਨ ਹੈਮਿਸਫੇਅਰ ਵਿੱਚ ਆਉਂਦਾ ਤਾਂ ਸਵਾਲ ਸੀਗਾ ਕਿ ਨਾਰਦਰਨ ਹੈਮਿਸਫੇਅਰ ਵਿੱਚ ਕਿੱਦਾਂ ਤਾਂ ਐਂਟੀ ਕਲਾਕਵਾਈਸ ਗੱਲ ਧਿਆਨ ਰੱਖੋਗੇ ਹੈਨਾ ਸਰ ਮਾਲਵਾ ਬੈਠੇ ਕਰੰਟ ਅਫੇਅਰ ਦੀ ਕਲਾਸ ਕਿੰਨੇ ਵਜੇ ਆਜੀ ਆਰਨ ਮਸੀਤ 3 ਵਜੇ ਹਾਂ ਲੇਕਿਨ ਹਜੇ ਨਹੀਂ ਆ ਥੋੜੇ ਦਿਨਾਂ ਬਾਅਦ ਹੈ ਕਿਉਂਕਿ ਕਰੰਟ ਅਫੇਅਰ ਦਾ ਚੱਕਰ ਪਤਾ ਕੀ ਹੁੰਦਾ ਕਰੰਟ ਅਫੇਅਰ ਮੰਨ ਲਓ ਮੈਨੇ ਮੈਂ ਹੁਣ ਲਾਤੀ ਕਲਾਸ ਪੇਪਰ ਤਾਂ ਥੋੜਾ ਜੂਨ ਚ ਫਿਰ ਤੁਸੀਂ ਕਹੋਗੇ ਸਰ ਮਾਰਚ ਅਪ੍ਰੈਲ ਦੇ ਕਰੰਟ ਅਫੇਅਰ ਤਾਂ ਕਰਾਈ ਨਹੀਂ ਤੁਸੀਂ ਤਾਂ ਥੋੜੀ ਲੇਟ ਹੋਊਗੀ ਕਲਾਸ ਸਮਝੋ ਹੈਨਾ ਮੈਥ ਤਾਂ ਹੈ ਨਹੀਂ ਕਿ ਹੋ ਗਿਆ ਹੋ ਗਿਆ ਹੁਣ ਇਹ ਤਾਂ ਹੈ ਨਹੀਂ ਵੀ ਮਹਾਤਮਾ ਗਾਂਧੀ ਨਵਾਂ ਜਿਉਂਦਾ ਹੋ ਕੇ ਮਹਾਤਮਾ ਗਾਂਧੀ ਆ ਕੇ ਜੀ ਭਾਜਪੀ ਜੁਆਇਨ ਕਰ ਲੂਗਾ ਤੇ ਕਹੋਗਾ ਜੀ ਮੈਂ ਮੈਨੂੰ ਪ੍ਰਧਾਨ ਮੰਤਰੀ ਬਣਾਉ ਤੇ ਗੋ ਮੋਦੀ ਜੀ ਕਹਿਣਗੇ ਭਾਜੀ ਪਹਿਲਾਂ ਕਿਉਂ ਨਹੀਂ ਆਇਆ ਬੈਠੋ ਤੁਸੀਂ ਨਵੀਂ ਨਵਾਂ ਹਿਸਟਰੀ ਤਾਂ ਆਉਗੀ ਨਹੀਂ ਉਹ ਹਿਸਟਰੀ ਹੈ ਹੋਗੀ ਹਿਸਟਰੀ ਸਮਝਦੇ ਮੇਰੀ ਗੱਲ ਚਲੋ ਅਚਾ ਨੋਟਸ ਬਣਾਣੇ ਚਾਹੀਦੇ ਜਾਂ ਨਾਲਿਆ ਕਰੰਟ ਅਫੇਅਰ ਦੀ ਕਲਾਸ ਲਗਾਈਏ ਬਸ ਕਰਨ ਸਿਰਫ ਅੱবি ਕਲਾਸ ਲਗਾਓ ਸਿਰਫ ਕਲਾਸ ਲਗਾਓ ਔਰ ਬਾਅਦ ਮੈਂ ਇਸ ਕੋ ਬੈਠ ਕੇ ਫਿਰ ਨੋਟਸ ਬਣਾਉਣਾ ਅਭੀ ਨੋਟਸ ਮਤ ਬਣਾਓ ਠੀਕ ਹੈ ਨਾਲੇ ਯਾਰ ਲਾਈਕ ਨਹੀਂ ਕੀਤਾ ਦਿਖ ਰਿਹਾ ਮੈਨੂੰ ਸਾਰਾ ਸਾਰਾ ਕਲੀਅਰ ਦਿਖ ਰਿਹਾ 298 ਲੋਕ ਬੈਠੇ ਹੋਏ ਨੇ 150 ਤੋਂ ਜ਼ਿਆਦਾ ਬੰਦੇ ਨੇ ਲਾਈਕ ਨਹੀਂ ਕੀਤਾ ਹੋਇਆ ਤੁਸੀਂ ਕਹੋਗੇ ਸਰ 241 ਲਾਈਕ ਕਿੱਦਾਂ ਕਿਉਂਕਿ ਇਹ ਪਿਛਲੀ ਕਲਾਸ ਵਾਲੇ ਲਾਈਕ ਨੇ ਦਿਖ ਰਿਹਾ ਸਾਰਾ ਸਾਰਾ ਦਿਖ ਰਿਹਾ ਯਾਰ ਲਾਈਕ ਕਰ ਦਿਓ ਯਾਰ ਥੋੜੀ ਜੀ ਐ ਐ ਬਸ ਹਲਕਾ ਜਿਹਾ ਐ ਟੱਚ 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 ਕਰ ਦਿਓ ਕਿ ਓਹ ਹੋ ਉਹ ਨਹੀਂ ਉਹ ਜਿੱਦ ਕਰਨ ਤਵੇ ਤੇ ਹੱਥ ਲਾ ਦੀ ਜਾ ए कर दो आह हाहा ए कर दो माड़ा जा है ना चलो क्या बात है ता जी उल सलोन आ अलागा तो न्यूजीलैंड से तराही तराही होगी अगला किने उद्घाटन किया जी इंडियन एल ओ सी फंडेड पार्ट ऑफ जॉय देवपुर टोंगी रेल लाइन मैं एल ओ सी एक्सप्लेन किया लाइन ऑफ कंट्रोल नहीं है यह है ਲਾਈਨ ਆਫ ਕ੍ਰੈਡਿਟ ਮਤਲਬ ਕਿ ਜਿੱਦਾਂ ਉਹ ਵਾਲਾ ਕੰਮ ਨਹੀਂ ਹੈ ਵੀ ਜਿੱਦਾਂ ਤੁਸੀਂ ਕਾਲਜ ਚ ਪੜ ਰਹੇ ਹੋ ਘਰੋਂ ਕਿਹਾ ਜੀ ਹਾਂ ਜੀ ਡੈਡੀ ਜੀ ਉਹ ਮਾਰਾ ਜਾ ਸ਼ੈਮੀਨਾਰ ਜਾ ਅਟੈਂਡ ਕਰਨਾ ਸੀਗਾ 1200 ਰੁਪਏ ਦੇ ਦੋ ਕੰਮ ਕੀ ਹੋ ਗਿਆ ਸੈਮੀਨਾਰ ਦਾ ਪੁੱਤ ਕੁਛ ਨਹੀਂ ਜੀ ਜਦੋਂ ਅਸੀਂ ਪਲੇਸਮੈਂਟ ਲਈ ਬੈਠੂਗੇ ਨਾ ਉਦੋਂ ਫਾਇਦਾ ਹੋਊਗਾ ਕਿ ਹਾਂ ਇਹਨੇ ਹੋਰ ਵੀ ਵਧੀਆ ਕੰਮ ਕੀਤੇ ਹੋਏ ਨੇ ਅੱਛਾ ਕਰਨਾ ਕੀ ਆ ਕਿ ਤੁਸੀਂ ਪੈਗ ਲਾ ਲੈਣੇ ਹੋਰ ਕੁਛ ਨਹੀਂ ਕਰਦੇ ਹਾਂ ਜੀ ਡੈਡੀ ਜੀ ਕਿਤਾਬਾਂ ਲੈਣੇ ਸੀਗੀਆਂ ਤੇ 4 ਸਾਲ ਕਦੇ ਕਿਤਾਬਾਂ ਲਈਆਂ ਨਹੀਂ ਕੀਤਾ ਕਿ ਕੁਛ ਨਹੀਂ ਤੁਸੀਂ ਪੈਗ ਲਾ ਲੇ ਤਾਂ ਉਹ ਵਾਲਾ ਕੰਮ ਨਹੀਂ ਕਰਨਾ ਕਹਿੰਦੇ ਵੀ ਪੈਸੇ ਦਿੱਤੇ ਨੇ ਜੇ ਤੁਹਾਨੂੰ ਅਸੀਂ ਟ੍ਰੇਨ ਲਈ ਤੁਸੀਂ ਐ ਨਹੀਂ ਕਰਨਾ ਕਿ ਤੁਸੀਂ ਤਲਾਬ ਬਣਾ ਲੈ ਹੈਨਾ ਟ੍ਰੇਨ ਲਈ ਪੈਸੇ ਦਿੱਤੇ ਨੇ ਤਾਂ ਟ੍ਰੇਨ ਹੀ ਬਣਾਓ ਉਹ ਹੁੰਦਾ ਐਲਓਸੀ ਬਸ ਬਾਈਕਰ ਰੈਕਰ ਵਾਲੇ ਵੀ ਐ ਕਰਨਾ ਸ਼ੁਰੂ ਕਰਨਾ ਚਾਹੀਦਾ ਵੈਸੇ ਐਲਓਸੀ ਨਾ ਵੀ ਪੇਰੈਂਟਸ ਲਾਈਨ ਆਫ ਕ੍ਰੈਡਿਟ ਇਹ ਪੈਸੇ ਦਿੱਤੇ ਗਏ ਨੇ ਕਿਤਾਬਾਂ ਲਈ ਤਾਂ ਉਹੀ ਗੱਲ ਹੋਵੇ ਕਿ ਜਿਹੜੀ ਮੈਂ ਉਹ ਸਟੈਂਡ ਅਪ ਦੇਖੀ ਜਾਂਦਾ ਸੀ ਕਹਿੰਦਾ ਮੁੰਡੇ ਨੇ ਫੋਨ ਕੀਤਾ ਕਿ ਹੈਲੋ ਪਾਪਾ ਬੁਕਸ ਲੈਣੀਆਂ ਨੇ ਪੈਸੇ ਭੇਜ ਦਿਓ ਉਹ ਪਿਓ ਨੇ ਕਿਤਾਬਾਂ ਹੀ ਭੇਜਤੀਆਂ ਇਹ ਹੋਣਾ ਚਾਹੀਦਾ ਹੈ ਨਾ ਤਾਂ ਧਿਆਨ ਰੱਖਣਾ ਜੀ ਬੰਗਲਾਦੇਸ਼ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਤਾਂ ਜੀ ਉਹੀ ਹੈ ਬਸ ਉਹ ਜਿਆਦਾ ਅੰਦਰ ਵੜ ਕੇ ਸਾਨੂੰ ਫਾਇਦਾ ਨਹੀਂ ਤੇ 11 ਕਿਲੋਮੀਟਰ ਲੰਬੀ ਹੈ 10th ਏਸ਼ੀਅਨ ਇੰਡੋਰ ਐਥਲੈਟਿਕ ਚੈਂਪੀਅਨਸ਼ਿਪ 2023 ਇਹ ਖਤਮ ਹੋ ਚੁੱਕੀ ਹੈ ਇਹਦੇ ਮੈਂ ਦੱਸਿਆ ਤੁਹਾਨੂੰ ਤਜਿੰਦਰ ਪਾਲ ਸਿੰਘ ਟੂਰ ਜਿਹੜਾ ਮੋਗੇ ਦਾ ਮੁੰਡਾ ਹੈ ਇੱਕ ਇਕਲੌਤਾ ਜਿਹਦੇ ਕੋਲ 골ਡ ਮੈਡਲ ਆਇਆ ਪੂਰੇ ਟੂਰਨਾਮੈਂਟ ਦਾ ਭਾਰਤ ਦਾ ਤਾਂ ਜੀ ਇਹ ਕਿੱਥੇ ਖਤਮ ਹੋਈ ਹੈ ਹੁਣੇ ਕਿਰਗਿਸਤਾਨ ਕਜ਼ਾਕਿਸਤਾਨ ਤੁਰਕਮੇਨਿਸਤਾਨ ਉਜ਼ਬੇਕਿਸਤਾਨ ਛੇਤੀ ਕਿਰਗਿਸਤਾਨ ਕਜ਼ਾਕਿਸਤਾਨ ਤੁਰਕਮੇਨਿਸਤਾਨ ਜਾਂ ਫਿਰ ਉਜ਼ਬੇਕਿਸਤਾਨ ਤਾਂ ਕੀ ਬਾਤ ਹੈ ਜੀ ਬਹੁਤ ਹੀ ਵਧੀਆ ਜੀ ਕਜ਼ਾਕਿਸਤਾਨ ਇਜ਼ ਦਾ ਕਰੈਕਟ ਆਨਸਰ ਤਾਂ ਜੀ ਇਹ ਆਪਾਂ ਅੱਜ ਪੜੋਂਗੇ ਨਹੀਂ ਜਿਆਦਾ ਬਹੁਤ ਜਿਆਦਾ ਇਹਦੇ ਅੰਦਰ ਇਨਫੋਰਮੇਸ਼ਨ ਸੀਗੀ ਆ ਪਿਛਲੀ ਕਲਾਸ ਵਿੱਚ ਆਪਾਂ ਪੜ ਚੁੱਕੇ ਹਾਂ ਇੱਕ 골ਡ 6 ਸਿਲਵਰ ਤੇ ਇੱਕ ਬ੍ਰੌਂਜ਼ ਸਾਡੇ ਕੋਲ ਆਇਆ ਤੇ ਦੋ ਨੈਸ਼ਨਲ ਰਿਕਾਰਡ ਵੀ ਕੀਤੇ ਨੇ ਤੇ ਟੌਪ ਕੀਤਾ ਹੈ ਇਹਨੇ ਸਾਰੇ ਤੇ ਟੌਪ ਕੀਤਾ ਹੈ ਜਪਾਨ ਨੇ ਤੇ ਦੂਜੇ ਨੰਬਰ ਤੇ ਰਿਹਾ ਹੈ ਕਜ਼ਾਕਿਸਥਾਨ ਚਲੋ ਐਕਸਟਰਨਲ ਅਫੇਅਰ ਮਿਨਿਸਟਰ ਸੁ브ਰਮਣੀਅਮ ਜੈ ਸ਼ੰਕਰ ਜੀ ਨੇ ਉਦਘਾਟਨ ਕੀਤਾ ਬਸਟ ਯਾਨੀ ਕਿ ਬੁੱਤ ਦਾ ਉਦਘਾਟਨ ਕੀਤਾ ਸਰਦਾਰ ਵੱਲਭ ਭਾਈ ਪਟੇਲ ਦਾ ਜਿਹੜੇ ਕਿ ਆਇਰਨ ਮੈਨ ਆਫ ਇੰਡੀਆ ਨੇ ਦੱਸੋ ਛੇਤੀ ਕਿੱਥੇ ਮੈਡਾਗਾਸਕਰ ਰੀਯੂਨੀਅਨ ਆਈਲੈਂਡ ਫਿਜੀ ਜਾਂ ਫਿਰ ਸੇਸ਼ਲਸ ਮੈਡਾਗਾਸਕਰ ਰੀਯੂਨੀਨ ਯੂਨੀਅਨ ਆਈਲੈਂਡ ਫਿਜੀ ਜਾਂ ਫਿਰ ਸੇਸ਼ਲਸ ਬਹੁਤ ਇੰਪੋਰਟੈਂਟ ਕੁਐਸਚਨ ਸਾਡੇ ਲਈ सर थोड़ी करंट अफेयर की बुक भी है हाँ जी बिल्कुल है एम पी अटवाल किसी भी बैच में अगर आप आओगे तो जब तक बैच की वैलिडिटी है तब तक आपको उसकी ई बुक मिल जाएगी लेकिन तभी मैं कहता हूँ बच्चों को कि महापैक में एनरोल करो साल भर ई बुक मिलेगी फिर तो जवाब क्या बात है जी बिल्कुल ठीक है जी पी जी इज़ द करैक्ट आंसर तो यहाँ दो तीन एम ओ यू वगैरह किए गए अजो कि आप डिस्कस नहीं करा काफ़ी ज़्यादा इन्फॉर्मेसन है पिछली बार आप डिटेल में ही करते होंगे है ना ਚਲੋ ਤਾਂ ਜਿੰਨੇ ਡਿਟੇਲ ਵਿੱਚ ਪੜ੍ਹਨਾ ਕੀ ਕਰਨਾ ਪੈਣਾ ਰੈਗੂਲਰ ਕਲਾਸ ਲਾਣੀ ਪੈਣੀ ਬੱਸ ਹੋਰ ਕੁਝ ਵੀ ਨਹੀਂ ਕਰਨਾ ਪੈਣਾ ਤੇ ਚਲੋ ਜੀ ਇਹ ਸਾਰਾ ਕੁਝ ਆਪਾਂ ਕਰ ਲਿਆ ਸੀਗਾ ਪਿਛਲੀ ਕਲਾਸ ਚ ਚਲੋ ਕੀ ਬਾਤ ਹੈ ਜੀ ਲਾਸਟ ਕੁਐਸਚਨ ਕਿੰਨੇ ਚੀਤਿਆਂ ਨੂੰ ਉਡਾ ਕੇ ਸਾਊਥ ਅਫਰੀਕਾ ਤੋਂ ਭਾਰਤ ਵਿੱਚ ਲੈ ਕੇ ਆਇਆ ਜਾ ਰਿਹਾ ਹੈ ਤੁਹਾਨੂੰ ਪਤਾ ਹੋਗਾ ਜੀ ਪਹਿਲਾਂ ਅਸੀਂ ਨਮੀਬੀਆ ਤੋਂ 8 ਚੀਤੇ ਲੈ ਕੇ ਆਏ ਸੀਗੇ 8 ਵਿੱਚ 5 ਕੁੜੀਆਂ ਸੀਗੇ ਤੇ 3 ਮੁੰਡੇ ਸੀਗੇ ਇਸ ਵਾਰ ਆਪਾਂ ਦੱਸੋ ਕਿੰਨੇ ਚੀਤੇ ਲੈ ਕੇ ਆ ਰਹੇ ਨੇ 10 11 12 13 ਹੁਣ ਆਪਾਂ ਕਿੰਨੇ ਚੀਤੇ ਲੈ ਕੇ ਆ ਰਹੇ ਨੇ ਕੀ ਬਾਤ ਹੈ ਜੀ ਹੁਣ ਆਪਾਂ 12 ਚੀਤੇ ਲੈ ਕੇ ਆ ਰਹੇ ਨੇ கரੈਕਟ ਤਾਂ ਕੁੜੀਆਂ ਹੁਣ ਵੀ ਅਸੀਂ 5 ਹੀ ਲੈ ਕੇ ਆ ਰਹੇ ਨੇ ਲੇਕਿਨ ਮੁੰਡੇ ਅਸੀਂ ਕਰਤੇ 7 ਯਾਦ ਹੈ ਨਾ ਕਨਫਿਊਜ਼ਨ ਨਹੀਂ ਕਰਨੀ ਪਹਿਲਾਂ ਨਮੀਬੀਆ ਤੋਂ ਲੈ ਕੇ ਆਏ ਸੀਗੇ ਆਪਾਂ ਉਸ ਟਾਈਮ ਆਏ ਸੀਗੇ 8 ਚੀਤੇ 8 ਵਿੱਚ 5 ਸੀਗੀਆਂ ਕੁੜੀਆਂ ਤੇ 3 ਸੀਗੇ ਮੁੰਡੇ ਤੇ ਕੁੜੀਆਂ ਹੁਣ ਅਸੀਂ ਫੇਰ 5 ਰੱਖਿਆ ਨੇ ਲੇਕਿਨ ਮੁੰਡੇ ਅਸੀਂ 7 ਕਰਤੇ ਨੇ ਇਹ ਗਲਤ ਸੀ ਧਿਆਨ ਰੱਖੋਗੇ ਠੀਕ ਹੈ ਤੇ ਆ ਕਿੱਥੇ ਰਹੇ ਨੇ ਦੋਨੇ ਵਾਰੀ ਇੱਥੇ ਹੀ ਇੱਕੇ ਥਾਂ ਤੇ ਕੂਨੋਪਾਲਪੁਰ نیشنل پارک ਮੱਧਿਆ ਪ੍ਰਦੇਸ਼ ਵਿੱਚ ਸਾਡੇ ਲਈ ਕਨਫਿਊਜ਼ਨ ਖਤਮ ਕਰਤੀ ਸਰਕਾਰ ਨੇ ਸਰਕਾਰ ਕਹਿੰਦੀ ਕਰੰਟ ਅਫੇਅਰ ਕਿੰਨਾ ਪੜੋਂਗੇ ਅਸੀਂ ਕਿਉਂ ਰੰਥਮਬੋਰ ਚ ਛੱਡ ਕੇ ਆਈਏ ਹੈਨਾ ਤਾਂ ਚੁੱਪਚਾਪ ਕਹਿੰਦੇ ਕੂਨੋਪਾਲਪੁਰ ਵਿੱਚ ਹੀ ਜਾ ਕੇ ਦਸ ਛੱਡ ਕੇ ਆ ਜੀ ਏ ਕੰਫਰਟੇਬਲ ਕੰਮ ਹੈ ਜੀ ਤਾਂ ਬਿਲਕੁਲ ਠੀਕ ਹੈ ਜੀ 12 ਚੀਤੇ ਤੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਕਿ ਅਸੀਂ ਅਗਲੇ 8-10 ਸਾਲ ਤੱਕ ਹਰ ਸਾਲ ਨਹੀਂ 10-12 10-12 ਚੀਤੇ ਲੈ ਕੇ ਆਂਦੇ ਰਹਾਂਗੇ ਤੇ ਟੋਟਲ ਅਸੀਂ 100 ਚੀਤਾ ਲੈ ਕੇ ਆਣਾ ਸਾਊਥ ਅਫਰੀਕਾ ਕੋਲੋ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਚੀਤਾ ਕਿੱਥੇ ਹੈ ਤੁਹਾਡੇ ਲਈ ਸਵਾਲ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਚੀਤਾ ਕਿੱਥੇ ਹੈ ਤੁਹਾਡੇ ਲਈ ਸਵਾਲ ਅਨ ਆਫੀਸ਼ੀਅਲ ਐਡੀਟਿੰਗ ਕਿਉਂਕਿ ਅਭੀ ਵਹਾਂ ਪੇ ਕਲਾਸ ਹੀ ਨਹੀਂ ਹੋਈ ਅਗਰ ਅਭੀ ਮੇਰੀ ਵਹਾਂ ਪੇ ਕਲਾਸ ਹੀ ਨਹੀਂ ਹੋਈ ਤਾਂ ਮੇਰੀ ਈ-ਬੁੱਕ ਕਿਵੇਂ ਮਿਲੇਗੀ ਇਹ ਤਾਂ وہی ਬਾਤ ਹੋ ਗਈ ਆ ਤੁਹਾਨੂੰ ਵਿਰਾਟ ਕੋਹਲੀ ਮੈਚ ਖੇਲ ਨਹੀਂ ਰਹਾ ਤੇ ਆਪ ਬੋਲ ਰਹੇ ਵਿਰਾਟ ਕੋਹਲੀ ਨੇ ਰਨ ਨਹੀਂ ਬਣਾਏ ਬੋਲੇ ਵਿਰਾਟ ਕੋਹਲੀ ਤਾਂ ਸਰ ਰੈਸਟ 'ਤੇ ਹੈ ਕਹਿ ਰਹੇ ਤੂੰ ਰਨ ਤਾਂ ਬਣਾਨੇ ਚਾਹੀਏ ਨਾ ਕਿਵੇਂ ਬਣਾਏਗਾ ਹੈ ਨਾ ਦੱਸੋ ਸਭ ਤੋਂ ਜ਼ਿਆਦਾ ਚੀਤੇ ਦੁਨੀਆ ਵਿੱਚ ਕਿੱਥੇ ਨੇ ਐਨਖਾਲਾ ਕਹਿੰਦੀ ਸਾਊਥ ਅਫਰੀਕਾ ਮਨਪ੍ਰੀਤ ਕਹਿੰਦੀ ਨਮੀਬੀਆ ਸੁਖਜੀਤ ਵੀ ਸਾਊਥ ਅਫਰੀਕਾ ਸਾਊਥ ਅਫਰੀਕਾ ਸਾਊਥ ਅਫਰੀਕਾ ਜਮਾਈ ਖਰਾਬ ਅੰਤਰ ਸਾਰਿਆਂ ਦੇ ਤਾਂ ਹੀ ਨਮੀਬੀਆ ਵਿੱਚ ਸਭ ਤੋਂ ਜ਼ਿਆਦਾ ਚੀਤੇ ਨੇ ਪੂਰੀ ਦੁਨੀਆ ਵਿੱਚ ਆਪਾਂ ਗੱਲ ਕੀਤੀ ਸੀਗੀ ਪਿਛਲੀ ਕਲਾਸ 'ਚ ਯਾਦ ਨਹੀਂ ਹੈ ਨਮੀਬੀਆ ਹੈਜ਼ ਦਾ ਵਰਲਡ ਲਾਰਜੈਸਟ ਪੋਪੂਲੇਸ਼ਨ ਆਫ ਚੀਤਾਸ ਇਹ ਯਾਦ ਨਹੀਂ ਹੁਣ ਭੁੱਲ ਗਏ ਹੈ ਕਿਹੜਾ ਗਾਣਾ ਸੀ ਹਨੀ ਸਿੰਘ ਦਾ ਹੈ ਪਹਿਲਾਂ ਤੂੰ ਨਖਰੇ ਦਿਖਾਉਂਦੀ ਸੀ ਉਹ ਵੀ ਮੈਂ ਸਹਿ ਗਿਆ ਚਰਚੇ ਨਾ ਨਹੀਂ ਖਰਚੇ ਕਰਾਉਂਦੀ ਸੀ ਉਹ ਵੀ ਮੈਂ ਸਹਿ ਗਿਆ 365 ਚਰਿੱਤਰ ਨਾਰਾ ਗੱਲ ਸੋਲੇ ਆਣਾ ਸੋਲਾ ਆਣੇ ਸੱਚ ਤਰੀਕੇ ਵਾਲਾ ਕਹਿ ਗਿਆ ਪਤਾ ਨਹੀਂ ਜੀ ਅਸ ਤਾਂ ਉਹੀ ਮੈਂ ਹਮੇਸ਼ਾ ਤੋਂ ਕਹਿਣਾ ਮੁੰਡਿਆਂ ਦੇ ਲੱਛਣ ਜ਼ਿਆਦਾ ਹੁੰਦੇ ਨੇ ਕੁੜੀਆਂ ਤਾਂ ਫੇਰ ਵੀ ਘੱਟ ਕਰਦੀਆਂ ਨੇ ਚਲੋ ਫਿਰ ਠੀਕ ਹੈ ਜੀ ਆ ਚੱਕ ਕਰੰਟ ਅਫੇਅਰ ਤਾਂ ਜੀ 19 20 ਤੇ 21 ਫਰਵਰੀ 3 ਦਿਨ ਦੇ ਆਪਾਂ ਕਰੰਟ ਅਫੇਅਰ ਕਰਾਂਗੇ ਤਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਥੋੜਾ ਨਾ ਸ਼ੇਅਰ ਕਰਨ ਨਾਲ ਥੋੜੀ ਜੀ ਲੋਕਾਂ ਨੂੰ ਪਤਾ ਲੱਗਦਾ ਕਿਉਂਕਿ ਮੈਨੂੰ ਬੜਾ ਅਜੀਬ ਪਤਾ ਕੀ ਲੱਗਦਾ ਜਦੋਂ ਪੇਪਰ ਹੁੰਦਾ ਨਾ ਫਿਰ ਬੱਚਾ ਕਹਿੰਦੇ-ਕਹਿੰਦੇ ਸਰ ਸਾਨੂੰ ਤੁਹਾਡੀ ਕਲਾਸ ਪਤਾ ਨਹੀਂ ਸੀਗੀ ਸਾਡੇ ਕਰੰਟ ਅਫੇਅਰ ਬਹੁਤ ਹੀ ਮਾੜੇ ਹੋਏ ਪਹਿਲਾਂ ਪਤਾ ਹੁੰਦੀ ਕਾਸ਼ ਤਾਂ ਯਾਰ ਜੀ ਫ੍ਰੀ ਆਫ ਕੋਸਟ ਏਟੀਐਮ ਕਲਾਸ ਚੱਲ ਰਹੀ ਹੈ ਤਾਂ ਇਹ ਤਾਂ ਵਧੀਆ ਚੀਜ਼ ਮੈਨੂੰ ਨਹੀਂ ਪੰਜਾਬ ਵਿੱਚ ਫਲਾੜੀ ਚਾਹੀਦੀ ਆ ਤੁਹਾਨੂੰ ਗੱਲਬਾਤ ਤਾਂ ਹੋ ਸਕੇ ਤਾਂ ਇੱਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਜਿਆਦਾ ਤੋਂ ਜਿਆਦਾ ਸਟੇਟਸ ਟੂਟਸ ਤੁਸੀਂ ਲਾ ਦੇਉਂਦੇ ਹੋ ਲਿੰਕ ਲਾ ਦਿਆ ਕਰੋ ਫ੍ਰੀ ਚੀਜ਼ ਹੈ ਯਾਰ ਤੇ ਫਾਇਦਾ ਹੋ ਰਿਹਾ ਭਲਾ ਹੋ ਰਿਹਾ ਕਰਦੀ ਦੀ ਏ ਥੋੜਾ ਜਿਹਾ ਹੈ ਨਾ ਚਲੋ ਚੰਨ ਦੀ ਕੁੜੀ ਬਦਲਾਂ ਦੀ ਭੈਣ ਸਾਰੇ ਤੈਨੂੰ ਬਿਜਲੀ ਬਿਜਲੀ ਕਹਿਣ ਕੀ ਬਾਤ ਹੈ ਰੋਹਿਨ ਮਾਨ ਚਲੋ ਫਿਰ ਸ਼ੁਰੂਆਤ ਕਰਦੇ ਹਾਂ ਤਾਂ ਜੀ ਆਯੂਸ਼ਮਾਨ ਖੁਰਾਨਾ ਤੋਂ ਸ਼ੁਰੂਆਤ ਕਰਦੇ ਹਾਂ ਪਹਿਲਾਂ ਤਾਂ ਇਹਨੂੰ ਅਪਾਇੰਟ ਕੀਤਾ ਗਿਆ ਐਸ ਨੈਸ਼ਨਲ ਐਮਬੈਸਡਰ ਆਫ ਚਾਈਲਡ ਰਾਈਟਸ ਫਾਰ ਯੂਨੀਸੇਫ ਇੰਡੀਆ ਬਹੁਤ ਇੰਪੋਰਟੈਂਟ ਕੁਐਸਚਨ ਹੈ ਸਿੱਧਾ ਸਿੱਧਾ ਇਹੀ ਸਵਾਲ ਆਊਗਾ ਡੈਸ਼ ਹੈਸ ਬੀਨ ਅਪਾਇੰਟਡ ਐਸ ਨੈਸ਼ਨਲ ਐਮਬੈਸਡਰ ਆਫ ਚਾਈਲਡ ਰਾਈਟਸ ਤਾਂ ਜੀ ਆਯੂਸ਼ਮਾਨ ਖੁਰਾਨਾ ਯੂਨੀਸੇਫਲੀ यूनिसेफ ਦੀ ਫੁੱਲ ਫਾਰਮ ਹੀ ਇਹ ਹੈ ਯੂनाइटेड ਨੇਸ਼ਨ ਇੰਟਰਨੈਸ਼ਨਲ ਚਿਲड्रन এডੂਕੇਸ਼ਨ ਫੰਡ ਦੁਨੀਆ ਵਿੱਚ ਬੱਚਿਆਂ ਨਾਲ ਕੁਝ ਵੀ ਤੱਕਾ ਹੋ ਰਿਹਾ ਹੈ ਤਾਂ ਇਹ ਪੈਸਾ ਦੇਣ ਨੂੰ ਤਿਆਰ ਹੁੰਦੇ ਨੇ ਕਿ ਅਸੀਂ ਸਾਰ ਬਾੜੂਗੇ ਉਹਨਾਂ ਨੂੰ ਤਾਂ ਜੀ ਧਿਆਨ ਰੱਖਣਾ ਹੈ ਹੁਣ ਆਯੂਸ਼ਮਾਨ ਖੁਰਾਨਾ ਤੇ ਯੂਨੀਸੇਫ ਬਾਰੇ ਤਾਂ ਇਹ ਤੋਂ ਪਹਿਲਾਂ ਵੀ ਆ ਸਕਦਾ ਤਾਂ ਇਹਨੇ ਸੈਲੀਬ੍ਰਿਟੀ ਐਡਵੋਕੇਟ ਬਣਿਆ ਸੀਗਾ ਯੂਨੀਸੇਫ ਭਾਰਤ ਦਾ ਵੀ ਹੈ ਬੱਚਿਆਂ ਦੇ ਅਗੇਂਸਟ ਜੇ ਵਾਇਲੈਂਸ ਹੋ ਰਹੀ ਹੈ ਜਿਹੜੀ ਜਿਹੜਾ ਕੀ ਕਹਿੰਦੇ ਪੰਜਾਬੀ ਚ ਵਰਡ ਕੀ ਹੁੰਦਾ ਹਿੰਸਾ ਹੋ ਰਹੀ ਹੈ ਉਹਨੂੰ ਰੋਕਣ ਲਈ ਲੇਕਿਨ ਹੁਣ ਇਨੂੰ ਅੰਬੈਸਡਰ ਬਣਾਤਾ ਪ੍ਰੋਪਰ ਇਹ ਤਿੰਨ ਚਾਰ ਚੀਜ਼ਾਂ ਧਿਆਨ ਰੱਖਣੀਆਂ ਫਾਊਂਡੇਡ ਇ 1946 ਹੈਡਕੁਆਰਟਰ ਇ న్యూ ਯਾਰਕ ਤੇ ਪ੍ਰਧਾਨ ਦਾ ਨਾਮ ਹੋ ਜਾਂਦਾ ਜੀ ਕੈਥਰੀਨ ਰਸਲ ਇਹ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਇਹ ਸਟੈਟਿਕ ਜੀਕੇ ਬਣ ਜਾਂਦਾ ਤੁਹਾਡਾ ਜਿੱਦਾਂ ਮੈਂ ਕਿਹਾ ਕੱਲੀ ਕਰੰਟ ਅਫੇਅਰ ਦੀ ਕਲਾਸ ਨਹੀਂ ਹੁੰਦੀ ਇਹ ਕਰੰਟ ਅਫੇਅਰ ਦੇ ਨਾਲ ਤੁਹਾਨੂੰ ਸਟੈਟਿਕ ਜੀਕੇ ਜਿੱਥੇ ਪੋਲੀਟੀ ਬਣਦੀ ਹੈ ਪੋਲੀਟੀ ਜਿੱਥੇ ਹਿਸਟਰੀ ਬਣਦੀ ਹੈ ਹਿਸਟਰੀ ਜਿੱਥੇ ਜੀਓਗ੍ਰਾਫੀ ਬਣਦੀ ਹੈ ਜੀਓਗ੍ਰਾਫੀ ਕਰਾਈ ਜਾਂਦੀ ਹੈ ਤਾਂ ਇਹ ਕਲਾਸ ਬਹੁਤ ਕੱਲਾ ਐਨ ਆ ਸੋਚਿਆ ਕਰੋ ਕਰੰਟ ਅਫੇਅਰ ਤੋਂ ਨਹੀਂ ਸਭ ਕੁਝ ਇਕੱਠਾ ਹੋਊ ਇੱਥੇ ਤਾਂ ਇਹ ਤਾਂ ਸਿੱਧਾ ਹੀ ਸਵਾਲ ਬਣੂਗਾ ਚਾਈਲਡ ਰਾਈਟਸ ਕੌਣ ਬਣਿਆ ਐਕਟੀਵਿਸਟ ਜੋ ਵੀ ਪ੍ਰਧਾਨ ਬਣਾਇਆ ਕਹਿੰਦਾ ਚਾਈਲਡ ਰਾਈਟਸ ਅੰਬੈਸਡਰ ਕੌਣ ਬਣਿਆ ਆਯੂਸ਼ਬੰਦ ਖੁਰਾਣਾ ਬਸ ਇਹ ਤਾਂ ਹੋਰ ਆਊਗਾ ਨਹੀਂ ਇਹਦੇ ਬਾਰੇ ਸਵਾਲ ਕੁਝ ਚਲੋ ਜੀ 150 ਸੈਟੇਲਾਈਟਸ ਲਾਂਚਡ ਅੰਡਰ ਐਪੀਜੀ ਅਬਦੁਲ ਕਲਾਮ ਸੈਟੇਲਾਈਟ ਲਾਂਚ ਵਹੀਕਲ ਮਿਸ਼ਨ 2023 ਤਾਂ ਜੀ ਆ ਦੇਖ ਸਕਦੇ ਤੁਸੀਂ ਤੇਲੰਗਨਾ ਤੇ ਪੁਡੂਚੇਰੀ ਦੀ ਜਿਹੜੀ ਗਵਰਨਰ ਹੈ ਕੌਣ ਹੈ ਜੀ ਤਮਿਲ ਸਾਈ ਸੁਨਦਰ ਰਾਜਨ ਇਹਨੂੰ ਚੀਫ ਗੈਸਟ ਬਣਾਇਆ ਸੀਗਾ ਕੀ ਲਿਖਿਆ ਜੀ ਇੰਡੀਆ ਦਾ ਪਹਿਲਾ ਹਾਈਬ੍ਰਿਡ ਰਾਕਟ ਲਾਂਚ ਅੰਡਰ ਡਾਕਟਰ ਏ ਪੀ ਜੇ ਅਬਦੁਲ ਕਲਾਮ ਸੈਟੇਲਾਈਟ ਲਾਂਚ ਮਿਸ਼ਨ 2023 ਤਾਂ ਬਹੁਤ ਹੀ ਇੰਪੋਰਟੈਂਟ ਹੈ ਆਓ ਗੱਲਬਾਤ ਕਰਦੇ ਹਾਂ ਜੀ ਤਾਂ ਜੀ ਬੱਚਿਆਂ ਤੋਂ ਬਣਵਾਈਆਂ ਸੈਟੇਲਾਈਟਾਂ ਇਹਨਾਂ ਨੇ ਆ ਟੋਟਲ ਆਫ 150 ਸੈਟੇਲਾਈਟਸ ਮੇਡ ਬਾਈ ਸਕੂਲ ਦੇ ਜਵਾਕ ਸੀਗੇ ਉਹ ਲਾਂਚ ਕੀਤੀ ਗਈ ਅੰਡਰ ਦਾ ਏ ਪੀ ਜੇ ਅਬਦੁਲ ਕਲਾਮ ਸੈਟੇਲਾਈਟ ਲਾਂਚ ਵਹੀਕਲ ਮਿਸ਼ਨ 2023 ਠੀਕ ਹੈ ਜੀ 2023 ਧਿਆਨ ਰੱਖਣਾ ਹੈ चीफ गैसट भैन जी सभी तमिल सुंदर राजन बच्चा कन्फ्यूजन ना होती गई फ्रॉम द पट्टी पोलम पिंड ऑफ चेंगल पट्टू जिला इन तमिलनाडु फ्रॉम द पट्टी पोलम पिंड ऑफ चेंगल पट्टू जिला इन तमिलनाडु असी कंफ्यूज की करांगे सर श्री हरिकोटा से करी होगी सर डॉक्टर ए पी जे अब्दुल कलाम आइलैंड से करी होगी बट नहीं पढ़ रहे हो पट्टी पोलम पिंड ऑफ चेंगल पट्टू जिला इन ਤਮਿਲਨਾਡੂ ਇੱਧਰ ਕਨਫਿਊਜ਼ਨ ਹੋ ਜੂਗੀ ਇੱਧਰ ਪਾਤੀ ਕੀ ਕਹਿੰਦੇ ਨੇ ਜੇ ਤੁਸੀਂ ਕ੍ਰਿਕਟ ਦੇਖਦੇ ਹੋਵੋਗੇ ਇੱਧਰ ਪਾਤਾ ਦੂਸਰਾ ਬੈਟਸਮੈਨ ਨੂੰ ਬਾਲ ਸਮਝ ਨਹੀਂ ਆਣੀ ਉਹ ਐ ਖੇਡੂਗਾ ਬਾਲ ਐ ਜਾ ਕੇ ਵਿਕਟਾਂ ਡਾਰ ਦੇਣੀ ਇਹ ਗੱਲ ਧਿਆਨ ਰੱਖਣੀ ਹੈ ਕਿਨਾਂ ਨੇ ਕਰਾਈ ਹੁਣ ਆ ਇੰਪੋਰਟੈਂਟ ਹੈ ਜੀ ਤਾਂ ਇੱਕ ਮਾਰਟਿਨ ਫਾਊਂਡੇਸ਼ਨ ਹੈ ਇਨ ਐਸੋਸੀਏਸ਼ਨ ਵਿੱਚ ਡਾਕਟਰ ਏ ਪੀ ਜੇ ਅਬਦੁਲ ਕਲਾਮ ਇੰਟਰਨੈਸ਼ਨਲ ਫਾਊਂਡੇਸ਼ਨ ਐਂਡ ਸਪੇਸ ਜ਼ੋਨ ਇਹਨਾਂ ਤਿੰਨਾਂ ਨੇ ਰਲ ਕੇ ਬਣਾਈ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਤਿੰਨ ਵੀ ਕਿਹਨੇ ਕਿਹਨੇ ਕਰਾਇਆ ਹੈ ਮਾਰਟਿਨ ਫਾਊਂਡੇਸ਼ਨ ਹੈ ਜੀ ਡਾਕਟਰ ਏਪੀ ਜੇ ਦਾ ਅਬਦੁਲ ਕਲਾਮ ਇੰਟਰਨੈਸ਼ਨਲ ਫਾਊਂਡੇਸ਼ਨ ਅਤੇ ਸਪੇਸ ਜ਼ੋਨ ਇੰਡੀਆ ਹੈ ਇਹਨਾਂ ਨੇ ਰਲ ਕੇ ਕੀਤੀ ਹੈ 150 ਸੈਟੇਲਾਈਟਾਂ ਗੱਲ ਧਿਆਨ ਰੱਖੋਗੇ ਠੀਕ ਹੈ ਸਰ ਇਹ ਉਹ ਤਾਂ ਨਹੀਂ ਖੜੇ 8 10 ਵਾਲੇ ਸਟੂਡੈਂਟ ਬਣਾ ਰਹੀ ਸੀ ਗਰਲਸ ਉਹ ਤਾਂ ਬਹੁਤ ਪੁਰਾਣੀ ਗੱਲ ਹੋ ਗਈ ਆਜੋ ਬਈ ਦੇਖੋ ਜੀ ਬੈਂਗਲੌਰ ਬਣ ਚੁੱਕੀ ਹੈ ਜੀ ਦੁਨੀਆ ਦੀ ਸਭ ਤੋਂ ਕੰਜੈਸਟਡ ਸ਼ਹਿਰ ਲੰਡਨ ਨੇ ਕੀਤਾ ਟਾਪ ਕੰਜੈਸਟਡ ਦਾ ਮਤਲਬ ਹੈ ਜੀ ਟ੍ਰੈਫਿਕ ਦੀ ਗੱਲ ਬਾਤ ਹੋ ਰਹੀ ਹੈ ਐਨੀ ਟ੍ਰੈਫਿਕ ਐਨੀ ਟ੍ਰੈਫਿਕ ਚਲੋ ਤੁਹਾਡੇ ਕੋਲੋਂ ਇੱਕ ਮੈਂ ਗੱਲ ਪੁੱਛਦਾ 10 ਕਿਲੋਮੀਟਰ ਟ੍ਰੈਵਲ ਕਰਨਾ ਹੈ ਤੁਸੀਂ ਕਿੰਨਾ 10 ਕਿਲੋਮੀਟਰ ਕਿੰਨਾ ਕੁ ਟਾਈਮ ਲੱਗ ਜਾਊਗਾ ਦੱਸੋ ਛੇਤੀ ਛੇਤੀ ਆਪਣੇ ਆਪਣੇ ਪਿੰਡ ਦਾ ਆਪਣੇ ਆਪਣੇ ਸ਼ਹਿਰ ਦਾ ਆਪਣੇ ਆਪਣੇ ਕਸਬੇ ਦਾ ਦੱਸੋ ਵੀ 10 ਕਿਲੋਮੀਟਰ ਟ੍ਰੈਵਲ ਕਰਨ ਚ ਕਿੰਨਾ ਟਾਈਮ ਲੱਗਦਾ 10 ਕਿਲੋਮੀਟਰ ਵਿੱਚ ਕਿੰਨਾ ਲੱਗਦਾ ਦੱਸੋ ਛੇਤੀ ਆਏ ਖੇ ਨਾਮ ਕਿੰਨਾ ਸੋਹਣਾ ਪ੍ਰਭਜੀਤ ਕਹ ਰਹੇ ਹੋ ਜੇ ਨਾਮ ਆਪਾਂ ਨੂੰ ਸੋਹਣੇ ਲੱਗਣ ਲੱਗੇ ਫਿਰ ਤਾਂ ਮਾੜਾ ਹੀ ਕੰਮ ਹੈ ਦੇਖ ਦੱਸੋ ਛੇਤੀ ਤੁਹਾਨੂੰ 29 ਕਿਲੋ 10 ਕਿਲੋਮੀਟਰ ਟਰੈਵਲ ਕਰਨ ਜੇ ਕਿੰਨਾ ਟਾਈਮ ਲੱਗਦਾ ਛੇਤੀ ਛੇਤੀ ਕੰਮ ਦੀ ਗੱਲ ਕੋਈ ਨਹੀਂ ਪੜ ਰਿਹਾ 10 ਕਿਲੋਮੀਟਰ ਚ ਲੱਗਦੇ ਨੇ 20 ਮਿੰਟ ਅੱਛਾ ਹੋਰ 10 ਕਿਲੋਮੀਟਰ ਲੱਗਦੇ 10 ਮਿੰਟ 20 ਮਿੰਟ 15 ਤੋਂ 20 ਮਿੰਟ 20 ਮਿੰਟ 10 ਮਿੰਟ 1 ਮਿੰਟ ਵੀ ਇੱਕ ਇੱਕ ਮਿੰਟ ਵਾਲਾ ਕੌਣ ਹੈ ਬਾਈ ਹੈਲੋ ਹੈਲੋ 1 ਮਿੰਟ ਵਾਲਾ ਕੌਣ ਹੈ ਹਾਂ ਜੀ ਇਹਨਾਂ ਦੇ ਹਾਲ ਇਹੋ ਜਿਹੇ ਨੇ ਬੈਂਗਲੌਰ ਨੂੰ ਲੱਗਦੇ ਨੇ 10 ਕਿਲੋਮੀਟਰ ਕਵਰ ਕਰਨ ਵਿੱਚ 29 ਮਿੰਟ ਤੇ 10 ਸੈਕਿੰਡ ਐਵਰੇਜ ਹੈ ਜਿਆਦਾ ਵੀ ਲੱਗੇ ਨੇ ਘੱਟ ਵੀ ਲੱਗੇ ਨੇ ਲੇਕਿਨ ਐਵਰੇਜ ਇਹੀ ਹੈ ਕਿ ਬੈਂਗਲੌਰ ਵਿੱਚ ਜੇ ਤੁਸੀਂ 10 ਕਿਲੋਮੀਟਰ ਕਵਰ ਕਰਨੇ ਹਨ ਤਾਂ ਤੁਹਾਨੂੰ ਅੱਧਾ ਘੰਟਾ ਤੁਹਾਡਾ ਗਿਆ ਅੱਧਾ ਘੰਟਾ ਤੁਹਾਡਾ ਗਾਇਬ ਇਹ ਤਾਂ ਫੇਰ ਵੀ ਠੀਕ ਹੈ ਲੰਡਨ ਚਲ ਜੋ 36 ਮਿੰਟ ਤੇ 20 ਸਕਿੰਡ ਲੱਗੂਗੇ 10 ਕਿਲੋਮੀਟਰ ਵਿੱਚ ਇਹ ਹਾਲ ਹੈ ਲੰਡਨ ਦੇ ਇੱਕ ਅੱਧਾ ਥੋੜੇ ਵਿੱਚ ਹੋਗਾ ਉਹ ਸਰ ਘੰਟਾ ਲਾ ਲਓ ਭਾਵੇਂ ਕਹਿੰਦੇ ਭਾਵੇਂ ਕਹਿੰਦੇ 10 ਮਿੰਟਾਂ ਵਿੱਚ ਇੱਕ ਘੰਟਾ ਲਾ ਲਓ ਵੀ 10 ਕਿਲੋਮੀਟਰ ਸਾਨੂੰ ਘੰਟੇ 'ਚ ਕਵਰ ਕਰਨਾ ਪੈ ਰਿਹਾ ਲੰਡਨ ਤ ਲੈ ਤਾ ਜਾਓ ਕੋਈ ਹੈ ਇਹੋ ਜਿਹਾ ਕੋਈ ਹੈ 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 ਇਹੋ ਜਿਹਾ ਕੋਈ ਆਪਣੇ ਵਿੱਚ ਵੀ ਸਰ ਛੱਡੋ ਯਾਰ ਤੁਸੀਂ ਸਰ ਇੱਕ ਘੰਟਾ ਲਾ ਦਿਓ 10 ਕਿਲੋਮੀਟਰ ਦਾ ਬਸ ਲੰਡਰ ਲੈ ਕੇ ਚੱਲ ਜਾਓ ਹੈਨਾ ਤਾਂ ਜਿੱਤੇ ਹਾਲ ਰੱਖਣੇ ਗੱਲ ਇਹ ਤਾਂ ਟੌਪ ਕੀਤਾ ਹੈ ਲੰਡਨ ਨੇ 36 ਮਿੰਟ 20 ਸੈਕਿੰਡ ਵਿੱਚ 10 ਕਿਲੋਮੀਟਰ ਕਵਰ ਹੁੰਦੇ ਆ ਤੇ ਬੈਂਗਲੌਰ ਵਿੱਚ 29 ਮਿੰਟ ਤੇ 10 ਸੈਕਿੰਡ ਤੇ ਆ ਰਹੀ ਜੀ ਰੈਂਕਿੰਗ ਤੁਸੀਂ ਦੇਖ ਸਕਦੇ ਹੋ ਸਭ ਤੋਂ ਜ਼ਿਆਦਾ ਲੰਡਨ ਸਭ ਤੋਂ ਕੰਜੈਸਟਿਡ ਸ਼ਹਿਰ ਹੈ ਫਿਰ ਬੈਂਗਲੌਰ ਹੈ ਫਿਰ ਡਬਲਿਨ ਹੈ ਆਇਰਲੈਂਡ ਵਿੱਚ ਫਿਰ ਸਪੋਰੋ ਹੈ ਜਾਪਾਨ ਫਿਰ ਮਿਲਾਨ ਫਿਰ ਭਾਰਤੀ ਦੀ ਗੱਲ ਕਰੀ ਤਾਂ 6ਵੇਂ ਨੰਬਰ ਤੇ ਪੂਨੇ ਹੈ ਆ ਦੇਖੋ 6ਥ ਤੇ ਪੂਨੇ ਹੈ 34 ਤੇ ਨਵੀਂ ਦਿੱਲੀ ਹੈ ਤੇ 47 ਨੰਬਰ ਤੇ ਮੁੰਬਈ ਹੈ ਗੱਲ ਧਿਆਨ ਰੱਖਣੀ ਹੈ ਨਾ ਹਨਾ ਫੇ ਹਾਂ ਫੇਰ ਪਹਿਲਾ ਕਹਿੰਦੇ ਜੀ ਬਾਹਰ ਚਲੇ ਜਾਣਾ ਫੇਰ ਕਹਿਣਾ ਵੀ ਸਾਨੂੰ ਤਾਂ ਪਿੰਡ ਦੀ ਯਾਦ ਹੀ ਬਹੁਤ ਆਂਦੀ ਹੈ ਅ ਕਿ ਅੱਜ ਕੱਲ ਰੀਲਾ ਨਹੀਂ ਆਂਦੀ ਆ ਕਿ ਆਫਟਰ 10 ইয়ার্স গোਇੰਗ ਟੂ ਪੰਜਾਬ ਸੁਣ ਦੇਖ ਕੇ ਬਹੁਤ ਵਧੀਆ ਲੱਗਦਾ ਮਜ਼ਾਕ ਅਲੇ ਗੱਲ ਨਹੀਂ ਫੀਲਿੰਗਸ ਬਹੁਤ ਵਧੀਆ ਨੇ ਇਹਰ ਲੇਕਿਨ ਜੇ ਤੁਸੀਂ ਪੈਸੇ ਦੇ ਚੱਕਰ ਵਿੱਚ ਆਪਣਾ ਘਰ ਹੀ ਨਹੀਂ ਜਾ ਸਕਦੇ ਮੈਂ ਤਾਂ ਨਹੀਂ ਮੈਨੂੰ ਤਾਂ ਨਹੀਂ ਸਮਝ ਆਉਂਦਾ ਵੀ ਕੀ ਕੀ ਫਾਇਦਾ ਇਹੋ ਜਿਹੇ ਪੈਸੇ ਦਾ ਹੈਨਾ ਜੇ ਤੁਸੀਂ ਆਪਣੇ ਘਰ ਦੇ ਨਾਲ ਹੀ ਨਹੀਂ ਰਹਿ ਸਕਦੇ ਹੈ ਰੋਜ਼ ਤੁਸੀਂ ਰੀਲਾ ਵੀ ਪਾਣੀ ਆ ਵੇ ਤੂੰ ਕਰਕੇ ਪੱਥਰ ਦੇ ਆ ਜੇਰਾ ਹੈ ਅੱਖਾਂ ਚ ਰੋਣੇ ਦੇ ਗਿਓ ਵੇ ਪਰਦੇਸੀ ਆ ਵੇ ਪਰਦੇਸੀ ਆ ਵੇ ਪਰਦੇਸੀ ਆ ਨਹੀਂ ਕੀ ਫਾਇਦਾ ਇਹੋ ਜਿਹੇ ਪੈਸੇ ਦਾ ਜੇ ਤੁਸੀਂ ਆਪਣੇ ਘਰਦਿਆਂ ਨੂੰ ਨਹੀਂ ਮਿਲ ਸਕਦੇ ਆਫਟਰ 10 ਇਅਰਸ ਗੋਇੰਗ ਟੂ ਪੰਜਾਬ ਦੇਖੀ ਹੋਣੀ ਤੁਸੀਂ ਇਹਨਾਂ ਅੱਜਕੱਲ ਰੀਲਾ ਮੁੰਡਾ ਜਾਂਦਾ ਭੱਜ ਕੇ ਐ ਕਰਦਾ ਫਿਰ ਐ ਗਲੇ ਲਾਂਦਾ ਫਿਰ 10 ਡੇਸ ਟੂ ਗੋ ਫਿਰ ਐ ਭੱਜ ਕੇ ਆਂਦਾ ਫਿਰ ਐ ਕਰਦਾ ਫਿਰ ਐ ਕਰਦਾ ਫਿਰ 9 ਡੇਸ ਟੂ ਗੋ ਐ ਐ ਕਰੀ ਜਾਂਦਾ ਫਿਰ ਪਹੁੰਚ ਜਾਂਦਾ ਪੰਜਾਬ ਭਾਜੀ ਛੇਤੀ ਆ ਜਾਓ ਯਾਰ 10 ਸਾਲਾਂ ਤੱਕ ਤੁਹਾਡੇ ਕੋਲ ਟਿਕਟ ਨਹੀਂ ਜੁੜੀ 1.5 ਲੱਖ ਰੁਪਏ ਨਹੀਂ ਕਮਾਇਆ ਗਿਆ ਤੁਹਾਡੇ ਕੋਲ 10 ਸਾਲਾਂ ਵਿੱਚ ਤੇ ਜੇ ਨਹੀਂ ਕਮਾਇਆ ਗਿਆ ਫਿਰ ਪਤਾ ਨਹੀਂ ਕੀ ਕਰ ਰਹੇ ਹੋ ਤੁਸੀਂ 10 ਸਾਲਾਂ ਤੱਕ ਉੱਥੇ ਨਹੀਂ ਫਰੈਂਕਲੀ ਸਮਝੋ ਦੇ 10 ਸਾਲ ਲਾ ਕੇ ਵੀ ਤੁਹਾਨੂੰ ਉੱਥੇ 1.5 ਲੱਖ ਰੁਪਏ ਤੁਹਾਡਾ ਆਣਾ ਜਾਣਾ ਤੁਹਾਡਾ ਨਹੀਂ ਕੀਤਾ ਗਿਆ ਤੁਹਾਡੇ ਕੋਲੋਂ। ਕੀ ਕਰ ਰਹੇ ਹੋ ਯਾਰ ਤੁਸੀਂ ਵਹਾਂ ਪੇ ਫਿਰ? ਉਹੀ ਬਸ ਫੋਕਰੀ ਮਾਰਨੀ ਆ ਫਿਰ ਬ੍ਰੈਮਟਨ ਵਿੱਚ ਮੁੰਡਾ ਰੈਂਡਾ ਜੱਟੀ ਐ ਪੰਜਾਬੀ ਐ ਹੈਨਾ। ਮੈਂ ਸਮਝ ਨਹੀਂ ਆਂਦੀ ਲੋਕਾਂ ਦੀ ਮੈਨੂੰ ਯਾਰ ਮੈਂਟੈਲਿਟੀ ਬਾਰੇ ਗੱਲ ਯਾਰ। ਆ ਜਾਓ ਐਨੀਵੇ ਅਗਲਾ ਤਾਂ ਜੀ ਇਹ ਬਹੁਤ ਹੀ ਵੱਡਾ ਮੈਨੂੰ ਮੈਂ ਵੀ ਕਾਫੀ ਹੈਰਾਨ ਜਾ ਹੋਇਆ ਇੱਕ ਬਹੁਤ ਹੀ ਫੇਮਸ ਪੰਜਾਬੀ ਐਕਟਰ ਤੁਹਾਨੂੰ ਯਾਦ ਹੋਊਗਾ ਜੀ ਸਰਦਾਰ ਜੀ ਵਨ ਪਿਕਚਰ ਵਿੱਚ ਸੀਗੇ ਸਰਦਾਰ ਜੀ ਟੂ ਪਿਕਚਰ ਵਿੱਚ ਸੀਗੇ ਤੇ ਉਹ ਹੋਰ ਵੀ ਕਾਫੀ ਪਿਕਚਰਾਂ ਵਿੱਚ ਸੀਗੇ ਤਾਂ ਜੀ ਅੰਮ੍ਰਿਤਪਾਲ ਛੋਟੂ ਜੀ ਇਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਇਹਨਾਂ ਦਾ ਦਿਹਾਂਤ ਹੋ ਚੁੱਕਾ ਹੈ ਜੀ ਤਾਂ ਜੀ ਇਹ ਵੀ ਇੰਪੋਰਟੈਂਟ ਸਵਾਲ ਸਾਡੇ ਲਈ ਬਣ ਜਾਊਗਾ ਅੰਮ੍ਰਿਤਪਾਲ ਛੋਟੂ ਆਜੋ ਅਗਲਾ ਆਹ ਲਓ ਜੀ ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਹੋ ਗਈ ਹੈ ਨਾ ਕਹਿੰਦੇ ਜੀ ਟੈਂਟ ਟੁੰਟ ਲਾਓ ਕਹਿੰਦੇ ਜੀ ਪਾਠ ਰੱਖੀਏ ਕਹਿੰਦੇ ਆਪਣਾ ਬੰਦਾ ਸੀਈਓ ਬਣ ਗਿਆ ਤਾਂ ਜੀ YouTube ਦੀ ਸੀਈਓ ਸੀਗੀ ਸੁਜ਼ਨ ਵੋਜ ਸੀ ਕੀ ਉਹਦੀ ਥਾਂ ਬਣ ਚੁੱਕੇ ਨੇ ਜੀ ਭਾਰਤੀ ਮੁੰਡਾ ਲਖਨਊ ਦਾ ਮੁੰਡਾ ਹੈ ਨੀਲ ਮੋਹਨ ਬਣ ਚੁੱਕਿਆ ਹੁਣ YouTube ਦਾ ਸੀਈਓ ਹੈ ਨਾ YouTube ਦਾ ਸੀਈਓ ਧਿਆਨ ਰੱਖਣੀ ਹੈ ਗੱਲ ਹੈ ਨਾ ਫਿਰ ਛੱਲਾ ਮੁੜ ਕੇ ਨਹੀਂ ਆਇਆ ਛੱਲਾ ਨਜ਼ਾਰੇ ਲੈ ਰਿਹਾ ਐਸਾ ਛੱਲਾ ਕਿੱਥੇ ਜਾਓ ਪਿੰਡ ਮੈਂ ਕਹਿੰਦਾ ਪਹਿਲਾਂ ਤਾਂ ਪਹਿਲਾਂ ਤਾਂ ਛੱਲਾ ਜਾ ਕੇ ਜਾ ਚੜਾਉਂਦਾ ਰਿਹਾ ਗੁਰਦੁਆਰੇ ਕਹਿੰਦਾ ਹੁਣ ਕਹਿੰਦਾ ਛੱਲਾ ਮੁੜ ਕੇ ਨਹੀਂ ਆਇਆ ਕਦ ਨਹੀਂ ਛੱਲੇ ਤੋਂ ਕਹਿੰਦੇ ਹਜ ਤੱਕ ਕਿਸ਼ਤਾਂ ਨਹੀਂ ਭਰੀਆਂ ਗਈਆਂ ਅੱਛਾ ਲੱਕੀ ਕਰੂਗਾ ਕੇ ਚਲੋ ਧਿਆਨ ਰੱਖਣੀ ਗੱਲ ਜੀ YouTube ਦੀ ਪੁਰਾਣੀ ਸੀਈਓ ਸੀਗੀ ਸੂਜ਼ਨ ਵੋਚ ਸੀ ਕੀ ਤੇ ਹੁਣ ਬਣ ਚੁੱਕੇ ਨੇ ਜੀ ਨੀਲ ਮੋਹਨ ਜੀ ਜਿਹੜੇ ਕਿ ਉਧਰ ਪਹਿਲਾਂ ਕਿਸ ਚੀਫ ਪ੍ਰੋਡਕਟ ਆਫੀਸਰ ਸੀਗੇ ਤਾਂ ਜੀ 9 ਸਾਲਾਂ ਬਾਅਦ ਇਹ ਭੈਣ ਜੀ ਨੇ ਰਿਜ਼ਾਈਨ ਦਿੱਤਾ ਹੈ ਤੇ ਹੁਣ ਬਣ ਚੁੱਕੀ ਹੈ ਇਹ ਛੱਡ ਚੁੱਕੀ ਹੈ ਇਹ ਤੋਂ ਪਹਿਲਾਂ ਨੀਲ ਆਪਣਾ ਮੁੰਡਾ ਚੀਫ ਪ੍ਰੋਡਕਟ ਆਫੀਸਰ ਸੀਗਾ ਤੇ YouTube ਬਾਰੇ ਇਹ ਇੰਪੋਰਟੈਂਟ ਗੱਲਾਂ ਧਿਆਨ ਰੱਖਿਓ ਵੈਲੈਂਟਾਈਨ ਡੇ ਵਾਲੇ ਦਿਨ 2005 ਨੂੰ ਫਾਊਂਡ ਕੀਤਾ ਗਿਆ ਸੀਗਾ ਹੈੱਡ ਕੁਆਰਟਰ ਕੈਲੀਫੋਰਨੀਆ ਤੇ ਫਾਊਂਡਰ ਸੀਗੇ ਤਿੰਨ ਚੈਡ ਹਰਲੀ ਸਟੀਵ ਚੈਨ ਤੇ ਜਾਵੈਦ ਕਰੀਮ ਠੀਕ ਹੈ ਜੀ ਬਹੁਤ ਇੰਪੋਰਟੈਂਟ ਗੱਲਾਂ ਚਲੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਪੰਜਾਬ ਪੁਆਇੰਟ ਆਫ 뷰 ਤੋਂ ਤਾਂ ਜੀ ਸਿਬਨ ਸੀ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਜੀ ਐਜ਼ ਪੰਜਾਬ ਦਾ ਚੀਫ ਇਲੈਕਟੋਰਲ ਆਫੀਸਰ ਹੁਣ ਤੁਹਾਡੇ ਸਾਰਿਆਂ ਲਈ ਸਵਾਲ ਹੈ ਪੰਜਾਬ ਦਾ ਪਹਿਲਾ ਇਹਨਾਂ ਤੋਂ ਪਹਿਲਾ ਕੌਣ ਸੀਗੇ ਚੀਫ ਇਲੈਕਟੋਰਲ ਆਫੀਸਰ ਕਿਹਨੂੰ ਰਿਪਲੇਸ ਕੀਤਾ ਇਹਨਾਂ ਨੇ ਸ਼ਾਬਾਸ਼ ਪੰਜਾਬ ਦੇ ਇਹਨਾਂ ਤੋਂ ਪਹਿਲਾਂ ਚੀਫ ਸੌਰੀ ਇਲੈਕਟੋਰਲ ਇਲੈਕਟੋਰਲ ਆਫੀਸਰ ਕੌਣ ਸੀਗੇ ਜਿਹੜਾ ਆਪਣੇ ਇਲੈਕਸ਼ਨ ਹੋਏ ਜਦੋਂ ਉਦੋਂ ਵੀ ਉਹੀ ਭਾਜੀ ਸੀਗੇ ਤੇ ਹੁਣ ਉਹਨਾਂ ਦੀ ਥਾਂ ਇਹ ਆਏ ਨੇ ਦੱਸੋ ਛੇਤੀ ਕੌਣ ਸੀਗਾ ਇਹਨਾਂ ਦੀ ਥਾਂ ਚੈਡ ਸਟੀਵ ਕ੍ਰੇਮ ਦੱਸੋ ਛੇਤੀ ਹਾਂ ਅਨੇ ਬੀ ਐਸ ਰਾਜੂ ਦੀਪਕ ਗਗਨ ਲੈਫਟੇਨੈਂਟ ਜਨਰਲ ਬੀ ਐਸ ਰਾਜੂ ਫਿਰ ਵਾਈਸ ਚੀਫ ਆਫ ਆਰਮੀ ਚੀਫ ਏ ਏ ਏ ਰਾਜੂ ਆਦਾਏ ਨਹੀਂ ਪਤਾ ਕਿਹੜਾ ਰਾਜੂ ਹੈ ਹੈ ਹੀਰਾ ਫੇਰੀ ਵਾਲਾ ਵੀ ਲਿਖ ਦੋ ਕੋਈ ਇੱਕ ਅਦਾ ਅਕਸ਼ੇ ਕੁਮਾਰ ਨੇ ਲਿਖਿਆ ਕਿਸੇ ਤਾਂ ਜੀ ਉਹਨਾਂ ਦਾ ਨਾਮ ਦਾ ਸੀਗਾ ਐਸ ਕਰੋਨਾ ਰਾਜੂ ਠੀਕ ਹੈ ਜੀ ਧਿਆਨ ਰੱਖਣੀ ਗੱਲ ਐਸ ਕਰੋਨਾ ਰਾਜੂ ਤਾਂ ਜੀ ਇਹ ਦੋ ਚਾਰ ਗੱਲਾਂ ਇੰਪੋਰਟੈਂਟ ਰੱਖਣੀਆਂ ਤੁਹਾਨੂੰ ਕਿਉਂਕਿ ਆਪਣੇ ਜਿਹੜੇ ਪੰਜਾਬ ਤੋਂ ਪੁਆਇੰਟ ਆਫ 뷰 ਤੋਂ ਸਵਾਲ ਸਿੱਧੇ ਸਿੱਧੇ ਨੇ ਪ੍ਰਧਾਨ ਮੰਤਰੀ ਭਗਵੰਤ ਮਾਨ ਜੀ ਬਣ ਗਏ 99ਵੇਂ ਨੰਬਰ ਦੇ 17ਵੇਂ ਤੁਸੀਂ 393 ਬੰਦਾ ਬੈਠਾ ਮੈਂ ਗਾਰੰਟੀ ਦੇ ਸਕਦਾ ਤੁਹਾਡੇ ਕੋਲ 60% ਬੱਚੇ ਨੂੰ ਪਤਾ ਨਹੀਂ ਹੋਊਗਾ ਵੀ 99ਵੇਂ ਨੰਬਰ ਦੇ ਪ੍ਰਧਾਨ ਮੰਤਰੀ ਨੇ ਇਹ ਇਹ ਗਾਰੰਟੀ ਹੈ ਕਿਉਂਕਿ ਅਸੀਂ ਜਿਹੜੀ ਚੀਜ਼ਾਂ ਤੁਹਾਨੂੰ ਲੱਗਦਾ ਨਾ ਸਾਨੂੰ ਪਤਾ ਹੈ ਲੇਕਿਨ ਉਹ ਸਾਨੂੰ ਨਹੀਂ ਪਤਾ ਹੁੰਦੀ ਤਾਂ ਧਿਆਨ ਰੱਖਣਾ ਜੀ ਪ੍ਰਧਾਨ ਮੰਤਰੀ ਭਗਵੰਤ ਸੌਰੀ ਮੁੱਖ ਮੰਤਰੀ ਭਗਵੰਤ ਮਾਨ 17ਵੇਂ ਨੰਬਰ ਦੇ ਗਵਰਨਰ ਬਨਵਾਰੀ ਲਾਲ ਪੁਰੀਹਤਾ 29ਥ ਨੰਬਰ ਦੇ ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਸਪੀਕਰ ਨੇ ਆਪਣੇ ਕੁਲਤਾਰ ਸਿੰਘ ਸੰਧਵਾ ਇਹ ਵੀ 18ਵੇਂ ਨੰਬਰ ਦੇ ਸਪੀਕਰ ਨੇ ਇਹ ਵੀ ਨਹੀਂ ਕਿਸੇ ਨੂੰ ਪਤਾ ਹੋਣਾ ਐਡਵੋਕੇਟ ਜਨਰਲ ਵਿਨੋਦ ਘਈ ਨੇ ਚੀਫ ਸੈਕਟਰੀ ਸਾਡੇ ਵਿਜੇ ਕੁਮਾਰ ਜੰਝੂਆ ਤੇ ਡੀਜੀਪੀ ਨੇ ਗੌਰਵ ਯਾਦਵ ਇਹ ਸਭ ਤੋਂ ਟਾਪ ਦੀਆਂ ਪੋਜੀਸ਼ਨਾਂ ਨੇ ਇਹ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ ਬਹੁਤ ਹੀ ਬੇਸਿਕ ਬੇਸਿਕ ਜੀਆਂ 17 29 ਤੇ 18 ਇਹ ਤਾਂ ਲਿਖ ਲੋ ਰਟ ਲੋ ਚਲੋ ਤਾ ਇੱਕ ਹੋਰ ਜੀ ਬੈਨ ਸਟੋਕਸ ਦੀ ਗੱਲ ਹੋ ਰਹੀ ਹੈ ਜੀ ਇਹਨੇ ਬ੍ਰੈਂਡਨ ਕਮਾਲ ਦੀ ਗੱਲ ਦੇਖੋ ਉਹ ਮੂਵੀ ਆਦੀ ਕਹਿੰਦਾ ਕੋਚ ਸਾਹਿਬ ਅੱਗੇ ਹੋਏ ਮੋਰੇ ਕੋਚ ਸਾਹਿਬ ਆਥੂ ਤਾਂ ਇਧਰ ਆਥੂ ਵਾਲਾ ਕੰਮ ਤਾਂ ਸੀਗਾ ਨਹੀਂ ਚਲੋ ਇਹਨਾਂ ਦੇ ਜਿਹੜੇ ਕੋਚ ਸਾਹਿਬ ਨੇ ਯਾਨੀ ਕਿ ਇੰਗਲੈਂਡ ਦੇ ਜਿਹੜੇ ਕੋਚ ਨੇ ਕੌਣ ਜੀ ਬ੍ਰੈਂਡਨ ਮੈਕਯੂਲਮ ਜਿਹੜਾ ਕਿ ਨਿਊਜ਼ੀਲੈਂਡ ਦਾ ਪਲੇਅਰ ਹੈ ਉਹਦੇ ਕੋਲ ਪਹਿਲਾ ਰਿਕਾਰਡ ਸੀਗਾ ਵੀ ਸਭ ਤੋਂ ਜ਼ਿਆਦਾ ਸ਼ਤਕ ਸਭ ਤੋਂ ਜ਼ਿਆਦਾ ਛੱਕੇ ਮਾਰੇ ਸੀਗੇ ਟੈਸਟ ਮੈਚਾਂ ਵਿੱਚ ਤਾਂ ਜੀ ਹੁਣ ਬੈਨ ਸਟੋਕਸ ਹੈ ਜਿਹੜਾ ਵਿਰਾਟ ਕੋਹਲੀ ਵਾਲਾ ਦਾ ਆਪਣਾ ਜਿਹਾ ਫੇਵਰੇਟ ਪਲੇਅਰ ਬੈਂਕ ਸਟੋਕ ਤਾਂ ਜੀ ਉਹ ਬ੍ਰੈਂਡਨ ਮੈਕਕੁਲਮ ਦਾ ਰਿਕਾਰਡ ਤੋੜ ਕੇ ਸਭ ਤੋਂ ਜ਼ਿਆਦਾ ਛੱਕੇ ਵਿੱਚ ਸਭ ਤੋਂ ਟੌਪ ਤੇ ਆ ਚੁੱਕਾ ਹੈ ਆ ਵੇਖੋ ਕਹਿੰਦੇ ਵੀ ਇਹਨਾਂ 90 ਮੈਚਾਂ ਵਿੱਚ ਸਟੋਕਸ ਨੇ 109 ਛੱਕੇ ਮਾਰੇ ਨੇ ਜਦੋਂ ਕਿ ਮੈਕਕਲਮ ਨੇ 107 ਛੱਕੇ ਮਾਰੇ ਸੀਗੇ 101 ਮੈਚਾਂ ਵਿੱਚ ਤਾਂ ਜੀ ਧਿਆਨ ਰੱਖਣਾ ਹੈ ਕੌਣ ਆ ਚੁੱਕਾ ਸਭ ਤੋਂ ਜ਼ਿਆਦਾ ਛੱਕਿਆਂ ਦੇ ਮਾਮਲੇ ਵਿੱਚ ਹੁਣ ਵਿਰਾਟ ਕੋਲੀ ਦਾ ਫੇਵਰਿਟ ਪਲੇਅਰ ਬੈਂਜ ਸਟੋਕਸ ਤੇ ਕੀ ਬਾਤ ਹੈ ਬਿਲਕੁਲ ਠੀਕ ਹੈ ਸੁਖਜੀਤ ਆਈਸੀਸੀ ਟੈਸਟ ਮੈਚ ਪਲੇਅਰ ਆਫ ਦਾ ਈਅਰ ਵੀ ਇਹੀ ਬਣਿਆ ਹੈ ਇਸ 8ਵੀਂ ਵਾਰ ਹੈ ਨਾ ਚਲੋ ਆ ਜੀ ਪੰਜਾਬ ਤੋਂ ਬਹੁਤ ਕੁਐਸਚਨ ਆਏ ਨੇ ਇਸ ਵਾਰੀ ਆ ਤੁਹਾਨੂੰ ਪਤਾ ਹੋਗਾ ਇਹ ਤਾਂ ਇਹ ਤਾਂ ਪਤਾ ਹੋਗਾ ਜਿਹੜਾ ਇੱਧਰ ਦਾ ਬੰਦਾ ਹੈ ਉਹਨੂੰ ਤਾਂ ਪਤਾ ਹੋਗਾ ਫਰਸਟ ਸਟੇਟ ਲੈਵਲ ਸ਼੍ਰਿੰਪ ਮੇਲਾ ਇਹ ਜਿਹੜਾ ਜਿੰਗੋ ਦਾ ਮੇਲਾ ਲਗਾਇਆ ਗਿਆ ਤਾਂ ਜਿੰਗੋ ਦਾ ਮੇਲਾ ਬਤਾਓ ਜਰਾ ਜਿੰਗੋ ਦਾ ਮੇਲਾ ਕਹਾਂ ਲਗਾਤਾ ਪੰਜਾਬ ਮੇ ਬਤਾਓ ਜਰਾ ਸ਼ਾਬਾਸ਼ ये झींगो का मेला कहाँ पे लगा हुआ था जेड़ा पंजाब का होया इस एरिया तो पता था होना दसो तो शेटी झींगो का मेला कहाँ था हाँ जी झींगो का मेला कहाँ था झींगो का मेला कहाँ लगा था शाबाश? पंजाब में तो लगा था कहाँ पे लगा था कह रहे और थोड़े को पूछ रहा है मैं क्या बात बिलकुल ठीक है, है मांसू ਮੁਖਸਰ ਸ੍ਰੀ ਮੁਖਸਰ ਸਾਹਿਬ ਕਹੀਦਾ ਯਾਰ ਮੁਖਸਰ ਕੀ ਹੁੰਦਾ ਹੈ ਸ੍ਰੀ ਮੁਖਸਰ ਸਾਹਿਬ ਕੀ ਉਹ ਬੜਾ ਜੋਕ ਸੁਣਿਆ ਸਾਬ ਨੇ ਉਹ ਕਹਿੰਦੇ ਜੀ ਬਸ ਚ ਬੈਠਾ ਹੁੰਦਾ ਕਿੱਥੇ ਜਾਣਾ ਅੰਮ੍ਰਿਤਸਰ ਕੰਡਕਟਰ ਇਹ ਲਮੜਾ ਤਰਦਾ ਸ੍ਰੀ ਅੰਮ੍ਰਿਤਸਰ ਸਾਹਿਬ ਹੁੰਦਾ ਕਹਿੰਦੇ ਠੀਕ ਹੈ ਜੀ ਹਾਂ ਵੀ ਦੂਜਾ ਤਾਂ ਪੁੱਛਦਾ ਕਿੱਥੇ ਜਾਣਾ ਆਨੰਦਪੁਰ ਇਹ ਥੱਪੜ ਤਰਦਾ ਕਹਿੰਦਾ ਸ੍ਰੀ ਆਨੰਦਪੁਰ ਸਾਹਿਬ ਹੁੰਦਾ ਫਿਰ ਇੱਕ ਵਿਚਾਰਾ ਕਹਿੰਦਾ ਯੂਪੀਪੀ ਹਰਦਾ ਬੰਦਾ ਬੈਠਾ ਹੁੰਦਾ ਕਹਿੰਦਾ ਕਿੱਥੇ ਜਾਣਾ ਕਹਿੰਦਾ ਜੀ ਸ਼੍ਰੀ ਬਠਿੰਡਾ ਸਾਹਿਬ ਉਹ ਤਾਂ ਪਰ ਤਾਂ ਕਹਿੰਦਾ ਇਹ ਕਿਹੜਾ ਸ਼੍ਰੀ ਹੋਇਆ ਤਾਂ ਸ਼੍ਰੀ ਮੁਕਸਰ ਸਾਹਿਬ ਹੁੰਦਾ ਹੈ ਨਾ ਚਲ ਤਾਂ ਜੀ ਆਹ ਵੇਖੋ ਜੀ ਪੰਜਾਬ ਦਾ ਪਹਿਲਾ ਸਟੇਟ ਲੈਵਲ ਪ੍ਰੌਨ ਫੇਅਰ ਹੈ ਜੀ ਮੁਕਸਰ ਜ਼ਿਲ੍ਹੇ ਵਿੱਚ ਲੱਗਿਆ ਜੀ ਇਨ ਇਨਾ ਖੇੜਾ ਪਿੰਡ ਇਹ ਕਿਹੜਾ ਇਹਨੂੰ ਪੜਦੇ ਕਿੱਦਾਂ ਯਾਰ ਇਨਾ ਖੇੜਾ ਪਿੰਡ ਆ ਅਖਬਾਰ ਵਾਲਿਆਂ ਨੇ ਵੀ ਮੁਕਸਰੀ ਲਿਖਿਆ ਹੋਇਆ ਵੈਸੇ ਇਨਾ ਖੇੜਾ ਵਿਲੇਜ ਇਹ ਯਾਦ ਹੈ ਕਿਸੇ ਨੂੰ ਇਨਾ ਖੇੜਾ ਵਿਲੇਜ ਇਹਨੂੰ ਪੜਦੇ ਕਿੱਦਾਂ ਇਨਾ ਖੇੜਾ ਹੀ ਪੜਦੇ ਇਹਨੂੰ ਲੇਕਿਨ ਤੁਸੀਂ ਟਾਈਪ ਕਰਕੇ ਕਿਦਾਂ ਦੱਸੋਗੇ ਮੈਨੂੰ ਇਨਾ ਖੇੜਾ ਕੀ ਹੁੰਦਾ ਤਾਂ ਇਹਦਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਲੱਗਿਆ ਜੀ ਇਨਾ ਖੇੜਾ ਪਿੰਡ ਵਿੱਚ ਸਟੇਟ ਲੈਵਲ ਝਿੰਗਾ ਮੇਲਾ ਕਿਉਂਕਿ ਜਿਹੜੇ ਆਪਣੇ ਕੁਝ ਜ਼ਿਲ੍ਹੇ ਨੇ ਨਾ ਉਹਨਾਂ ਵਿੱਚ ਬਹੁਤ ਵਧੀਆ ਤਰੀਕੇ ਦੇ ਬਹੁਤ ਵਧੀਆ ਲੈਵਲ ਤੇ ਝਿੰਗੇ ਦੀ ਖੇਤੀ ਹੁੰਦੀ ਆ ਪੰਜ ਸਾਊਥ-ਵੈਸਟਰਨ ਜ਼ਿਲ੍ਹੇ ਜਿਹੜੇ ਪੰਜਾਬ ਦੇ ਸ਼੍ਰੀ ਮੁਕਸਰ ਸਾਹਿਬ ਹੋ ਗਿਆ ਫਾਜ਼ਿਲਕਾ ਫਿਰੋਜ਼ਪੁਰ ਬਠਿੰਡਾ ਤੇ ਫਰੀਦਕੋਟ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਜਿੰਗੋ ਕੀ ਖੇਤੀ ਹੋਤੀ ਹੈ ਆਰ ਨੋਨ ਫਾਰ ਸ਼੍ਰਿੰਪ ਫਾਰਮਿੰਗ ਇਹ ਸੱਚੀ ਸੱਚੀ ਦੱਸੋ ਕਿਹਨੂੰ ਕਿਹਨੂੰ ਪਤਾ ਸੀਗਾ ਕਿ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਬਠਿੰਡਾ ਤੇ ਫਰੀਦਕੋਟ ਇਹਨਾਂ ਵਿੱਚ ਜਿੰਗੋ ਦੀ ਝਿੰਗਿਆਂ ਦੀ ਖੇਤੀ ਹੁੰਦੀ ਹੈ ਕਿਹਨੂੰ ਕਿਹਨੂੰ ਪਤਾ ਸੀਗਾ ਇਹ ਗੱਲ ਕਿਹਨੂੰ ਪਤਾ ਸੀ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਸ਼੍ਰੀ ਮੁਕਸਰ ਸਾਹਿਬ ਤੇ ਫਾਜ਼ਿਲਕਾ ਇਨਾਂ ਵਿੱਚ ਪ੍ਰੌਨਸ ਦੀ ਖੇਤੀ ਹੁੰਦੀ ਹੈ ਸਾਡੇ ਪਿੰਡ ਵਿੱਚ ਤਾਂ ਹੈ ਨਹੀਂ ਇਹ ਪਿੰਡ ਆ ਕੀ ਲਿਖਤਾ ਸੀ ਸਾਡੇ ਪਿੰਡ ਵਿੱਚ ਤਾਂ ਹੈ ਨਹੀਂ ਇਹ ਪਿੰਡ ਕੀ ਬਾਤ ਹੈ ਜੀ ਠੀਕ ਹੈ ਜੀ ਧਿਆਨ ਰੱਖਣੀ ਹੈ ਗੱਲ ਤੇ ਜਿੰਨੂ ਜਿੰਨੂ ਨਹੀਂ ਪਤਾ ਸੇ ਇੱਕ ਵਾਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਹਾਂਜੀ ਪੰਜਾਬ ਵਿੱਚ ਵੀ ਝਿੰਗਿਆਂ ਦੀ ਖੇਤੀ ਹੁੰਦੀ ਹੈ ਦੇਖਿਆ ਨਹੀਂ ਪਤਾ ਸੀ ਨਾ ਹਾਂ ਦੇਖੋ ਹੁਣ ਤਾਂ ਲਾਈਕ ਕਰਨਾ ਪਣਦਾ ਹੈ ਦੇਖੋ ਹੁਣ ਤਾਂ ਤੁਹਾਡੇ ਤੁਸੀਂ ਤੁਹਾਡੇ ਉੱਤੇ ਮੇਰਾ ਕਰਜ਼ ਮੇਰੇ ਉੱਤੇ ਤੁਹਾਡਾ ਕਰਜ਼ ਤੁਹਾਡੇ ਉੱਤੇ ਮੇਰਾ ਕਰਜ਼ ਆ ਚੁੱਕਾ ਹੈ ਹੁਣ ਤੁਹਾਨੂੰ ਕਰਜ਼ ਤਾਰਨਾ ਪੈਣਾ ਲਾਈਕ ਕਰਕੇ ਤਾਂ ਸਮਝ ਨਹੀਂ ਆਉਂਦਾ ਦੀਵਾਰ ਕਰਜ਼ ਕਿਸਕੇ ਉੱਪਰ ਜਾਂਦਾ ਹੈ ਮੈਂ ਬੜਾ ਕਨਫਿਊਜ਼ ਹੋ ਜਾਂਦਾ ਦੀਵਾਰੀ ਚਲੋ ਠੀਕ ਹੈ ਲਾਈਕ ਕਰ ਦਿਓ ਇੱਕ ਵਾਰ ਸਰੇ ਸੀ ਫੂਡ ਹੁੰਦੇ ਹਾਂਜੀ ਹਾਂਜੀ ਸੀ ਫੂਡ ਹੁੰਦਾ ਜੀ ਇਹ ਚੀਜ਼ ਹੁੰਦੀ ਹੈ ਇਹ ਹੁੰਦਾ ਚਿੰਗਾ ਇਹਨੂੰ ਬਲੋਗ ਵਧੀਆ ਹੁੰਦਾ ਮਤਲਬ ਜਿਹੜਾ ਨਾਨ ਵੇਜ ਖਾਣ ਵਾਲਾ ਹੋਵੇ ਜੇ ਤੁਸੀਂ ਬਠਿੰਡਵਾਲ ਦੇ ਵੱਡੇ ਸ਼ਹਿਰ ਵਿੱਚ ਜਾਓ ਕਿਤੇ ਉੱਥੇ ਬਾਰਬੀਕਿਊ ਬਾਰਬੀਕਿਊ ਵਰਗੇ ਹੁੰਦੇ ਨਾ ਬਾਰਬੀਕਿਊ ਨੇਸ਼ਨ ਬਾਰਬੀਕਿਊ ਟਾਈਮਸ ਵਰਗੇ ਤਾਂ ਉਧਰ ਜ਼ਰੂਰ ਜਾਓ ਉਧਰ ਖਾਓ ਫਿਰ ਅਸੀਂ ਜਦੋਂ ਜਾਂਦੇ ਹੁੰਦੇ ਨਾ ਐ ਹੁੰਦਾ ਹੁਣ ਦੇਖੋ ਚਿਕਨ ਚੁਕਨ ਤਾਂ ਡੇਲੀ ਖਾ ਲੈਂਦੇ ਹੁੰਦੇ ਆ ਉਧਰ ਜਾ ਕੇ ਅਸੀਂ ਇੱਕ ਚੀਜ਼ ਕਹਿੰਦੇ ਹਾਂ ਬਫੇ ਵਿੱਚ ਕੀ ਹੁੰਦਾ ਵੀ ਯਾਰ ਉਹ ਪਹਿਲੇ ਲੈਂਦੇ ਨੇ ਜ਼ਿਆਦਾ ਫਿਰ ਕਹਿੰਦੇ ਨੇ ਵੀ ਜਿੰਨਾ ਖਾਣਾ ਖਾਓ ਅਸੀਂ ਬੰਦੇ ਨੂੰ ਇੱਕ ਚੀਜ਼ ਕਹਿੰਦੇ ਆ ਮੈਂ ਗੱਲ ਸੁਣ ਮੈਂ ਕਹਾਂ ਜੇ ਤੂੰ ਆਲੂ ਦੀ ਡਿਸ਼ ਲੈ ਕੇ ਆਇਆ ਕੋਈ ਜੇ ਤੂੰ ਪਨੀਰ ਲੈ ਕੇ ਆਇਆ ਕੋਈ ਜੇ ਤੂੰ ਪਤਾ ਲੱਗੇ ਮੱਕੀ ਲੈ ਕੇ ਆ ਗਿਆ ਜੇ ਤੂੰ ਚਿਕਨ ਲੈ ਕੇ ਆ ਗਿਆ ਮੈਂ ਕਿ ਬਚੇਗਾ ਨਹੀਂ ਤੂੰ ਕਹਿੰਦੇ ਫਿਰ ਲਾਣਾ ਕੀ ਹੈ ਮੈਂ ਕਹਾ ਸਿਰਫ ਫਿਸ਼ ਔਰ ਸ਼੍ਰਿੰਪ ਹੁਣ ਜੇ ਪੈਸੇ ਦਿੱਤੇ ਆ ਘਟੋ ਘਟੋ ਉਸ ਮੁੱਲ ਦੀ ਚੀਜ਼ਾਂ ਦਾ ਖਾਓ ਹੁਣ ਚਿਕਨ ਤਾਂ ਵੈਸੀ ਵੀ ਖਾਈ ਲੈਂਦਾ ਬੰਦਾ ਪਨੀਰ ਵੀ ਖਾਈ ਲੈਂਦੇ ਆ ਘਾ ਉਸ ਤਾਂ ਖਾਈ ਲੈਂਦੇ ਹੈ ਮੱਕੀ ਵੀ ਖਾ ਲੈਂਦੇ ਹੈ ਕਲਾ ਕਹਿੰਦੇ ਮੱਛੀ ਔਰ ਸ਼੍ਰਿੰਪ ਇਹ ਦੋ ਚੀਜ਼ੇ ਲੈ ਕੇ ਆਣੀਆਂ ਹੈ तो मैं एग्जाम दे रहा कित है ना देखे उधर जाके कि ओहो हो चिकन टिक्का भी दिया है रोस्टेड चिकन भी दिया है चिकन विंग्स भी दिए हैं क्या बात है ऐ <laughs> ना कर लग जाए उत्थे कहना सिर्फ मच्छी और श्रिम्प पैसे दिए हैं तो महंगी चीजें खाओ है ना <laughs> चलो आगे चलते हैं चल मेरे वीर टिक 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 ਹਾਂਜੀ ਇਹ ਪੜ ਲਿਆ ਆਪਾਂ ਕਿਆ ਬਾਤ ਹੈ ਜੀ ਇਹ ਦੇਖੋ ਜੀ ਫੋਟੋ ਕਿਤਾ ਲੱਗੀ ਪਹਿਲਾਂ ਇਹ ਦੱਸੋ ਮੈਨੂੰ ਜੀ ਇਹ ਫੋਟੋ ਜਿੱਤ ਚੁੱਕੀ ਹੈ ਜੀ ਅਵਾਰਡ ਤਾਂ ਜੀ ਭਾਰਤੀ ਮੁੰਡਾ ਹੈ ਵੈਸੇ ਜੀ ਕਾਰਤਿਕ ਸੁਬਰਾਮਣੀਅਮ ਇਹਨੇ ਜਿੱਤ ਲਿਆ ਜੀ ਨੈਸ਼ਨਲ ਜੀਓਗ੍ਰਾਫੀ ਦਾ ਪਿਕਚਰ ਆਫ ਦਾ ਈਅਰ ਦਾ ਇਹਨੂੰ ਖਿਤਾਬ ਮਿਲ ਗਿਆ ਜੀ ਇਹ ਪਿਕਚਰ ਲਈ ਸੀ ਇਹਨੇ ਇਹ ਦੇਖ ਸਕਦੇ ਹੋ ਤੁਸੀਂ ਅਮਰੀਕਾ ਦੇ ਈਗਲ ਜਿਹੇ ਨੇ ਤਾਂ ਜੀ ਹੁੰਦਾ ਕੀ ਹੈ ਇਹ ਹੁਣ ਮਈ ਦੀ ਜਿਹੜੀ ਮੈਗਜ਼ੀਨ ਕੱਢੂਗਾ ਨੈਸ਼ਨਲ ਜੀਓਗ੍ਰਾਫੀ ਵਾਲੇ ਉਹਦੇ ਕਵਰ ਪੇਜ ਉੱਤੇ ਇਹ ਵਾਲੀ ਫੋਟੋ ਲਾਉਂਗੇ ਉਹਦੇ ਕਵਰ ਪੇਜ ਉੱਤੇ ਇਹ ਵਾਲੀ ਫੋਟੋ ਲਾ ਆ ਵੇਖੋ ਤਾਂ ਜੀ ਕਾਰਤਿਕ ਸੁਬਰਮਣੀਅਮ ਜਿਹੜੀ ਫੋਟੋ ਹੈ ਨਾ ਕੀ ਰੱਖਿਆ ਨੇ ਫੋਟੋ ਦਾ ਡਾਂਸ ਆਫ ਦਾ ਈਗਲਸ ਕਹਿੰਦੇ ਨਚਦੇ ਹੋਏ ਜਿਹੜੇ ਬਾਜ ਨੇ ਇਹ ਨਚਦੇ ਹੋਏ ਬਾਜ ਹੀ ਕਹਿੰਦੇ ਨੇ ਈਗਲ ਨੂੰ ਕੁਝ ਹੋਰ ਕਹਿੰਦੇ ਨੇ ਡਾਂਸ ਆਫ ਦਾ ਈਗਲਸ ਹੀ ਲਿਖਿਆ ਹੋਇਆ ਇਹਨੂੰ ਜੀ ਕੀਤਾ ਸੀਗਾ ਐਟ ਚਿਲਕਟ ਬੋਲਡ ਈਗਲ ਪ੍ਰਿਜ਼ਰਵ ਅਲਾਸਕਾ ਵਿੱਚ ਇਹਨੂੰ ਨੈਸ਼ਨਲ ਜੀਓਗ੍ਰਾਫੀ ਫੋਟੋ ਆਫ ਦਾイヤー ਚੁਣਿਆ ਗਿਆ ਹੈ ਤੇ ਨੈਸ਼ਨਲ ਜੀਓਗ੍ਰਾਫੀ ਦੇ ਮਈ ਦੇ ਮਹੀਨੇ ਵਿੱਚ ਜਿਹੜੀ ਮੈਗਜ਼ੀਨ ਕੱਢੂਗੇ ਉਹਦੇ ਕਵਰ ਪੇਜ ਉੱਤੇ ਇਹ ਫੋਟੋ ਲਾਈ ਜਾਊਗੀ ਗੱਲ ਧਿਆਨ ਰੱਖਿਓ ਹੈਨਾ ਚਲੋ ਕਾਫੀ ਆਰ ਸਟੱਡੀ ਕੀਤਾ ਸਰ ਜੀ ਉਸਨੇ ਇਹ ਪਿਕ ਲੈਣ ਲਈ ਤੇ ਕਮਾਲ ਦੀ ਗੱਲ ਪਤਾ ਕੀ ਹੈ ਇਹ ਫੋਟੋਗ੍ਰਾਫਰ ਬੰਦਾ ਨਹੀਂ ਹੈ ਇਹ ਹੈ ਇੱਕ ਇੰਜੀਨੀਅਰ ਇਹਦਾ ਸ਼ੌਕ ਹੈ ਫੋਟੋਗ੍ਰਾਫੀ ਕਰਨਾ ਕਹਿੰਦਾ ਮੈਂ ਦੇਖਿਆ ਕਿ ਹਾਂ ਇਸ ਟਾਈਮ ਉੱਤੇ ਆਂਦੇ ਨੇ ਕਹਿੰਦਾ ਬੈਠਿਆ ਤੱਕ ਖਲਿੱਚੀ ਗਈ ਲੇਕਿਨ ਆਬਵੀਅਸਲੀ ਗੱਲ ਹੈ ਜਦੋਂ ਅਸੀਂ ਹੌਬੀ ਕਰਦੇ ਹਾਂ ਹੌਬੀ ਐਜ਼ ਹੌਬੀ ਅਸੀਂ ਕਰਦੇ ਹੁੰਦੇ ਆ ਸਾਡੀ ਜਿਆਦਾ ਐਕਸਪੈਕਟੇਸ਼ਨ ਨਹੀਂ ਹੁੰਦੀ ਆ ਹੁਣ ਆਪਣੇ ਆਪ ਸੋਚੋ ਜੇ ਤੁਸੀ ਨੌਕਰੀ ਲੱਗ ਜਾਓਗੇ ਤੁਸੀਂ ਕੋਈ ਸਬ ਇਨਸਪੈਕਟਰ ਲੱਗਿਆ ਹੋਇਆ ਤੁਹਾਡੇ ਵਿੱਚ ਕੋਈ ਕਨਸਟੇਬਲ ਲੱਗਿਆ ਹੋਇਆ ਕੋਈ ਪਟਵਾਰੀ ਲੱਗਿਆ ਹੋਇਆ ਕੋਈ ਐਕਸਾਈਜ਼ ਇਨਸਪੈਕਟਰ ਲੱਗਜੂ ਕੋਈ ਨੈਬ ਤਹਿਸੀਲਦਾਰ ਲੱਗਜੂ ਫੇਰ ਵੀ ਤੁਹਾਡਾ ਸ਼ੌਂਕ ਹੋਊਗਾ ਕਿ ਤੁਹਾਨੂੰ ਖਾਣਾ ਬਣਾਉਣਾ ਬਹੁਤ ਪਸੰਦ ਹੈ ਤੇ ਸੋਚੋ ਤੁਸੀਂ ਜਾ ਕੇ ਮਾਸਟਰਸ਼ਿਪ ਜਿੱਤਜੋ ਉਹਦੀ ਖੁਸ਼ੀ ਹੋ ਅੱਡ ਹੋਊਗੀ ਕਿ ਮੈਂ ਤਾਂ ਕੰਮ ਵੀ ਨਹੀਂ ਕਰਦਾ ਇਹ ਮੈਂ ਤਾਂ ਪ੍ਰੋਫੈਸ਼ਨਲੀ ਤਾਂ ਮੈਂ ਕੁਝ ਹੋਰ ਕਰਦਾ ਹੁੰਦਾ ਤਾਂ ਖੁਸ਼ੀ ਹੀ ਅੱਡ ਹੁੰਦੀ ਹੈ ਇਹਦਾ ਬਾਈਦਾ ਉਹੀ ਹਿਸਾਬ ਸੀਗਾ ਵੈਸੇ ਇੰਜੀਨੀਅਰ ਹੈ ਫੋਟੋ ਖਿੱਚਣਾ ਸੀਗਾ ਸ਼ੌਂਕ ਚਲੋ ਮੈਂ ਸਕਰੀਨਸ਼ਾਟ ਲਿਆ ਡੀਪੀ ਲਵਾ ਆ ਗਈ ਪ੍ਰਵਿੰਦਰ कौर ਕੰਬੋਜ ਯੂਟਿਊਬ ਗੂਗਲ ਤੇ ਜਾ ਕੇ ਸਰਚ ਕਰੋ ਇਹ ਫੋਟੋ ਆਫ ਦਾ ਏਅਰ ਤੁਹਾਡੇ ਕੋਲ ਆ ਜੂਗੀ ਪਿਕਚਰ ਆਫ ਦਾ ਏਅਰ ਕਲੀਅਰ ਕੁਆਲਿਟੀ ਦੀ ਲਓ ਨਾ ਐ ਕਿਉਂ ਕਲੀਅਰ ਕੁਆਲਿਟੀ ਦੀ ਕਰੋ ਫਰਹਾਨ ਐ 3 ਡੇਟ ਵਾਲਾ ਫਰਹਾਨ ਨੇ ਲੇਕਿਨ ਨੌਕਰੀ ਨਹੀਂ ਕੀਤੀ ਨਾ ਫਰਹਾਨ ਤਾਂ ਕਹਿੰਦਾ ਅੱਬਾ ਅੱਬਾ ਮੈਂ ਨਹੀਂ ਅੱਬਾ ਮੈਂ ਇਹ ਕਰਨਾ ਹੀ ਨਹੀਂ ਚਾਹਤਾ ਇਹਨੇ ਥੋੜਾ ਜਿਹਾ ਸਮਝਦਾਰੀ ਦਿਖਾਈ ਇਹਨੇ ਕਿਉਂਕਿ ਦੇਖੋ ਘਰ ਵਾਲੇ ਪੈਸ਼ਨ ਨੂੰ ਮਨਾ ਨਹੀਂ ਕਰਦੇ ਜਦੋਂ ਤੱਕ ਪੈਸ਼ਨ ਪੈਸੇ ਦੇ ਰਿਹਾ ਹੋਵੇ ਜੇ ਪੈਸ਼ਨ ਪੈਸੇ ਨਹੀਂ ਦਿੰਦਾ ਨਾ ਫਿਰ ਫਾਇਦਾ ਕੀ ਹੈ ਤੁਹਾਡੇ ਪੈਸ਼ਨ ਦਾ ਤਾਂ ਘਰ ਵਾਲੇ ਉਦੋਂ ਤੱਕ ਖੁਸ਼ ਨੇ ਵੀ ਜੇ ਤੁਸੀਂ ਪੈਸ਼ ਕੰਮ ਕਰ ਰਹੇ ਹੋ ਪੇਂਟਿੰਗ ਕਰ ਰਹੇ ਹੋ ਨੱਚ ਰਹੇ ਹੋ ਗਾ ਰਹੇ ਹੋ ਠੀਕ ਹੈ ਜੀ ਗੱਡੀ ਭਜਾ ਰਹੇ ਹੋ ਪੈਸੇ ਦੇ ਰਹੇ ਨੇ ਜੇ ਤੁਹਾਨੂੰ ਗੱਡੀ ਭਜਾਣ ਦੇ ਪੈਸੇ ਮਿਲਣ ਰਾਤੀ ਤੁਸੀਂ ਡਰੈਗ ਰੈਸਾ ਲਾ ਰਹੇ ਆਪਣੇ ਫਰੈਂਡਾਂ ਨਾਲ ਹੈਨਾ ਆਓ 100 120 ਵੀ ਤੇ ਗੱਡੀ ਟਪਾ ਰਹੇ ਹੋ ਕੁੜੀਆਂ ਦੇ ਕਿ ਸ਼ੋਅ ਕਰਕੇ ਜਾ ਰਹੇ ਸੋਚੂਗਾ ਮਾਈ ਗਾਡ ਕੁੜੀ ਕਹੋਗੀ ਹਾਏ ਇਹ ਤਾਂ ਮੁੰਡਾ ਹੈ ਮੇਰੇ ਸੁਪਨਿਆਂ ਦਾ ਰਾਜਕੁਮਾਰ ਹੈਨਾ ਮੈਂ ਤਾਂ ਇਸकी دیਵਾਨੀ ਬਣੂਗੀ ਤਾਂ ਪੈਸੇ ਦਿਲਦੇ ਹੁਣ ਫਿਰ ਤਾਂ ਜ਼ਰੂਰ ਕਰੋ ਆਜੋ ਇੰਪੋਰਟੈਂਟ ਕੁਐਸਚਨ ਪੇਪਰ ਪੁਆਇੰਟ ਆ ਵੀਓ ਤੋਂ ਐਕਸਰਸਾਈਜ਼ਾਂ ਤਾਂ ਵੈਸੇ ਹੀ ਇੰਪੋਰਟੈਂਟ ਹੁੰਦੀਆਂ ਨੇ ਤਾਂ ਜੀ ਇੰਡੀਆ ਤੇ ਉਜ਼ਬੇਕਿਸਤਾਨ ਐਕਸਰਸਾਈਜ਼ ਕਰ ਰਹੇ ਨੇ ਹੁਣ ਕਿਹੜੀ ਐਕਸਰਸਾਈਜ਼ ਕਰ ਰਹੇ ਨੇ ਹੁਣ ਡਸਟਲਿਕ ਚੌਥੀ ਵਾਰ ਕਰ ਰਹੇ ਨੇ ਇਹ ਡਸਟਲਿਕ ਕਿੱਥੇ ਕਰ ਰਹੇ ਨੇ ਓਬਵੀਅਸ ਜੀ ਗੱਲ ਹੈ ਤਾਂ ਜੀ ਆਹ ਵੇਖੋ ਜੀ ਭਾਰਤ ਤੇ ਉਜ਼ਬੇਕਿਸਤਾਨ ਕਰ ਰਹੇ ਨੇ ਡਸਟਲਿਕ ਦਾ ਚੌਥਾ ਐਡੀਸ਼ਨ ਕਿੱਥੇ ਇਨ ਪਿਥੋਰਾਗੜ ਉੱਤਰਾਖੰਡ ਠੀਕ ਹੈ ਜੀ ਇਨ ਪਿਥੋਰਾਗੜ ਉੱਤਰਾਖੰਡ ਵਿੱਚ ਕਰ ਰਹੇ ਨੇ ਤੇ ਭਾਰਤ ਵੱਲੋਂ ਕੌਣ ਜਾਊਗਾ 14th ਬਟਾਲੀਅਨ ਆਫ ਗੜਵਾਲ ਰਾਈਫਲਸ ਚਾਉਂਗੇ ਧਿਆਨ ਰੱਖਣੀ ਇਹ ਵੀ ਇੰਪੋਰਟੈਂਟ ਗੱਲ ਇਹਦੇ ਲਈ ਦੋ ਤਿੰਨ ਇੰਪੋਰਟੈਂਟ ਹੁੰਦੇ ਜਦੋਂ ਵੀ ਕੋਈ ਆਰਮੀ ਐਕਸਰਸਾਈਜ਼ ਹੁੰਦੀ ਹੈ ਆਰਮੀ ਐਕਸਰਸਾਈਜ਼ ਦਾ ਨਾਂ ਕੀ ਹੈ ਡਸਟਲਿਕ ਹੈ ਕਿਹੜਾ ਐਡੀਸ਼ਨ ਹੈ ਸਰ 4th ਐਡੀਸ਼ਨ ਹੈ ਕਿੱਥੇ ਹੋ ਰਿਹਾ ਹੈ ਸਰ ਵਿਥੋਰਾਗੜ ਉਤਰਾਖੰਡ ਵਿੱਚ ਹੋ ਰਿਹਾ ਹੈ ਤੇ ਡਸਟਲਿਕ ਤਾਂ ਠੀਕ ਹੈ ਹੋ ਕੇ ਇਹਦੇ ਨਾਲ ਰਿਹਾ ਤਾਂ ਉਜ਼ਬੇਕਿਸਤਾਨ ਨਾਲ ਹੋ ਰਿਹਾ ਹੈ ਤਾਂ ਇਹ ਚਾਰਜ ਜਿਆ ਇੰਪੋਰਟੈਂਟ ਕਿਹਦੇ ਨਾਲ ਹੋ ਰਿਹਾ ਹੈ ਉਜ਼ਬੇਕਿਸਤਾਨ ਨਾਲ ਕਿੱਥੇ ਹੋ ਰਿਹਾ ਪਿਥੋਰਾਗੜ ਕਿਹੜਾ ਐਡੀਸ਼ਨ ਹੈ ਚੌਥਾ ਕੌਣ ਰਿਪਰੈਜ਼ੈਂਟ ਕਰੂਗਾ ਗੜਵਾਲ ਰਾਈਫਲ ਖਤਮ ਟਾਟਾ ਗੁੱਡਬਾਈ ਹੋ ਗਿਆ ਹੈ ਨਾ ਚਲ ਤਾਂ ਜੀ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਟਾਈਮਲੀ ਅਸੀਂ ਸਵਾਲ ਪੂਰੇ ਕਰ ਲਏ ਨੇ ਕਰੰਟ ਅਫੇਅਰ ਤਾਂ ਹੁਣ ਆਪਾਂ ਕਰਾਂਗੇ ਪਰਸੋ ਦੇ ਕਰੰਟ ਅਫੇਅਰ ਦੇ ਰਿਵੀਜ਼ਨ ਮਤਲਬ ਸਰ ਇਹ ਕੀ ਚੱਲ ਰਹਾ ਹੈ ਦੇਖੋ ਆਪਾਂ ਕਰਦੇ ਕਿਦਾਂ ਇੱਕ ਕਰੰਟ ਅਫੇਅਰ ਜੇ ਮੇਰੀ ਕਲਾਸ ਚਾਹੋਗੇ ਤੁਸੀਂ ਤਿੰਨ ਵਾਰ ਪੜ੍ਹਦੇ ਹੋ ਤੇ ਤਿੰਨ ਵਾਰ ਪੜ੍ਹਦੇ ਹੋ ਤੇ ਇੱਕ ਕਰੰਟ ਅਫੇਅਰ ਤਿੰਨ ਵਾਰ ਪੜ੍ਹਦੇ ਹੋ ਤੇ ਡੇਲੀ ਤੁਸੀਂ ਤਿੰਨ ਦਿਨ ਦੇ ਕਰੰਟ ਅਫੇਅਰ ਕਰਦੇ ਹੋ ਪੂਰਾ YouTube ਲੱਭ ਲਓ ਜੇ ਤੁਹਾਨੂੰ ਇੰਨਾ ਕਰੰਟ ਅਫੇਅਰ ਕਿਸੇ ਵੀ ਕਲਾਸ ਵਿੱਚ ਕੋਈ ਵੀ ਮਾਸਟਰ ਕਰਾਉਂਦਾ ਹੋਵੇ ਅਸੀਂ ਹਰ ਕਲਾਸ ਵਿੱਚ ਤਿੰਨ ਦਿਨ ਦੇ ਕਰੰਟ ਅਫੇਅਰ ਕਰਦੇ ਆਂ ਤੇ ਇੱਕ ਕਰੰਟ ਅਫੇਅਰ ਤਿੰਨ ਵਾਰ ਰਿਵਾਈਜ਼ ਕਿੱਦਾਂ ਹੁਣ ਸਟਾਰਟਿੰਗ 'ਚ ਅਸੀਂ ਕੀ ਕੀਤੇ ਅਸੀਂ ਕੀਤੇ ਸੀਗੇ ਜਿਹੜੇ ਕੱਲ ਆਪਾਂ ਕਰੰਟ ਅਫੇਅਰ ਕੀਤੇ ਸੀਗੇ ਉਹਨਾਂ ਦੀ ਕੁਐਸਚਨ ਆਨਸਰ ਫਾਰਮ ਵਿੱਚ ਰਿਵੀਜ਼ਨ ਫਿਰ ਆਪਾਂ ਕੀਤੇ ਅੱਜ ਦੇ ਕਰੰਟ ਅਫੇਅਰ ਡੀਟੇਲ ਵਿੱਚ ਤੇ ਹੁਣ ਆਪਾਂ ਕਰਨ ਜਾ ਰਹੇ ਨੇ ਪਰਸੋਂ ਦੇ ਕਰੰਟ ਅਫੇਅਰ ਵਨ ਲਾਈਨਰ ਫਾਰਮ ਵਿੱਚ ਤੇ ਜੇ ਇੰਨੇ ਰਿਵੀਜ਼ਨ ਤੁਹਾਨੂੰ ਕੋਈ ਵੀ ਕਰਾਉਂਦਾ ਹੋਵੇ ਨਾ ਮੈਨੂੰ ਬੱਚੇ ਕਹਿੰਦਾ ਸੀਗਾ ਇੱਕ ਤਾਂ ਮੈਸੇਜ ਆਇਆ ਮੈਂ ਕੱਲ ਐਕਚੁਅਲੀ ਕਲਾਸ ਨਹੀਂ ਲਈ ਥੋੜੀ ਜੀ ਮੇਰੀ ਤਬੀਅਤ ਖਰਾਬ ਸੀ ਕਹਿੰਦੇ ਸਰ ਆਪ ਬਹੁਤ ਇਰੈਗੂਲਰ ਹੈ ਪਲੀਜ਼ ਬੀ ਇਰੈਗੂਲਰ ਪਲੀਜ਼ ਬੀ ਆਪ ਬਹੁਤ ਇਰੈਗੂਲਰ ਹੋ ਪਲੀਜ਼ ਬੀ ਰੈਗੂਲਰ ਮੈਂ ਬਿਮਾਰ ਸੀਗਾ ਹਫਤਾ ਮੈਂ ਕਲਾਸ ਨਹੀਂ ਲਾ ਸਕਿਆ ਮੇਰੇ ਹੱਥ 'ਚ ਨਹੀਂ ਨਾ ਯਾਰ ਬੋਲ ਨਹੀਂ ਸਕ ਰਿਹਾ ਸੀਗਾ ਮੈਂ ਹਫਤਾ ਕਲਾਸ ਨਹੀਂ ਲਈ ਉਸ ਤੋਂ ਬਾਅਦ ਵੀ ਬਿਮਾਰੀ ਨਾਲ ਆ ਕੇ ਮੈਂ ਕਿਹਾ ਯਾਰ ਜ਼ਿਆਦਾ ਢੀਲੇ ਨਾ ਹੋ ਜਵੇ ਮੈਂ ਆ ਕੇ ਫੇਰ ਵੀ ਕਲਾਸ ਲਈ ਬੱਚੇ ਕੀ ਕਹਿੰਦੇ ਨੇ ਸਰ ਪਲੀਜ਼ ਬੀ ਜੀ ਗਲਤੀ ਤੋਂ ਮੇਰੇ ਕੋਲੋਂ ਚਿੱਠੀ ਤੁਹਾਡੇ ਕੋਲ ਆ ਗਈ ਕਿ ਮੇਰੀ ਕਲਾਸ ਲਾਉ ਤਾਂ ਜੀ ਬਹੁਤ-ਬਹੁਤ ਸੌਰੀ ਤੇ ਗਲਤੀ ਤੋਂ ਜੇ ਤੁਸੀਂ ਮੈਨੂੰ ਪੈਸੇ ਭੇਜਤੇ ਹੁਣ ਇਸ ਫ੍ਰੀ ਵਾਲੀ ਕਲਾਸ ਦੇ ਤਾਂ ਜੀ ਬਹੁਤ-ਬਹੁਤ ਸੌਰੀ ਉਹਦੇ ਲਈ ਠੀਕ ਹੈ ਜੀ ਕਿਉਂਕਿ ਦੇਖੋ ਪੜਾਈ ਕਰਨੀ ਆਪਾਂ ਯਾਰ ਮੈਂ ਹਮੇਸ਼ਾ ਤੋਂ ਕਿਹਾ ਜੀ ਆਪਣਾ ਸਵਾਰਥ ਦੇਖੀਦਾ ਹੈ ਮੈਂ ਨਹੀਂ ਕਹਿੰਦਾ ਮੈਂ ਸਭ ਤੋਂ ਵੱਡਾ ਤੋਪ ਹਾਂ ਮੈਥੋਂ ਹੀ ਸਭ ਕਰੋ ਨਹੀਂ ਨਹੀਂ ਮੈਥੋਂ ਨਹੀਂ ਕਰੋਗੇ ਤਾਂ ਮ੍ਰਿਤਿ ਹੋ ਜਾਏਗੀ ਨਹੀਂ 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 ਜਿੰਨਾ ਤੁਹਾਨੂੰ ਵਧੀਆ ਲੱਗਦਾ ਹੈ ਬਟ ਕਿਸੇ ਦੀ ਮਜਬੂਰੀ ਵੀ ਹੁੰਦੀ ਹੈ ਹੈਨਾ ਚਲੋ கரنٹ ਅਫੇਅਰ ਕਰਦੇ ਆ ਜੀ ਪਰਸੋ ਦੇ ਆਓ ਜੀ ਗੱਲਬਾਤ ਹੁਣ ਤਾਂ ਜੀ ਇਜੀਪਸ਼ੀਅਨ ਪ੍ਰੈਜ਼ੀਡੈਂਟ ਨੇ ਦਿੱਤਾ ਜੀ ਗਲੋਬਲ ਬੈਸਟ ਐਮ ਗਵ ਅਵਾਰਡ ਔਨ ਆਈਟੀ ਇੰਦੋਰ ਦੇ ਜਿਹੜੇ ਦੋ ਜਵਾਬ ਸੀਗੇ ਤੁਹਾਨੂੰ ਯਾਦ ਹੋਊਗਾ ਜੀ ਐਮ ਗਵ ਅਵਾਰਡ ਜਿਹੜੇ ਕਿ ਵਰਲਡ ਕਾਨਫਰੰਸ ਹੋਈ ਸੀਗੀ ਜਿਹੜਾ ਦੁਬਈ ਵਿੱਚ ਹੋਈ ਸੀਗੀ ਯਾਦ ਹੋਊਗਾ ਤੁਹਾਨੂੰ ਬਹੁਤ ਇੰਪੋਰਟੈਂਟ ਧਿਆਨ ਰੱਖਣਾ ਹੈ ਜੀ ਆਈਟੀ ਇੰਦੋਰ ਦੇ ਜਵਾਬ ਸੀਗੇ ਇਹਨਾਂ ਨੇ ਐਪ ਬਣਾਈ ਸੀ ਐਪ ਦਾ ਨਾਮ ਸੀਗਾ ਬਲਾਕ ਬਿਲ ਹੈਨਾ ਬਲਾਕ ਬਿਲ ਸੀਗਾ ਐਪ ਦਾ ਨਾਮ ਦੂਜਾ ਦੇਖਦੇ ਆਪਾਂ ਹਿੰਦੁਸਤਾਨ 에ਰੋਨੋਟਿਕ ਲਿਮਿਟਿਡ ਨੇ ਇਹ HTT 40 ਕਰਕੇ ਟ੍ਰੇਨਰ 에ਅਰਕ੍ਰਾਫਟ ਬਣਾਇਆ ਜਿਹੜੇ ਸਾਡੇ ਡਿਫੈਂਸ ਵਾਲੇ ਬੰਦੇ ਨੇ ਜਿਹੜੇ ਸਾਡੇ ਆਰਮੀ 에ਅਰਫੋਰਸ ਨੇਵੀ ਵਾਲੇ ਐਨ ਇਹਨਾਂ ਉਹਨਾਂ ਨੂੰ ਸਿੱਧਾ ਹੀ ਰਫੈਲ ਬਿਠਾ ਦੋ ਵੀ ਟੈਸਟ ਡਰਾਈਵ ਲੈਣੀ ਹੈ ਤੁਸੀਂ ਗੱਡੀ ਲਈਏ ਸਕੋਰਪੀਓ ਆਪਣੇ ਮੁੰਡੇ ਨੂੰ ਕਹਿ ਰੋ ਚੱਲ ਸਕੋਰਪੀਓ ਵਿੱਚ ਸਿੱਖ ਲਾ ਪਿਓ ਥਪੜੇ ਨਹੀਂ ਤਰੂਗਾ ਦੋਸਤੋ ਉਹਨੂੰ ਹੋਗੇ ਜੇ ਆ ਪਹਿਲਾਂ ਟੁੱਟੀ ਜੀ ਮਰੂਤੀ ਖੜੀ ਆ ਉਹਦੇ ਵਿੱਚ ਲਾ ਕੇ ਆ ਤਾਂ ਇਹ ਮੰਨ ਲਓ ਉਹੀ ਟੁੱਟੀ ਜੀ ਮਰੂਤੀ ਹੈ ਬਟ ਇਹਨਾਂ ਦੀ ਟੁੱਟੀ ਜੀ ਨਹੀਂ ਇਹਨਾਂ ਦੀ ਵਧੀਆ ਵਾਲੀ ਹੈ ਤਾਂ ਇਹ ਵੀ ਗ ਤੇ ਦੁਬਾਰੇ ਮੈਂ ਕਹਾਂਗਾ ਬੱਚਾ ਮੈਂ ਦੇਖ ਕੇ 450 ਤੋਂ ਘਟ ਗਿਆ ਰਿਵੀਜ਼ਨ ਬਹੁਤ ਜ਼ਰੂਰੀ ਹੈ ਰਿਵੀਜ਼ਨ ਨੂੰ ਹਲਕਾ ਮਤ ਲਿਓ ਰਿਵੀਜ਼ਨ ਨਹੀਂ ਪੇਪਰ 'ਤੇ ਧਿਆਨ ਰਹਿਣਾ ਤੁਹਾਡੇ ਜੇ ਰਿਵੀਜ਼ਨ ਹੀ ਨਹੀਂ ਕੀਤੀ ਯਾਦ کیسے ਰਹੇਗਾ ਤੁਮਕੋ ਬਹੁਤ ਇੰਪੋਰਟੈਂਟ ਹੈ ਬਾਲੀਵੁੱਡ ਐਕਟਰ ਜਾਵੈਦ ਖਾਨ ਅਮਰੋਹੀ ਇਹਨਾਂ ਦੀ ਡੈਥ ਹੋ ਚੁੱਕੀ ਹੈ ਤੁਹਾਨੂੰ ਪਤਾ ਹੋਣਾ ਜੀ ਲਗਾਨ ਮੂਵੀ ਵਾਲੇ ਹਮ ਜੀਤ ਗਏ ਹਮ ਜੀਤ ਗਏ ਵਾਲੇ ਭਾਜੀ ਇਹਨਾਂ ਦੀ ਡੈਥ ਹੋ ਗਈ ਹੈ ਮਿਊਜ਼ਿਕ ਕੰਪੋਜ਼ਰ ਆ ਜੀ ਰਿੱਕੀ ਕੇਜ ਕਰਨਾਟਕ ਆ ਬੈਂਗਲੌਰ ਤੋਂ ਬਿਲੋਂਗ ਕਰਦਾ ਇਹਨੇ ਤੀਜੀ ਵਾਰ ਆਪਣਾ ਗ੍ਰੈਮੀ ਅਵਾਰਡ ਦਿੱਤਿਆ 2015 ਜਿੱਤਿਆ ਸੀਗਾ ਫਿਰ 2022 ਚ ਫਿਰ 2023 ਵਿੱਚ ਐਲਬਮ ਦਾ ਨਾਮ ਵੀ ਧਿਆਨ ਰੱਖਣਾ ਡਿਵਾਈਨ ਟਾਈਡਸ ਹੈ ਨਾ ਚਲੋ ਅਖਸ਼ਦੀਪ ਸਿੰਘ ਆਪਣਾ ਮੁੰਡਾ ਜਿਹੜਾ ਹੈ ਬਰਨਾਲੇ ਦਾ 20 ਕਿਲੋਮੀਟਰ ਦੀ ਜਿਹੜੀ ਨੈਸ਼ਨਲ ਰੇਸ ਵਾਕਿੰਗ ਚੈਂਪੀਅਨਸ਼ਿਪ ਹੋਈ ਸੀਗੀ ਉਹ ਜਿੱਤ ਲਈ ਤੇ ਪੈਰਿਸ 올림픽ਸ ਲਈ ਇਹ ਸਿਲੈਕਟ ਹੋ ਚੁੱਕਾ ਹੈ ਨਾਲ ਇਹਦੇ ਕੁੜੀ ਹੈ ਪ੍ਰਿਯੰਕਾ ਗੋਸਵਾਮੀ ਇਹ ਵੀ ICC ਵਿਮਨ T20 ਵਰਲਡ ਕੱਪ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਸਾਊਥ ਅਫਰੀਕਾ ਵਿੱਚ ਇਹਦੇ ਵਿੱਚ ਆਪਾਂ ਦੇਖਾਂਗੇ ਜਦੋਂ ਜਿੱਤੂਗਾ ਕੋਈ ਤੀਜਾ ਐਡੀਸ਼ਨ ਖੇਲੋ ਇੰਡੀਆ ਨੈਸ਼ਨਲ ਵਿంటర్ ਗੇਮਜ਼ ਦਾ ਹੋ ਰਿਹਾ ਹੈ ਜੀ ਅੱਜਕੱਲ ਗੁਲਮਰਗ ਵਿੱਚ ਇੱਕ ਬਾਈ ਜੀ ਦਾ ਪਿਛਲੀ ਵਾਰ ਕਮੈਂਟ ਆਇਆ ਹੋਇਆ ਸੀਗਾ ਸਰ ਆਪਨੇ ਤੋਂ ਪਹਿਲਾਂ ਪੁੱਛਿਆ ਥਾ ਤਾਂ ਜੀ ਪਹਿਲਾ ਜੋ ਐਡੀਸ਼ਨ ਹੋਇਆ ਤਾਂ ਉਹ ਵੀ ਗੁਲਮਰਗ ਵਿੱਚ ਹੀ ਹੋਇਆ ਥਾ ਗੁਲਮਰਗ ਔਰ ਲੇ ਮੈਂ ਔਰ ਇਹ ਵਾਲਾ ਵੀ ਗੁਲਮਰਗ ਵਿੱਚ ਹੀ ਹੋ ਰਹਾ ਹੈ ਤਾਂ ਠੀਕ ਹੈ ਧਿਆਨ ਰੱਖਣਾ ਸਵਾਲ ਪੁੱਛਿਆ ਕੀ ਜਾ ਰਿਹਾ ਹੈ ਅੱਗੇ ਅਦਵਾਰੇ ਤੇ ਭਾਜੀ ਕਿਉਂ ਆਗੇ ਤਾਂ ਆਸਟ੍ਰੇਲੀਅਨ 에ਰਨ ਫਿੰਚ ਅਨਾਉਂਸਿਸ ਰਿਟਾਇਰਮੈਂਟ ਚਲੋ ਠੀਕ ਹੈ ਜੀ ਹੈਨਾ ਚਲੋ ਤਾਂ ਜੀ ਇਹ ਦੋ ਚਾਰ ਗੱਲਾਂ ਹੁਣ ਸੁਣ ਕੇ ਜਾਓ ਇੰਨੀ ਦੇਰ ਬੈਠੇ ਹੋਏ ਬਹੁਤ ਇੰਪੋਰਟੈਂਟ ਹੈ ਕੱਲ ਸੌਰੀ ਅੱਜ ਦਾ ਦਿਨ ਯਾਨੀ ਕਿ 21 ਫਰਵਰੀ ਤੋਂ ਕਰਮਵੀਰ ਬੈਚ ਦਾ ਪੰਜਾਬ ਪਟਵਾਰੀ ਦਾ ਬੈਚ ਸਟਾਰਟ ਹੋ ਰਿਹਾ ਹੈ ਤੀਜਾ ਬੈਚ ਆ ਰਿਹਾ ਹੈ ਬੱਚੇ ਤੁਹਾਡੇ ਕੋਲੋਂ ਬਹੁਤ ਹੀ ਜ਼ਿਆਦਾ ਆਲਰੇਡੀ ਅੱਗੇ ਨੇ ਦਸੰਬਰ ਤੋਂ ਬੱਚੇ ਪੜ ਰਹੇ ਨੇ ਜਨਵਰੀ ਤੋਂ ਪੜ ਰਹੇ ਨੇ ਤੇ 28 ਫਰਵਰੀ ਤੋਂ ਪਹਿਲਾ ਪਹਿਲਾ ਇਹਦੀ ਨੋਟੀਫਿਕੇਸ਼ਨ ਤੁਹਾਨੂੰ ਦੇਖਣ ਨੂੰ ਮਿਲੇਗੀ ਤਾਂ ਤਿਆਰੀ ਕਰਨੀ ਹੈ ਅੱਜ ਤੋਂ ਵਧੀਆ ਦਿਨ ਨਹੀਂ ਹੈ ਅੱਜ ਤੋਂ ਹੀ ਇਹ ਬੈਚ ਸਟਾਰਟ ਹੋ ਰਿਹਾ ਹੈ ਤੇ ਅੱਜ ਦਾ ਮਤਲਬ ਹੈ ਐ ਨਾ ਕਰਿਓ ਸਰ ਪਰਸੋ ਲੈ ਲੂਗੇ ਕਿਉਂਕਿ ਇਹਦੇ ਅੱਜ ਡਾਇਰੈਕਟ ਹੀ 6 ਕਲਾਸਿਸ ਸਟਾਰਟ ਨੇ ਜੇ ਪਰਸੋ ਲਓਗੇ ਨਾ ਤਾਂ 6 ਤੇ 18 ਘੰਟੇ ਦੀ ਤੁਹਾਨੂੰ ਰਿਕਾਰਡਡ ਦੇਖਣੇ ਪੈ ਜਾਣੇ ਤੇ ਮੌਤ ਆ ਜਾਊਗੀ 18 ਘੰਟੇ ਰਿਕਾਰਡਡ ਦੇਖਣ ਦੇ ਦੇ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਪਾਵੇਂ ਪਿਕਚਰ ਵੀ ਹੋਵੇ 18 ਘੰਟੇ ਨਹੀਂ ਦੇਖੀ ਜਾਂਦੀ ਤਾਂ ਇਹਦੇ ਵੀ ਤੇ ਐਡਮਿਸ਼ਨ ਲੈਣੀ ਹੋਵੇ ਤਾਂ 8000 ਦਾ ਵੈਸੇ ਹੈ ਇੱਕ ਡਿਸਕਾਊਂਟ ਕੋਡ ਲਾਓ Y383 ਤੇ ਤੁਹਾਨੂੰ ਪੈ ਜਾਊਗਾ 1840 ਆਂਦਾ ਤੇ ਇਹ ਲਾ ਕੇ ਫਾਇਦਾ ਹੋਊਗਾ ਜਿਹੜੇ ਬੱਚੇ ਇਹ ਲਾ ਕੇ انرੋਲ ਕਰਨਗੇ ਉਹਨਾਂ ਨੂੰ ਕਲਾਸ ਦੇ ਸਟਾਰਟਿੰਗ ਜਾਂ ਫਿਰ ਐਂਡਲੇ 10 ਮਿੰਟਾਂ ਵਿੱਚ ਆਪਾਂ ਹਰ ਕਲਾਸ ਵਿੱਚ ਛੋਟੀ ਜੀ ਆਪਾਂ ਗਾਈਡੈਂਸ ਦੀ ਆਪਾਂ ਕਨਸੈਪਟ ਰੱਖਿਆ ਕਰਾਂਗੇ ਕਾਉਂਸਲਿੰਗ ਦਾ ਕਿਉਂਕਿ ਮੈਥ ਰੀਜ਼ਨਿੰਗ ਪੰਜਾਬੀ ਪੰਜਾਬ ਜੀ ਕੇ ਹਿਸਟਰੀ ਕਰੰਟ ਅਫੇਅਰ ਪੜਾਉਣ ਵਾਲੀ ਦੁਨੀਆ ਹੈ ਗਾਈਡ ਨਹੀਂ ਕੋਈ ਕਰਦਾ ਕਾਉਂਸਲਿੰਗ ਨਹੀਂ ਕੋਈ ਕਰਦਾ ਬੱਚਿਆਂ ਦੀ ਉਹ ਵਾਲੇ ਜਿਹੜੇ ਸਵਾਲ ਨੇ ਹੈਨਾ ਕਿ ਸਰ ਮੈਂ ਤੁਹਾਡੀ ਚੱਕਰ ਪੈ ਰਿਹਾ ਕੰਪਿਊਟਰ ਦਾ ਚੱਕਰ ਪੈ ਰਿਹਾ ਹੈ ਟੈਸਟ ਸੀਰੀਜ਼ ਵਿੱਚ ਆਪਾਂ ਨੰਬਰ ਕਿਦਾਂ ਵਧਾਈਏ ਘਟ ਆ ਰਹੇ ਨੇ ਸਵਾਲ ਵੈਸੇ ਹੋ ਜਾਂਦੇ ਨੇ ਟੈਸਟ ਸੀਰੀਜ਼ ਵਿੱਚ ਨਹੀਂ ਹੁੰਦੇ ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਜਿਹੜੇ ਬੱਚੇ ਇਹ ਲਾ ਕੇ انرੋਲ ਕਰਨਗੇ ਹਰ ਕਲਾਸ ਵਿੱਚ ਕਰਾਂਗੇ ਇਸ ਬੈਚ ਦੀ ਇਹਦੇ ਨਾਲ ਨਾਲ ਇਹ ਦੋ ਬੈਚ ਸੀਗੇ ਜਿਹੜੇ ਪੰਜਾਬ ਪੁਲਿਸ ਦੇ ਇਹ ਸ਼ੁਰੂ ਹੋਏ ਸੀਗੇ 14 ਫਰਵਰੀ ਨੂੰ ਇਹਨਾਂ ਦੀ ਹੁਣ ਤੱਕ 11 ਕਲਾਸਿਸ ਹੋਈ ਸੀਗੇ ਲੇਕਿਨ ਅੱਜ ਤੋਂ ਇਹਦੀ ਵੀ ਫੱਟੇ ਚੱਕ ਕਲਾਸਿਸ ਸਟਾਰਟ ਹੋ ਜਾਣਗੀਆਂ ਨਾਲ ਇਹਨਾਂ ਦਾ ਹੋ ਚੁੱਕਾ ਹੈ ਜੀ ਪ੍ਰਾਈਸ ਡ੍ਰੌਪ by 383 ਲਾ ਕੇ ਇਹ ਸਾਨੂੰ ਪੈ ਜਾਣਗੇ ਇੰਨੇ-ਇੰਨੇ ਦੇ ਤਾਂ ਜੀ ਉਲਟਾ ਲਿਖਦਾ ਮੈਂ ਇਹ 1609 ਦਾ ਹੈ ਸਬ ਇਨਸਪੈਕਟਰ ਦਾ ਤੇ 1517 ਦਾ ਹੈ ਕਾਂਸਟੇਬਲ ਦਾ ਇਹ ਡਿਸਕਾਊਂਟ ਕੋਡ ਲਾ ਕੇ ਦੁਬਾਰੇ ਥੋੜ੍ਹ ਦੇ ਲਈ ਸਪੈਸ਼ਲ ਗਾਈਡੈਂਸ ਦੀ ਕਲਾਸਿਸ ਪਹਿਲੇ 10-15 ਮਿੰਟਾਂ ਵਿੱਚ ਲੇਕਿਨ ਮੈਂ ਇਹੀ ਕਹੂੰਗਾ ਯਾਰ ਅੱਗੇ ਹੁਣ ਨੈਪ ਤਹਿਸੀਲਦਾਰ ਵੀ ਆਊਗਾ ਅਗੇ ਇੱਕ ਸਾਈਟ ਇਨਸਪੈਕਟਰ ਦੁਬਾਰੇ ਆ ਰਿਹਾ ਹੈ ਅਗੇ ਕੋਆਪਰੇਟਿਵ ਇਨਸਪੈਕਟਰ ਆ ਰਿਹਾ ਹੈ ਵੀਡੀਓ ਤਾਂ ਦੁਬਾਰੇ ਫਾਰਮ ਆ ਰਿਹਾ ਹੈ ਜੇਲ ਬਾਰਡਰ ਆ ਰਿਹਾ ਹੈ ਯਾਰ ਇੰਨੇ ਪੇਪਰ ਹੋਣਗੇ ਤਾਂ ਅੱਡ 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 ਐਂ ਲਈ ਜਾਓਗੇ ਪਹਿਲਾਂ ਬੈਚ ਲਓਗੇ ਫਿਰ ਟੈਸਟ ਸੀਰੀਜ਼ ਲਓਗੇ ਹੈਨਾ ਫਿਰ ਈ-ਬੁੱਕ ਲਓਗੇ ਅਲੱਗ ਤੋਂ ਫਿਰ ਪੀਡੀਐਫ ਲਈ ਅਲੱਗ ਤੋਂ ਫਿਰ ਕਰੰਟ ਅਫੇਅਰ ਦਾ ਬੈਚ ਅਲੱਗ ਤੋਂ ਲਓਗੇ ਇੰਨਾ ਖਰਚਾ ਨਾ ਕਰੋ ਯਾਰ ਪਲੀਜ਼ ਆਪਣੇ ਘਰਦਿਆਂ ਦਾ ਵੀ ਸੋਚਿਆ ਕਰੋ ਭਾਵੇਂ ਜਿਆਦਾ ਪੈਸੇ ਨੇ ਫਿਰ ਵੀ ਥੋੜਾ ਜਿਹਾ ਸੋਚਿਆ ਕਰੋ ਤਾਂ ਕਰਨਾ ਕੀ ਹੈ ਫਿਰ ਉਹਦੀ ਥਾਂ ਤੁਸੀਂ ਕਰਨਾ ਇਨਰੋਲ ਪੰਜਾਬ ਦੇ ਮਹਾਪੈਕ ਇਦੇ ਵਿੱਚ ਪੂਰੇ 1 ਸਾਲ ਤੱਕ ਦੇ ਜਿੰਨੇ ਵੀ ਪੇਪਰ ਹੋਣਗੇ ਨਾ ਉਹਨਾਂ ਦੀ ਤਿਆਰੀ ਹੋਊਗੀ ਕਲਾਸੀ ਟੈਸਟ ਸੀਰੀਜ਼ ਈ-ਬੁੱਕ ਪੀਡੀਆ ਮੌਕ ਟੈਸਟ ਸਭ ਕੁਝ ਲਾਈਵ ਨਹੀਂ ਦੇਖ ਸਕਦੇ ਰਿਕਾਰਡਡ ਮਿਲੋਗਾ ਕਰੰਟ ਅਫੇਅਰ ਦਾ ਸਪੈਸ਼ਲ ਬੈਚ ਪੰਜਾਬ ਜੀਕੇ ਦਾ ਸਪੈਸ਼ਲ ਬੈਚ ਸਟੈਟਿਕ ਜੀਕੇ ਦਾ ਸਪੈਸ਼ਲ ਬੈਚ ਮੈਥ ਦਾ ਸਪੈਸ਼ਲ ਬੈਚ ਸਭ ਕੁਝ ਮਿਲੂਗਾ ਨਾਲ ਨਾਲ ਜਦੋਂ ਤੁਸੀਂ ਡਿਸਕਾਊਂਟ ਕੋਡ ਲਾਓਗੇ Y383Y383 ਤੇ ਤੁਹਾਨੂੰ ਇੱਕ ਤਾਂ ਡਿਸਕਾਊਂਟ ਮਿਲੂਗਾ 3219 ਦਾ ਦੂਜਾ ਜਦੋਂ ਇਹੀ ਡਿਸਕਾਊਂਟ ਕੋਡ ਤੁਸੀਂ ਐਪ ਉੱਪਰ ਲਾਓਗੇ ਤਾਂ Y383 ਦਾ ਜਾਦੂ ਹੋ ਜਾਊਗਾ ਇਹ ਹੋਰ ਘੱਟ ਹੋ ਜਾਊਗਾ 3080 ਦਾ ਕਿਉਂਕਿ ਉੱਥੇ ਮਿਲਣਗੇ ਤੁਹਾਨੂੰ ਕੋਇਨਸ ਦੂਜੀ ਚੀਜ਼ ਜਿਹੜੇ ਬੱਚੇ ਹੋਣਗੇ ਉਹਨਾਂ ਲਈ ਸਪੈਸ਼ਲ ਇੱਕ ਥੋੜੇ-ਥੋੜੇ ਦਿਨਾਂ ਬਾਅਦ ਕੈਰੀਅਰ ਕਾਉਂਸਲਿੰਗ ਯਾਨੀ ਕਿ ਗਾਈਡੈਂਸ ਦੀ ਕਲਾਸ ਲੱਗਿਆ ਕਰੂਗੀ ਹੁਣੇ ਥੋੜੇ ਦਿਨ ਪਹਿਲਾਂ ਇੱਕ ਕਲਾਸ ਹੋ ਚੁੱਕੀ ਹੈ ਹੁਣ ਆਪਾਂ ਦੁਬਾਰੇ ਇੱਕ ਦੋ ਦਿਨ ਚ ਲਾਣ ਵਾਲੇ ਹਾਂ ਤਾਂ ਜਿਹਨੂੰ ਗਾਈਡੈਂਸ ਚਾਹੀਦੀ ਹੈ ਪ੍ਰੋਪਰ ਵਾਲੀ ਕਿ ਹਾਂ ਸਰ ਯਾਰ ਦੱਸੋ ਬੈਠ ਕੇ ਸਾਨੂੰ ਕੋਈ ਕਾਲੀ ਨਹੀਂ ਹੈ ਬੈਠੋ ਤਾਂ ਉਹ ਵਾਲੀ ਕਲਾਸਾਂ ਤੁਹਾਡੇ ਲਈ ਸਪੈਸ਼ਲ ਹੋਣਗੇ ਕਿਉਂਕਿ ਦੁਬਾਰੇ ਸਵਾਲ ਕਰਾਉਣ ਵਾਲੀ ਦੁਨੀਆ ਹੈ ਲੇਕਿਨ ਗੱਲਾਂ ਸੁਣਨ ਵਾਲਾ ਕੋਈ ਵੀ ਨਹੀਂ ਤਾਂ ਤੁਸੀਂ ਕਰਨਾ ਕੀ ਹੈ ਇਹ ਵਾਲੇ ਬੱਚੇ ਲਈ ਸਪੈਸ਼ਲ ਨਾਲੇ ਇਹ ਵਾਲੇ ਬੱਚੇ ਲਈ ਸਪੈਸ਼ਲ ਮੈਂ ਦਊਂਗਾ ਤੁਹਾਨੂੰ ਵਨ ਲਾਈਨਰ ਪੀਡੀਐਫ ਕਰੰਟ ਅਫੇਅਰ ਦੀ ਜਦਰਾ ਸੋਚੋ ਪੇਪਰ ਤੋਂ ਪਹਿਲਾਂ ਸਾਡੀ ਚਿੰਤਾ ਹੁੰਦੀ ਹੈ ਕਿ ਸਰ 10 ਮਹੀਨੇ ਦੇ ਕਰੰਟ ਅਫੇਅਰ ਆਪਾਂ ਕਿੱਦਾਂ ਰਿਵਾਈਜ਼ ਕਰੀਏ 8 ਮਹੀਨੇ ਦੇ 6 ਮਹੀਨੇ ਦੇ ਕਿੱਦਾਂ ਕਰੀਏ ਸੋਚੋ ਪੇਪਰ ਤੋਂ ਪਹਿਲਾਂ ਹੱਥ ਵਿੱਚ ਤੁਹਾਡੇ 10 ਪੇਜ ਤੇ ਉਹਦੇ ਵਿੱਚ 8 ਮਹੀਨੇ ਦੇ ਕਰੰਟ ਅਫੇਅਰ ਐਦਾਂ ਰਿਵੀਜ਼ਨ ਹੋ ਜਾਣੀ ਤਤਿਆਨ ਰੱਖਣਾ ਜੇ ਰੋਲ ਕਰਨਾ ਹੈ ਤਾਂ ਚੀਜ਼ ਇਹੀ ਹੈ ਲੇਕਿਨ ਫੇਰ ਵੀ ਮੇਰਾ ਵੀਰਪਰਾ ਜਿਹੜਾ ਜੇ ਪਟਵਾਰੀ ਦੀ ਤਿਆਰੀ ਕਰਨੀ ਹੈ ਤਾਂ ਕਿੱਦਾਂ ਏਨਰੋਲ ਕਰ ਸਕਦਾ ਹੈ ਉਹ ਦੇਖ ਲਓ ਓਪਨ ਕਰਨਾ ਜੀ adda247.com adda247.com ਤੁਸੀਂ ਓਪਨ ਕਰੋਗੇ ਇਹ ਓਪਨ ਕਰਨ ਤੋਂ ਬਾਅਦ ਤੁਸੀਂ ਇੱਧਰ ਸਿੱਧਾ-ਸਿੱਧਾ ਸਰਚ ਕਰ ਲੈਣਾ ਹੈ ਪੰਜਾਬ ਪਟਵਾਰੀ ਠੀਕ ਹੈ ਜੀ ਕਿਉਂਕਿ ਪਟਵਾਰੀ ਯਾਰ ਹੋਰ ਸਟੇਟਾਂ ਦੇ ਵੀ ਹੁਣੇ ਇੱਥੇ ਹਰਿਆਣੇ ਦਾ ਰਾਜਸਥਾਨ ਦਾ ਨਹੀਂ ਪੰਜਾਬ ਪਟਵਾਰੀ ਸਰਚ ਕਰੋਗੇ ਇਹ ਰਿਹਾ ਕਰਮਵੀਰ ਬੈਚ ਜਿਹੜਾ ਕਿ ਅੱਜ ਤੋਂ ਸ਼ੁਰੂ ਹੋ ਰਿਹਾ ਹੈ 8000 ਲਿਖਿਆ ਹੋਗਾ ਵਾਏ ਨਾ ਹੋਤੇ ਜਾਓਗੇ ਤੇ ਇਧਰ ਆ ਕੇ ਜਦੋਂ ਤੁਸੀਂ ਡਿਸਕਾਊਂਟ ਕੋਡ ਭਰੋਗੇ Y383 Y383 ਤੇ ਆਹ ਵੇਖੋ ਜੀ 1840 ਦਾ ਪਾਊਗਾ ਪਾਊਗਾ ਨਾਲ ਨਾਲ ਜਿਹੜੀ ਸਪੈਸ਼ਲ ਕਾਉਂਸਲਿੰਗ ਹੋਊਗੀ ਤੁਹਾਡੀ ਸਟਾਰਟਿੰਗ 10 15 ਮਿੰਟਾਂ ਵਿੱਚ ਉਹ ਅੱਡ ਤੋਂ ਜਿਨ੍ਹਾਂ ਨੇ ਇਹ ਲਾਇਆ ਹੋਗਾ ਲੇਕਿਨ ਜਿਹਦਾ ਸੁਪਨਾ ਹੈ ਕਿ ਹਾਂ ਸਰ ਵੱਡੇ ਪੇਪਰ ਵੀ ਦੇਣੇ ਨੇ ਤੇ ਯਾਰ ਇੰਨਾ ਅੱਡ ਅੱਡ ਬੇਫਕਾਲ ਤੂੰ ਖਰਚਾ ਨਹੀਂ ਕਰਨਾ ਉਹਨਾਂ ਨੇ ਸਿੱਧਾ Google ਦੇ ਉੱਤੇ ਜਾ ਕੇ ਸਰਚ ਕਰਨਾ ਹੈ ਪੰਜਾਬ ਮਹਾਪæg ਤੇ ਪਹਿਲਾ ਹੀ ਲਿੰਕ ਕਲਾਸਾਂ ਟੈਸਟ ਸੀਰੀਜ਼ ਈ-ਬੁੱਕ ਪੀਡੀਐਫ ਮੌਕ ਟੈਸਟ ਉਹ ਸਭ ਤਾਂ ਮਿਲੂਗਾ ਹੀ ਮਿਲੂਗਾ ਹੈਨਾ ਇਹ ਸਭ ਤਾਂ ਤੁਹਾਨੂੰ ਮਿਲੂਗਾ ਮਿਲੂਗਾ ਲਾਈਵ ਟੈਸਟ ਟੈਸਟ ਸੀਰੀਜ਼ ਰਿਕਾਰਡਡ ਵੀਡੀਓ ਰਿਵੀਜ਼ਨ ਬੈਚ ਕ੍ਰੈਸ਼ ਕੋਰਸ ਨਾਲ ਨਾਲ ਜਿਹੜੇ ਪੁਰਾਣੇ ਪੇਪਰ ਹੋ ਚੁੱਕੇ ਨੇ ਉਹਨਾਂ ਦੀਆਂ ਵੀ ਕਲਾਸ ਰਿਕਾਰਡਡ ਮਿਲ ਜਾਣਗੀਆਂ ਆ 1825 ਪੁਰਾਣੇ ਬੈਚ ਜਿਹੜੇ ਸੀਗੇ ਪੰਜਾਬ ਪੁਲਿਸ ਪੰਜਾਬ ਹਾਈ ਕੋਰਟ ਕਲਰਕ ਵਰਗੇ 14 ਤੋਂ 84 ਜਿਹੜੀ ਟੈਸਟ ਸੀਰੀਜ਼ਾਂ ਕਰਦੇ ਕਰਦੇ ਥੱਕ ਜਾਓਗੇ ਟੈਸਟ ਸੀਰੀਜ਼ਾਂ ਨੇ ਮੁੱਕਣੀਆਂ ਇਹੀ ਤਾਂ ਹੁੰਦੀ ਹੈ ਪ੍ਰੈਕਟਿਸ ਟਾਈਮ ਦੇ ਥੱਲੇ ਪ੍ਰੈਕਟਿਸ ਸਵਾਲ ਤਾਂ ਤੁਸੀਂ ਕਰ ਲੈਣੋ 15 ਮਿੰਟ ਵੀ ਟਾਈਮ ਐਂਡ ਵਰਕ ਦਾ ਸੋਲਵ ਜਦੋਂ ਪੇਪਰ ਆਉਗਸਟ ਮੈਂ 15 ਮਿੰਟ ਮਿਲ ਲੈਣੀ ਨਾ ਉਸ ਟਾਈਮ ਤਾਂ ਸਾਨੂੰ 2 ਮਿੰਟਾਂ 'ਚ ਸਵਾਲ ਕਰਨਾ ਪੈਣਾ ਇਧਰ ਫਾਇਦਾ ਹੋਊਗਾ ਤੇ ਨਾਲ ਨਾਲ ਮਹਿੰਗਾ ਤੁਸੀਂ ਕਹੋਗੇ ਸਰ 14000 ਦਾ ਹੋਊਗਾ ਹਾਂਜੀ ਬਿਲਕੁਲ ਲੇਕਿਨ ਟੈਨਸ਼ਨ ਨਹੀਂ ਲੈਣੀ ਡਿਸਕਾਊਂਟ ਕੋ ਜਿਹੜਾ ਤੁਹਾਨੂੰ ਦੱਸਿਆ ਹੋਇਆ ਫਿਰ ਟੈਨਸ਼ਨ ਨਹੀਂ ਲੈਣੇਗਾ ਤਾਂ Y383 ਲਾਇਆ ਇੱਕ ਤਾਂ ਪਿਆ ਡਿਸਕਾਊਂਟ ਦੂਜਾ ਪੂਰਾ 1 ਸਾਲ ਤੱਕ ਦੇ ਜਿੰਨੇ ਪੇਪਰ ਹੋਣਗੇ ਮਿਲੋਣਗੇ ਉਹ ਤੇ ਤੀਜਾ ਸਪੈਸ਼ਲ ਥੋੜੀ ਥੋੜੇ ਦਿਨਾਂ ਬਾਅਦ ਕੈਰੀਅਰ ਕਾਉਂਸਲਿੰਗ ਦੀ ਕਲਾਸ ਹੋਇਆ ਕਰੋਗੇ ਕਿਉਂਕਿ ਦੇਖੋ ਨਵੇਂ-ਨਵੇਂ ਡਾਊਟ ਆਉਂਦੇ ਰਹਿੰਦੇ ਜਦੋਂ ਮੈਂ ਤਿਆਰੀ ਕਰਦਾ ਹੁੰਦਾ ਸੀ ਕਿ ਮੇਰੇ ਦਿਮਾਗ ਵਿੱਚ ਵੀ ਆਉਂਦੇ ਸੀਗੇ ਤਾਂ ਇਹ ਜਿਹੜਾ ਕੈਰੀਅਰ ਕਾਉਂਸਲਿੰਗ ਨਾਲ ਮੈਂਟਰਿੰਗ ਨਾਲ ਗਾਈਡੈਂਸ ਨਾਲ ਜਿਹੜੀ ਮੈਂ ਚੀਜ਼ ਸ਼ੁਰੂ ਕੀਤੀ ਹੈ ਇਹ ਸਿਰਫ ਤੁਹਾਡੇ ਲਈ ਕੀਤੀ ਹੈ ਕਿਉਂਕਿ ਯਾਰ ਮੈਂ ਵੀ ਮੈਂ ਸੋਚਿਆ ਯਾਰ ਮੇਰੇ ਕੋਲ ਆਉਂਦੇ ਸੀਗੇ ਇਹ ਡਾਊਟ ਮੇਰੇ ਕੋਲ ਕੋਈ ਗੱਲ ਕਰਨ ਨੂੰ ਸੀਗਾ ਨਹੀਂ ਤੁਹਾਡੇ ਕੋਲ ਵੀ ਤਾਂ ਇਹ ਚੱਕਰ ਹੋਣਾ ਹੈ ਨਾ ਤੁਸੀਂ ਵੀ ਘਰੇ ਬਹਿ ਕੇ ਪੜ੍ਹ ਰਹੇ ਹੋ ਮੈਂ ਵੀ ਐਂ ਕਰਦਾ ਹੁੰਦਾ ਸੀਗਾ ਤਾਂ ਤੁਹਾਡੇ ਲਈ ਸਪੈਸ਼ਲ ਜਿਹੜੇ ਬੱਚੇ Y383 ਵਾਲੇ ਬੱਚੇ ਨੇ ਇਹਨਾਂ ਨੂੰ ਇਹ ਚੀਜ਼ ਦਿੱਤੀ ਜਾਊਗੀ ਤੇ ਨਾਲ ਨਾਲ ਵਨ ਲਾਈਨਰ ਦੀ ਪੀਡੀਐਫ ਸਰ ਵੀਡੀਓ ਲਈ ਕਿਹੜਾ ਬੈਚ ਮਹਾਪੈਕ ਤੇ ਕਰਨ ਪ੍ਰਵਾਹ ਮਹਾਪੈਕ ਹੈ ਅਗਰ ਆਪ ਵੀਡੀਓ ਸਰਚ ਕਰ ਲੋ ਵਹਾਂ ਪੇ ਮਿਲ ਜਾਏਗਾ ਆਪਕੋ ਬਹੁਤ ਸਾਰੇ ਬੈਚ ਹੈ ਵੀਡੀਓ ਕੇ ਤਿੰਨ ਬੈਚ ਤੇ ਵੀਡੀਓ ਕੇ ਸਭ ਤੋਂ ਪਹਿਲਾ ਪੇਪਰ ਹੋਇਆ ਸੀਗਾ ਮਈ ਚ ਨਿਕਲਿਆ ਹੋਇਆ ਬਾਲੇ ਬੈਚ ਨੇ सर जी मैं सी आर पी एफ़ का पेपर देना सी प्लीज़ माजा बैच में कंपाइलेशन की पी डी एफ जल्दी प्रोवाइड कर दो अनऑफफिशियल एडिटिंग यार ऐसे तो होगा नहीं यार अब जब तक क्लास नहीं आई तो सॉरी यार सर पी डी एफ कितों मिलने करंट अफेयर दस दो सर जी प्लीज़ सिमर सिमर ही है ना सिमर सिमू सिमरन सिमू सिमरन सिमू आ, अभी पीछे आठ नौ क्लासेज हुई हैं हमारी आ, देखना है कि वहाँ लिखा होगा दिसंबर जनवरी करंट अफेयर्स उसके अंदर हमने अक्टूबर नवंबर दिसंबर और जनवरी के करंट अफेयर डिस्कस करे हैं और उसके अंदर उन चार महीनों के कंपाइलेशन भी पड़े हैं और अगर आपके पास महापैक है महापैक अगर तो उसके अंदर असीस करके है एक लिखा हुआ असीस के अंदर जनवरी दो के सारे करंट अफेयर भी पड़े हैं और उसकी टेस्ट सीरीज भी है करंट अफेयर पढ़ो कंपाइलेशन से और टेस्ट सीरीज में जाके अपने आपको टेस्ट करो ठीक है जी ਸਰ ਮੱਧ ਐਂਡ ਮਾਲਵਾ ਵਾਲਿਆਂ ਲਈ ਕੋਈ ਕਲਾਸ ਨਹੀਂ ਮਿਲ ਰਹੀਆਂ ਪਲੀਜ਼ ਹੈਲਪ ਮੀ ਗਗਨਦੀਪ ਕਿਉਂਕਿ ਕਲਾਸਿਸ ਅਬੀ ਤੱਕ ਜ਼ਿਆਦਾ ਹੋ ਨਹੀਂ ਰਹੀ ਸੀ ਸਿਰਫ ਮੈਥਸ ਕੀ ਔਰ ਕੰਪਿਊਟਰ ਕੀ ਕਲਾਸ ਹੋ ਰਹੀ ਸੀ ਅੱਜ ਖੋਲ ਕੇ ਦੇਖੋ ਅੱਜ ਧੁੱਕੀ ਕੱਟਦੀ ਹੈ ਕਿਉਂਕਿ ਅੱਜ 6 ਕਲਾਸਾਂ ਲੱਗ ਰਹੀਆਂ ਨੇ ਤੁਹਾਡੀ ਮੱਧ ਮੱਧਾ ਤੇ ਮਾਲਵਾ ਵਿੱਚ ਚੈੱਕ ਕਰੀ ਮੇਰਾ ਵੀਰ ਜਾ ਕੇ ਇੱਕ ਵਾਰ गाइडेंस की क्लास कितने है जी महापैक ही लगेगी मैं दस दूँगा थोड़ा बिफोर हैंड क्योंकि पिछली बार मैं बिना दस्से लातीगी बहुत ही घट बच्चे आए थे पच्ची पच्ची ती बच्चे आए थे तो असं पंद्रह मिनटा में खत्म करती हो अगे तो आप दस के करूँगे वजिए तरीके वीडियो का तो बैच स्टार्ट हो गया लखविंदर सरारी पुराना बैच तो स्टार्ट हो गए खत्म हो चुका है बट हमें भी बस पी ट्रिपल एस बी ऑफिशियल नोटिफिकेशन का वेट कर रहे हैं फिर स्टार्ट करेंगे ਸਰ ਵੀਡੀਓ ਪ੍ਰਾਈਵੇਟ ਹੋ ਜਾਂਦੀ ਹੈ ਬਾਅਦ ਵਿੱਚ ਨਹੀਂ ਰਜਵਿੰਦਰ ਸਿੰਘ ਕੋਈ ਵੀਡੀਓ ਪ੍ਰਾਈਵੇਟ ਨਹੀਂ ਹੁੰਦੀ ਬਾਅਦ ਵਿੱਚ ਸਭ ਵੀਡੀਓ ਪੜੀ ਹੁੰਦੀ ਹੈ ਸਰ ਇਹ ਪੀਡੀਆ ਟੈਲੀਗ੍ਰam ਤੇ ਮਿਲੂ ਟੈਲੀਗ੍ਰam ਤੇ ਵੀ ਮਿਲ ਜੂ ਤੇ ਨਾਲ ਨਾਲ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਚੈੱਕ ਕਰ ਲਿਓ ਦੋ ਤਿੰਨ ਘੰਟੇ ਬਾਅਦ ਪਹਿਲਾ ਕਮੈਂਟ ਉਹੀ ਹੋਊਗਾ ਸਰ ਮੈਂ ਪੰਜਾਬ ਪੁਲਿਸ ਦਾ ਪੇਪਰ ਦੇਣਾ ਮੈਥ ਦੀ ਤਿਆਰੀ ਕਰਨੀ ਹੈ ਜਸਪ੍ਰੀਤ ਸਿੰਘ ਬੱਗਾ ਮੈਂ ਤੁਹਾਨੂੰ ਇੱਕੋ ਚੀਜ਼ ਕਹੂੰਗਾ ਮੈਂ ਨਹੀਂ ਕਹਿੰਦਾ ਪੰਜਾਬ ਅੱਡਾ ਤੋਂ ਪੜੋ ਮੈਂ ਨਹੀਂ ਕਹਿੰਦਾ ਅੱਡਾ ਤੋਂ ਪੜੋ ਬਸ ਇੱਕ ਟੀਚਰ ਫੜੋ ਕੋਈ ਤੇ ਸ਼ਿੱਦਤ ਨਾਲ ਉਹਨੂੰ ਪੜ੍ਹਾਈ ਸ਼ੁਰੂ ਕਰੋ ਸਭ ਤੋਂ ਪਹਿਲਾ ਕੰਮ ਇਹ ਕਰੋ ਕਿ ਪ੍ਰੀਵੀਅਸ ਈਅਰ ਕੁਐਸਚਨ ਚੱਕੋ ਤੇ ਦੇਖੋ ਕਿਹੋ ਜਿਹਾ ਸਵਾਲ ਆਏ ਨੇ ਸਿੱਧਾ ਪੜਨ ਨਾ ਲੱਗ ਜਾਓ ਮੈਨੂੰ ਵੀ ਲੱਗਦਾ ਸੀਗਾ ਕਿ ਪਾਗਲ ਹੈ ਕਿ ਮੇਰੇ ਕੋਲ ਆਤਾ ਤਾਂ ਹੋ ਨਹੀਂ ਕੁਝ ਮੈਂ ਪ੍ਰੀਵੀਅਸ ਈਅਰ ਕੁਐਸਚਨ ਕਿਉਂ ਪੜھوں ਲੇਕਿਨ ਜਦੋਂ ਤੱਕ ਤੁਸੀਂ ਪ੍ਰੀਵੀਅਸ ਈਅਰ ਕੁਐਸਚਨ ਨਹੀਂ ਪੜ੍ਹੋਗੇ ਤੁਹਾਨੂੰ ਆਈਡੀਆ ਨਹੀਂ ਹੋਣਾ ਤੁਸੀਂ ਆਪਣੇ ਤੋਂ ਜ਼ਿਆਦਾ ਲੈਵਲ ਦਾ ਪੜਨ ਲੱਗ ਜਾਓਗੇ ਜੇ ਆਪਣੇ ਪੜਨ ਲੱਗ ਜਾਓਗੇ ਆਪਣੇ ਤੋਂ ਘੱਟ ਲੈਵਲ ਦਾ ਪੜਨ ਲੱਗ ਜਾਓਗੇ ਤਾਂ ਲੈਵਲ ਪਤਾ ਹੋਣਾ ਜ਼ਰੂਰੀ ਹੈ ਤਾਂ ਪ੍ਰੀਵੀਅਸ ਈਅਰ ਸਵਾਲ ਜ਼ਰੂਰ ਦੇਖੋ सर थोड़ी करंट अफेयर की कोई क्लास भी नहीं मिलती महापैक क्लास गगनदीप डेली हो रही थी थ्री पीएम पे कल भी होके हटी है थ्री पी एम वहां पर देखो एक लिखा होगा करंट अफेयर ऐसे करके एक बना होगा कॉलम वो चेक करो या फिर जनवरी फरवरी करंट अफेयर करके बना होगा उसमें तो बल्कि पी डी एफ भी मिली हुई है बच्चे बहुत लगाते हैं यार साढ़े तीन सौ बच्चा बैठ के क्लास लगा रहा होता है वो तो यार चलो यार है ना ठीक है तब ध्यान रखना जी दोबारा तो मैं कहूंगा मेरे ना जुड़ना हो Y383 Y383 ਬਾਕੀ ਮਿਲਦੇ ਆਂ ਇਦਾਂ ਹੀ ਕੱਲ ਸਵੇਰੇ 8:50 ਬਏ 247 ਤੇ ਸਤਿ ਸ਼੍ਰੀ ਅਕਾਲ 올 द बेस्ट एंड जय हिंद